ਕੁਝ ਸਮਾਂ ਪਹਿਲਾਂ ਹੀ ਤੁਸੀਂ ਲਾਈਵ ਹੋ ਜਾਂਦੇ ਹੋ ਜੀ ਅਤੇ ਬੜੇ ਗੁੱਸੇ ਦੇ ਵਿੱਚ ਨਜ਼ਰ ਆਉਂਦੇ ਹੋ ਅਤੇ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਵੀ ਬੀਜੇਪੀ ਦੀ ਬੀ ਟੀਮ ਹੈ ਕਿ ਬੀਜੇਪੀ ਦੀ ਬੀ ਟੀਮ ਹੈ ਆਮ ਆਦਮੀ ਪਾਰਟੀ ਜਿਹੜਾ ਲੋਕ ਕਹਿੰਦੇ ਸੀ ਅੱਜ ਉਹ ਸਾਬਤ ਕਰਤਾ ਦੁਬਾਰਾ ਫੇਰ ਔਰ ਉਹ ਬੰਦਾ ਗੱਡੀ 'ਚ ਉਤਰਦਾ ਨਾਲ ਆਪਦੇ ਤਿੰਨ ਚਾਰ ਬੰਦੇ ਹੋਰ ਉਤਰਦੇ ਨੇ ਉਹਦੇ ਔਰ ਉਹ ਲੋਕਾਂ ਨਾਲ ਉੱਥੇ ਧੱਕਮ ਧੱਕੀ ਹੁੰਦੀ ਉਸ ਬੰਦੇ ਨੂੰ ਮੌਕਾ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਵੀ ਤੂੰ ਆਪਦੀ ਮਤਲਬ ਬੇਲ ਬੂਲ ਕਰਾ ਕੇ ਨਿਕਲ ਜਾ ਉਹ ਇਹ ਵੀ ਗੱਲ ਕਹਿੰਦੇ ਆ ਵੀ ਜੇ ਅਸੀਂ ਮਿਲੇ ਹੋਏ ਹੁੰਦੇ ਉਹ ਕਹਿੰਦੇ ਫਿਰ ਅਸੀਂ ਤਾਂ ਆਪ ਕਹਿੰਦੇ ਵੀ ਕੇਜਰੀਵਾਲ ਨੂੰ ਕਹਿੰਦੇ ਅੰਦਰ ਡੱਕਿਆ ਹੁੰਦਾ ਜੀ ਕੇਜਰੀਵਾਲ ਤਾਂ ਅੰਦਰ ਉਸੇ ਪਾਰਟੀ ਨੂੰ ਦਿੱਤਾ ਹੋਇਆ ਕੇਜਰੀਵਾਲ ਨੂੰ ਅੰਦਰ ਨਹੀਂ ਡੱਕਿਆ ਜਾ ਰਿਹਾ ਕੇਜਰੀਵਾਲ ਨੂੰ ਹੀਰੋ ਬਣਾਇਆ ਜਾ ਰਿਹਾ ਪਰ ਉਹ ਕਹਿੰਦੇ ਜੀ ਵੀ ਇਸ ਕਰਕੇ ਜਿਹੜੀ ਕਾਰਵਾਈ ਜਿਹੜੀ ਹੋਈ ਹੈ ਬਈ ਕਿਸੇ ਨੂੰ ਵੀ ਕੋਈ ਵੀ ਆ ਕੇ ਫਿਰ ਤਾਂ ਗੁੰਡਾਗਰਦੀ ਕਰਨ ਲੱਗ ਜੂਗਾ ਜੀ ਕਿਸਾਨਾਂ ਦੀ ਆੜ ਦੇ ਵਿੱਚ ਬਈ ਅਸੀਂ ਤਾਂ ਜੀ ਉਹ ਕਰ ਰਹੇ ਹਾਂ ਜੀ ਵਿਰੋਧ ਕਰ ਰਹੇ ਹਾਂ ਪ੍ਰੋਪਰ ਉਹ ਕਰ ਰਹੇ ਹਾਂ ਵੀ ਫਿਰ ਤਾਂ ਜੇ ਕੋਈ ਅੱਜ ਇੱਕ ਕਿਸਾਨ ਮਰਿਆ ਕੱਲ੍ਹ ਨੂੰ ਚਾਰ ਮਰ ਜਾਣਗੇ ਫਿਰ ਹੋਰ ਵੱਡਾ ਵਿਰੋਧ ਹੋ ਜੂਗਾ ਜੀ ਪ੍ਰਵੋਕ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਹਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਸਾਨੂੰ ਕਿਸਾਨਾਂ ਨੂੰ ਕਿਹਾ ਕਿ ਕਰਜ਼ਾ ਮਾਫ਼ ਕਰਾਂਗੇ ਸਾਨੂੰ ਅੰਦੋਲਨ ਦੇ ਦੌਰਾਨ ਕਿਹਾ ਕਿ MSP ਦੀ ਗਰੰਟੀ ਦੇਵਾਂਗੇ ਤਾਂ ਕੀ ਤੁਹਾਡੇ ਕੋਲੋਂ ਇਮਾਨਦਾਰੀ ਨਾਲ ਇਹ ਗੱਲ ਸਮਝੋ ਕਿ ਬਣਦਾ ਨਹੀਂ ਲੋਕਾਂ ਦਾ ਰਾਈਟ ਅਤੇ ਪਿਛਲਾ ਸਾਫ ਮੰਗਣਾ ਲਈ ਆਓਗੇ ਤਾਂ ਤੁਹਾਡੇ ਕੋਲ ਘੇਰ ਘੇਰ ਕੇ ਸਾਨੂੰ ਸਵਾਲ ਨਾ ਕਰੋ ਤੁਹਾਡੇ ਕੋਲ ਸੁੱਚ ਹੈਗਾ ਭਾਈ ਦੱਬ ਲਓ ਜੇ ਸਾਡਾ ਅਸੀਂ ਨਹੀਂ ਕੀਤਾ ਹੋਇਆ ਉਹ ਇਹੀ ਤਾਂ ਰਾਜਨੀਤੀ ਹੈ ਜੀ ਤੁਹਾਡੇ ਚੋਂ ਹੀ ਜਿਹੜੇ ਜਥੇਬੰਦੀਆਂ ਦੂਜੀਆਂ ਨਹੀਂ ਗਈਆਂ ਉਹ ਤਾਂ ਜੀ ਕਹਿੰਦੇ ਜੀ ਵੀ ਇਹ ਨਾ ਸਮਝ ਲੀਡਰਾਂ ਦੇ ਕਰਕੇ ਹੋਇਆ ਅਸੀਂ ਪਹਿਲਾਂ ਕਿਹਾ ਸੀ ਵੀ ਇਹ ਵੇਲਾ ਨਹੀਂ ਹੈ ਜਾਣ ਦਾ ਅਤੇ ਨਾ ਇਹ ਪੰਗਾ ਲਓ ਪਰ ਤੁਸੀਂ ਹਟੇ ਨਹੀਂ ਜੀ ਇਹ ਉਹਦਾ ਖਮਿਆਜ਼ਾ ਜੀ ਵੀ ਹੁਣ ਤੁਸੀਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ ਦੇ ਰਹੇ ਹੋ ਆਪਣਾ ਕਸੂਰ ਕਬੂਲੋ ਜੀ ਉਹ ਕਹਿੰਦੇ ਤੁਸੀਂ ਮੈਨੂੰ ਦੱਸੋ ਵੀ ਸਰਕਾਰ ਨੇ ਚਲੇ ਜਾਣਾ ਹੋਵੇ ਜੀ ਟਾਈਮ ਥੋੜ੍ਹਾ ਰਹਿ ਗਿਆ ਹੋਵੇ ਕਿ ਜਿਹੜੇ ਬੰਦੇ ਸਰਕਾਰ ਦਾ ਪੱਲਾ ਫੜ ਕੇ ਕਹਿਣਾ ਚਾਹੁੰਦੇ ਆ ਵੀ ਸਾਡੀਆਂ ਗੱਲਾਂ ਜਿਹੜੇ ਵਾਅਦੇ ਕੀਤੇ ਪੂਰੇ ਕਰੋ ਉਹ ਗਲਤ ਹੈ ਕਿ ਜਿਹੜੇ 2 ਸਾਲ ਤੋਂ ਕੰਨਾਂ 'ਤੇ ਹੱਥ ਧਰ ਕੇ ਸੁੱਤੇ ਪਏ ਆ ਮੌਜ ਨਾਲ ਬੈਠੇ ਆ ਉਹ ਗਲਤ ਹੈ ਉਹ ਕਹਿੰਦੇ ਜੇ ਅਸੀਂ ਨਹੀਂ ਵੀ ਸਵਾਲ ਕੀਤੇ ਜਾਂ ਨਹੀਂ ਵੀ ਆਏ ਅਸੀਂ ਨੁਕਸਾਨ ਤਾਂ ਨਹੀਂ ਸਾਡਾ ਹੋਇਆ ਮੈਂ ਤੁਹਾਡੀ ਪ੍ਰਾਪਤੀ ਦੱਸ ਦਿਓ ਜੀ ਨੁਕਸਾਨ ਹੀ ਘਟਾਉਂਦੇ ਹੋ ਤੁਸੀਂ ਮੈਂ ਦਿੱਲੀ ਗਏ ਜੀ ਇੱਕ ਦਿਨ ਗਏ ਪਹਿਲੀ ਗੱਲ ਤਾਂ ਜੇ ਤੁਸੀਂ ਮੰਗਾਂ ਤਾਂ ਆਹੀ ਠਾਉਂਗੇ ਨਾ ਇਹ ਜਾਇਜ਼ ਮੰਨਦੇ ਹੋ ਤੇ ਫਿਰ ਬਹਿ ਜਾਓ ਯਾਰ ਮੋਰਚਾ ਲਾ ਕੇ ਦਿੱਲੀ ਗਏ ਹੋ ਸਾਨੂੰ ਨਹੀਂ ਜਾਣ ਦਿੱਤਾ ਤੁਸੀਂ ਤਾਂ ਬਹਿ ਜਾਓ ਤੁਸੀਂ ਉੱਥੇ ਬੈਠੇ ਨਹੀਂ ਕਰਕੇ ਕੀ ਆਏ ਹੋ ਮੋਦੀ ਦੇ ਖਿਲਾਫ਼ ਘੱਟ ਲੀਡਰ ਬੋਲੇ ਕੇਂਦਰ ਸਰਕਾਰ ਦੇ ਖਿਲਾਫ਼ ਲੀਡਰ ਘੱਟ ਬੋਲੇ ਯਾਰ ਸਾਡੇ ਤਾਂ ਮਤਲਬ ਬੋਲੀ ਗਏ ਵੀ ਇਹਨਾਂ ਇਹਨਾਂ ਨੇ ਗਲਤ ਕੀਤਾ ਇਹਨਾਂ ਨੇ ਮਾੜਾ ਕੀਤਾ ਇਹ ਤਾਕਤ ਨਹੀਂ ਉਨੀ ਅਸੀਂ ਇੱਥੇ ਬੈਠੇ ਹਾਂ ਇੰਡੀਆ ਅਲਾਇੰਸ ਨੂੰ ਇਸ ਗੱਲ ਦਾ ਫਿਕਰ ਪਿਆ ਨਾ ਉਹਨਾਂ ਨੂੰ ਇਹ ਕਹਿਣਾ ਪਿਆ ਨਾ ਨਹੀਂ ਤਾਂ ਸੱਦਾ ਤਾਂ ਉਹ ਵੀ ਬਥੇਰਾ ਚੱਲ ਰਹੇ ਹੈ ਇਦੋਂ ਪਹਿਲਾਂ ਤਾਂ ਕਦੇ ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਹੁਣ ਕਿਵੇਂ ਗੱਲ ਉਹਨਾਂ ਦੀ ਯਾਦ ਆ ਗਈ ਕਿ ਇਹਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇਣੀ ਹੈ ਹੁਣ ਕਿਵੇਂ ਇਹਨਾਂ ਦੀ ਯਾਦ ਆ ਗਈ ਕਿ ਇਹਨਾਂ ਨੂੰ MSP ਦੀ ਗਰੰਟੀ ਦੇਣੀ ਹੈ ਹੁਣ ਕਿਵੇਂ ਯਾਦ ਆ ਗਿਆ ਕਿ CACP ਨੂੰ ਸੰਵਿਧਾਨਕ ਦਰਜਾ ਦੇਣਾ ਹੈ ਅਤੇ ਜਦੋਂ ਲੋਕਾਂ ਨੇ ਅੱਗੋਂ ਕਿਹਾ ਵੀ ਆ ਜਾਓ ਫਿਰ ਕੋਈ ਨਹੀਂ ਪੁੱਛਾਂਗੇ ਹੁਣ ਕਿਵੇਂ ਯਾਦ ਆ ਗਿਆ ਕਿ ਕਰਜ਼ਾ ਮਾਫ਼ ਕਰਾਇਆ ਜਾਂਦਾ ਇਹ ਇਸ ਮੋਰਚੇ ਨੇ ਕਰਾਇਆ ਕੀ ਇਹ ਸਵਾਲ ਨਹੀਂ ਬਣਦੇ BJP ਦੀ ਲੀਡਰਸ਼ਿਪ ਦੇ ਕਿ ਜਦੋਂ ਸਾਡੇ 'ਤੇ ਗੋਲੀਆਂ ਚੱਲ ਰਹੀਆਂ ਸੀ ਉਹ ਭਾਈ ਤੁਹਾਡੀ ਜ਼ਬਾਨ ਕਿਉਂ ਠਾਕੀ ਗਈ ਸੀ ਉਹ ਤਾਂ ਬੋਲੇ ਕਿਉਂ ਨਹੀਂ ਤੁਸੀਂ ਇੱਕ ਵਾਰੀ ਤਾਂ ਕਹਿ ਦਿੰਦੇ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਗਲਤ ਹੋ ਰਿਹਾ ਹੈ ਇਹ ਤਾਂ ਤੁਹਾਡੇ ਹੀ ਵਿਰੋਧੀ ਲੀਡਰ ਕਹਿਣਗੇ ਵੀ ਇਹ ਉਹ ਉਸ ਮੋਰਚੇ ਨਾਲ ਲਿਆਂਦਾ ਜਿਹਦੇ ਵਿੱਚ ਅਸੀਂ ਵੀ ਸ਼ਾਮਿਲ ਸੀ ਨਹੀਂ ਇਹ ਤੁਸੀਂ ਜੇ ਉਦੋਂ ਲੈ ਕੇ ਉਦੋਂ ਲੈ ਕੇ ਉੱਠਦੇ ਸਵਾਲ ਤਾਂ ਇਹ ਸੀ ਨਾ ਜੇ ਉਦੋਂ ਅਸੀਂ ਤਾਂ ਫਿਰ ਬਹਿ ਜਾਂਦੇ ਹੋਰ 4 ਦਿਨ ਤਾਂ ਲੈ ਕੇ ਉੱਠਦੇ ਮੈਂ ਤਾਂ ਉਦੋਂ ਵੀ ਪਿੱਟਦਾ ਸੀਗਾ ਵੀ ਖੜ ਜਾਓ ਮਹੀਨਾ ਕੀ ਜਾਨ ਨਿਕਲਦੀ ਹੈ ਰਾਜੇਵਾਲ ਸਾਹਿਬ ਖੁਦ ਮੰਨਿਆ ਇੱਕ ਵਿਦੇਸ਼ੀ ਚੈਨਲ ਦੇ ਉੱਤੇ ਔਰ ਬੋਲ ਰਿਹਾ ਕਿ ਡੱਲੇਵਾਲ ਨਹੀਂ ਮੰਨਦਾ ਸੀ
ਉਹ ਕਹਿੰਦਾ ਜੀ ਸਾਨੂੰ ਨਹੀਂ ਉੱਠ ਕੇ ਜਾਣਾ ਚਾਹੀਦਾ। ਅਸੀਂ ਕਹਿੰਦਾ ਮੈਂ ਸਮਝਾਇਆ ਉਹਨਾਂ ਨੂੰ ਵੀ ਤੁਹਾਡੀਆਂ ਫੋਰਸਾਂ ਥੱਕ ਗਈਆਂ, ਤੁਹਾਡੀਆਂ ਫੌਜਾਂ ਥੱਕ ਗਈਆਂ, ਹੁਣ ਦੁਬਾਰਾ ਆ ਜਾਓ ਜੀ, ਚਲੋ ਕਿਹੜਾ ਚੱਲੀਏ। ਇਹ ਕਿਸਾਨੀ ਲੀਡਰਾਂ ਨੇ ਵੀ ਉਸ ਤਰ੍ਹਾਂ ਦੀ ਰਾਜਨੀਤੀ ਕੀਤੀ ਹੈ ਜੀ ਜਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਦੇ ਸਮੇਂ ਦੇ ਵਿੱਚ ਹੋਏ ਵੀ ਹਾਂਜੀ ਹੁਣ ਅਸੀਂ ਕੈਪਟਨ ਨੂੰ ਲਾਉਣ ਲੱਗੇ, ਅਸੀਂ ਉਦੋਂ ਤੱਕ ਚੁੱਪ ਰਹੇ ਜੀ। ਇਹ ਚੁੱਪੀਆਂ ਕਿਉਂ ਰਹੀਆਂ ਜੀ ਤੁਹਾਡੀਆਂ ਵੀ ਇਸ ਫਿਰ ਇਹ ਰਾਜ ਇਹ ਲੀਡਰ ਵੀ ਉਹੀ ਰਾਜਨੀਤਿਕ ਲੀਡਰਾਂ ਵਰਗੇ ਲੀਡਰ ਨੇ ਜੀ। ਇਹੋ ਜਿਹੀਆਂ ਜਥੇਬੰਦੀਆਂ ਹੁਣ ਅਸੀਂ ਇਹ 'ਚ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਕੀਤੀ ਹੈ, ਹੁਣ ਇਹੋ ਜਿਹੀਆਂ ਜਥੇਬੰਦੀਆਂ ਪੰਜਾਬ 'ਚ ਬੈਠੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਜੇਕਰ ਤੁਸੀਂ ਕਰਜ਼ ਮੁਕਤੀ ਦੀ ਗੱਲ ਕਰਨੀ ਆ ਤਾਂ ਅਸੀਂ ਸੋਚਾਂਗੇ ਵੀ ਤੁਹਾਡੇ ਨਾਲ ਰਲ ਕੇ ਅੰਦੋਲਨ ਲੜਨਾ ਹੈ ਕਿ ਨਹੀਂ ਲੜਨਾ। ਪਬਲਿਕ ਦੇ ਵਿੱਚ ਕੀ ਉਹ ਪਰਸੈਪਸ਼ਨ ਦਿੰਦੀਆਂ ਨੇ, ਉਹ ਕਹਿੰਦੇ ਜੀ ਇਹ ਹੰਕਾਰੀ ਨੇ ਸਾਨੂੰ ਨਾਲ ਨਹੀਂ ਰਲਾਉਂਦੇ। ਹੁਣ ਇਹਨਾਂ ਦੀ ਇੱਕ ਚਿੱਠੀ ਆਈ ਸਾਨੂੰ, ਲੋਕਾਂ ਦੇ ਵਿੱਚ ਤਾਂ ਪ੍ਰਚਾਰ ਇਹ ਕਰਤਾ ਕਿ ਜੀ ਅਸੀਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਹੈ, ਡੱਲੇ ਵਾਲਾ ਹੰਕਾਰ ਕਰਦਾ, ਅਸੀਂ ਤਾਂ ਪੈਰਾਂ ਦੇ ਪੱਗ ਧਰਨ ਨੂੰ ਤਿਆਰ ਹੈ, ਡੱਲੇ ਵਾਲਾ ਹੰਕਾਰ ਕਰਦਾ। ਪਰ ਹੋਇਆ ਕੀ ਹੈ, ਇੱਕ ਚਿੱਠੀ ਲਿਖੀ ਗਈ ਹੈ, ਚਿੱਠੀ 'ਚ ਲਿਖਦੇ ਨੇ ਕਿ ਡੱਲੇ ਵਾਲ ਪਹਿਲਾਂ ਇਸ ਗੱਲ ਦੀ ਗਲਤੀ ਮੰਨੇ ਕਿ ਮੈਂ ਇਸ ਸਕੀਮ ਨੌਨ ਪੋਲੀਟੀਕਲ ਬਣਾ ਕੇ ਗਲਤੀ ਕੀਤੀ ਹੈ। ਅੱਛਾ, ਇਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਬਣਾ ਕੇ SSM, ਇਮਾਨਦਾਰੀ ਦੱਸੋ ਉਹ ਐਡੇ ਵੱਡੇ ਥੜੇ ਨੂੰ ਤੋੜਿਆ, ਕਮਜ਼ੋਰ ਕੀਤਾ ਕਿ ਨਹੀਂ ਕੀਤਾ। ਹੁਣ ਉਹ ਕਹਿੰਦੇ ਬਾਰਡਰ ਨਹੀਂ ਟੱਪ ਹੋਏ ਜੀ ਗੈਰ ਰਾਜਨੀਤਿਕਾਂ ਤੋਂ, ਹੁਣ ਉਹ ਤੁਹਾਡੇ ਜ਼ੋਰ ਦੀ ਵੀ ਗੱਲ ਕਰਦੇ ਨਾ ਜੀ, ਉਹ ਕਹਿੰਦੇ ਸਾਡੇ ਕੋਲ ਇਹ ਸੀ ਅਸੀਂ ਆਹ ਚੱਕ ਚੱਕ ਇਹ ਤਾਂ ਲੱਭਣੇ ਨਹੀਂ ਸੀ ਜੀ ਇੱਥੇ ਗਾਡਰ ਗੁਡਰ। ਉਹਨਾਂ ਨੂੰ ਇਹ ਪੁੱਛੋ ਕਿ ਭਾਈ ਜਦੋਂ ਦਿੱਲੀ ਗਏ ਹੋ ਤੁਸੀਂ ਗੱਡੀਆਂ ਦੇ ਨੰਬਰ ਕਿਉਂ ਦਿੱਤੇ ਉਹਨਾਂ ਨੂੰ, ਲਿਖਾਏ ਵੀ ਫਲਾਨੀ ਗੱਡੀ ਆਊਗੀ, ਫਲਾਨੀ ਗੱਡੀ ਆਊਗੀ, ਫਲਾਨੀ ਗੱਡੀ ਆਊਗੀ। ਤੁਹਾਨੂੰ ਲੱਗਦਾ ਫਤਿਹ ਹੋਊਗਾ ਜੀ ਮੋਰਚਾ? ਹੁਣ ਵੋਟਾਂ ਨੇੜੇ ਆ ਜੀ, ਇਲੈਕਸ਼ਨ ਦਾ ਰਿਜ਼ਲਟ 4 ਨੂੰ ਆ ਜਾਣਾ ਜੀ, ਅਤੇ ਜੇ BJP ਦੁਬਾਰਾ ਸੱਤਾ ਦੇ ਵਿੱਚ ਆ ਗਈ ਜੀ ਕਹਿੰਦੇ ਉਸ ਤੋਂ ਵੱਧ ਹੰਕਾਰੀ ਰੂਪ ਦੇ ਵਿੱਚ ਆਉਣਾ ਜੀ, ਫਿਰ ਤਾਂ ਜੀ ਜ਼ਿਆਦਾ ਕੀ ਫਿਰ ਫਿਰ ਕੀ ਫਰਕ ਪੈ ਜੀ? ਜੇ ਭਲਾ BJP ਨਾਲੋਂ ਵੀ ਹੰਕਾਰੀ ਕੋਈ ਆ ਜਾਵੇ, ਇਦੋਂ ਵੀ ਹੰਕਾਰੀ ਆ ਜਾਵੇ, ਕਹੇ ਵੀ ਮੈਂ ਤਾਂ ਲੋਕ ਮਾਰਨੇ ਹੀ ਆ, ਫਿਰ ਅਸੀਂ ਆਪਦੇ ਹੱਕਾਂ ਦੀ ਲੜਾਈ ਛੱਡ ਦਿਆਂਗੇ? ਕਹਿੰਦੇ ਲੀਡਰ ਲੜਾਈ ਨੂੰ ਖਤਮ ਨਹੀਂ ਕਰਦੇ ਹੁੰਦੇ, ਜਾਣ ਕੇ ਜਿਉਂਦਾ ਰੱਖ ਰਿਹਾ ਵੀ ਚੱਲ ਨਹੀਂ। ਹਰਿਆਣੇ ਦੇ ਵਿੱਚ ਸਾਨੂੰ ਕਿਉਂ ਰੋਕਿਆ ਗਿਆ? ਇਸ ਕਰਕੇ ਰੋਕਿਆ ਗਿਆ ਕਿ ਹਰਿਆਣੇ 'ਚ ਵੀ ਸਰਕਾਰ BJP ਦੀ ਹੈ, ਜਦੋਂ ਇੱਥੇ ਵੀ ਸਰਕਾਰ ਕਿਸੇ ਦੂਜੀ ਧਿਰ ਦੀ ਹੈ ਕੋਈ ਸਾਡਾ ਪੰਗਾ ਕਿਉਂ ਲਊਗੀ? ਅਗਲਾ ਕਹਿੰਦਾ ਜਾਣ ਦਿਓ ਇਹਨਾਂ ਨੂੰ, ਅਸੀਂ ਕਿਉਂ ਲੜੀਏ ਇਹਨਾਂ ਨਾਲ, ਅਸੀਂ ਕਿਉਂ ਬੰਦੇ ਮਾਰੀਏ ਜਾਂ ਮਰਵਾਈਏ ਬੰਦੇ ਦਾ, ਫਿਰ ਕਿਉਂ ਅਸੀਂ ਕੇਸ ਮੁਕੱਦਮੇ ਉੱਧਰ ਉੱਧਰ ਹੀ ਕਰੀਏ ਇੱਕ ਦੂਜੇ ਦੇ? ਫਿਰ ਕੀ ਹੋ ਜਾਏਗਾ ਜੇ ਸਰਕਾਰ ਮੰਨ ਲਓ BJP ਵੀ ਆ ਜਾਂਦੀ ਹੈ? ਅੱਗੇ ਹਰਿਆਣੇ ਦੀ ਇਲੈਕਸ਼ਨ ਆ ਗਈ ਸਤੰਬਰ 'ਚ, ਇਹ ਤਾਂ ਹਰਿਆਣੇ ਦੀ ਇਲੈਕਸ਼ਨ ਆ ਗਈ, ਹਰਿਆਣੇ 'ਚ ਫਿਰ ਭਿੜਾਂਗੇ, ਇਹ ਲੜਾਈ ਸਾਡੀ ਜਾਰੀ ਰਹੇਗੀ। ਹਰਿਆਣੇ ਦੇ ਵਿੱਚ ਅਗਰ ਹਰਿਆਣੇ ਦੀ ਸਰਕਾਰ ਬਦਲ ਜਾਂਦੀ ਹੈ, ਦੂਜੀ ਸਰਕਾਰ ਆ ਜਾਂਦੀ ਹੈ, ਤਾਂ ਜਿਹੜਾ ਸ਼ੁਭਕਰਨ ਦਾ ਕਤਲ ਹੋਇਆ ਸਾਡੇ 'ਤੇ, ਜਿਹੜਾ 400 ਬੰਦਾ 433 ਬੰਦੇ ਸਾਡੇ ਜ਼ਖਮੀ ਕੀਤੇ, ਸਾਡੇ ਟਰੈਕਟਰ ਤੋੜੇ, ਉਹਨਾਂ ਅਧਿਕਾਰੀਆਂ ਦਾ, ਉਹਨਾਂ ਲੀਡਰਾਂ ਦਾ ਲੇਖਾ ਤਾਂ ਲਿਆ ਜਾਣਾ ਹੈ ਨਾ। ਤੁਸੀਂ ਸਾਰੀਆਂ ਪਾਰਟੀਆਂ ਨੂੰ ਸੱਦਾ ਕਿਉਂ ਨਹੀਂ ਦਿੰਦੇ ਵੀ ਸਾਰੀਆਂ ਪਾਰਟੀਆਂ ਦੇ ਲੀਡਰ ਪੰਜਾਬ ਦੇ ਆਓ ਯਾਰ, ਬੈਠੀਏ ਆਪਾਂ, ਨਾਲੇ ਪਤਾ ਲੱਗ ਜੂਗਾ ਜਿੱਲੀ ਨੂੰ ਕਾਹਦੇ 'ਤੇ ਬੈਠੀ ਵੀ ਆਹ ਮੁੱਦਿਆਂ ਦੇ ਉੱਤੇ? ਨਹੀਂ, ਇਹ ਤਾਂ ਪੋਲੀਟੀਕਲ, ਇਹਨਾਂ ਨੇ ਤਾਂ ਰਾਜਨੀਤੀ ਕਰਨੀ ਹੈ। ਹੰਸਰਾਜ ਨਹੀਂ, ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਤੁਸੀਂ ਵੀ ਦੇਖੀ ਹੋਣੀ ਹੋ, ਵੀ ਆਪਾਂ ਤਾਂ ਇੱਕ ਗੋਲ ਕਰਨਾ ਸੀ ਕਰ ਲਿਆ, ਆਪਾਂ ਇੱਥੇ ਵੋਟਾਂ ਲੈਣ ਥੋੜ੍ਹੀ ਹੋਣਾ, ਆਪਾਂ ਤਾਂ ਇੱਕ ਵਾਰੀ MP ਬਣਨਾ ਸੀ, ਬਣ ਗਏ, ਆਪਾਂ ਫਕੀਰਾਂ ਦੀ ਮੌਜ ਹੈ ਹੁਣ ਭਾਈ, ਫਕੀਰਾਂ ਦੀ ਮੌਜ ਦੁਬਾਰਾ ਫਿਰ ਕਾਹਤੋਂ ਆ ਗਈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਅਤੇ ਮੈਂ ਜਗਦੀਪ ਸਿੰਘ ਥਲੀ ਹਾਂ, ਇਸ ਵਕਤ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਰੂਬਰੂ ਹੋਏ ਹਾਂ।
ਮੇਰੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ। ਸੋ ਡੱਲੇਵਾਲ ਜੀ ਦਾ ਹੁਣੇ ਹੁਣੇ ਬਿਆਨ ਆਉਂਦਾ ਵੀ ਆਮ ਆਦਮੀ ਪਾਰਟੀ ਨੇ ਸਾਬਿਤ ਕਰਤਾ ਵੀ ਇਹ ਬੀਜੇਪੀ ਦੀ ਬੀ ਟੀਮ ਹੈ, ਕਿਉਂਕਿ ਪਟਿਆਲਾ ਦੇ ਵਿੱਚ ਅੱਜ ਮਹਾਰਾਣੀ ਪ੍ਰਨੀਤ ਕੌਰ ਦਾ ਘਿਰਾਓ ਕਿਸਾਨਾਂ ਨੇ ਕਰਨਾ ਸੀਗਾ, ਉਹਨਾਂ ਦੀ ਕੋਠੀ ਦਾ ਘਿਰਾਓ ਸੀਗਾ, ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ, ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਲਿਆ ਜਾਂਦਾ। ਸੋ ਗੱਲਬਾਤ ਉਸੇ 'ਤੇ ਰਹੇਗੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਦੇ ਉੱਤੇ ਜਾਂ ਜਥੇਬੰਦੀ ਦੇ ਉੱਤੇ ਵੀ ਆ ਰਹੀਆਂ ਨੇ, ਉਸ ਦੇ ਬਾਬਤ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਚੜ੍ਹਦੀ ਕਲਾ ਡੱਲੇਵਾਲ ਸਾਹਿਬ, ਖੁਦਾ ਦੀ ਕਿਰਪਾ, ਵਾਹਿਗੁਰੂ ਮਾਲਕ ਸੱਚੇ ਪਾਤਸ਼ਾਹ। ਕੀ ਗੱਲ ਜੀ, ਉੱਧਰ ਕਿਸਾਨਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਜੀ, ਉੱਥੇ ਤਾਂ ਜੀ ਡੰਡਾ ਪਰੇਡ ਵਾਲਾ ਕੰਮ ਹੋ ਗਿਆ ਸੀਗਾ ਅਤੇ ਤੁਸੀਂ ਇੱਥੇ ਬੈਠੇ ਹੋ ਜੀ। ਦੇਖੋ ਜਿਹੜਾ ਮੇਰੀ ਡਿਊਟੀ ਸੀਗੀ, ਮੈਂ ਇੱਥੇ ਜਿਹੜਾ ਮੋਰਚਾ ਸਾਡਾ ਚੱਲ ਰਿਹਾ, ਹਾਂਜੀ, ਇੱਥੇ ਇੱਕ ਬਹੁਤ ਵੱਡਾ ਜਿਹੜਾ ਘੁਟਾਲਾ ਹੈ, 10 ਲੱਖ ਕਰੋੜ ਦਾ ਕੇਂਦਰ ਦਾ ਘੁਟਾਲਾ। ਅੱਛਾ ਜੀ। ਉਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਸੈਂਸਿਟਿਵ ਮੁੱਦਾ ਲੈ ਕੇ ਇੱਕ ਆਦਮੀ ਸਾਡੇ ਕੋਲ ਪੁਲਿਸਾ ਤੋਂ ਆ ਰਿਹਾ। ਅੱਛਾ ਜੀ। ਉਹਨੇ ਮੈਨੂੰ ਕਿਹਾ ਵੀ ਤੁਸੀਂ, ਮੈਂ ਤੁਹਾਨੂੰ ਮਿਲਣਾ ਹੈ, ਤੁਸੀਂ ਕਿੱਥੇ ਹੋ? ਮੈਂ ਕਿਹਾ ਵੀ ਮੈਂ ਖਨੌਰੀ ਬਾਰਡਰ 'ਤੇ ਹਾਂ, ਤੁਸੀਂ ਉਹਦੀ ਇਸ ਜਿਹੜੀ ਗੱਲਬਾਤ ਜਿਹੜੀ ਹੋਣੀ ਹੈ ਮੇਰੀ ਉਹਦੇ ਨਾਲ, ਹਾਂਜੀ, ਇਹ ਹੋ ਸਕਦਾ ਸਰਕਾਰ ਦੇ ਬਹੁਤ ਸਾਰੇ ਗੁੱਝੇ ਭੇਦ ਖੋਲ੍ਹੇ। ਅੱਛਾ। ਜਿਹੜੀ ਗੱਲ ਨੂੰ ਲੈ ਕੇ ਅਸੀਂ ਇੱਥੇ ਚਰਚਾ ਕਰਨ ਵਾਸਤੇ ਇੱਥੇ ਬੈਠੇ ਹਾਂ, ਦੂਜੀ ਗੱਲ ਹੁਣ ਇਹ ਐਡਾ ਵੱਡਾ ਮੋਰਚਾ ਚੱਲ ਰਿਹਾ ਹੈ। ਠੀਕ ਹੈ ਜੀ। ਜਿਹੜਾ ਇੱਧਰ ਮੋਰਚਾ ਚੱਲ ਰਿਹਾ ਹੈ, ਇਸ ਮੋਰਚੇ ਦਾ ਧਿਆਨ ਕਰਨਾ ਵੀ ਸਾਡੀ ਰਿਸਪੋਂਸੀਬਿਲਟੀ ਹੈ। ਉਸ ਥਾਂ ਦੇ ਉੱਤੇ ਸਾਡੇ ਬੜੇ ਸਤਿਕਾਰਯੋਗ ਆਗੂ ਨੇ, ਕਾਕਾ ਸਿੰਘ ਕੋਟੜਾ ਜੀ, ਜੀ, ਜਨਰਲ ਸੈਕਟਰੀ ਨੇ ਸਾਡੀ ਜਥੇਬੰਦੀ ਦੇ, ਹਾਂਜੀ, ਉਹ ਸਾਰੇ ਉੱਥੇ ਨੇ ਜੀ, ਕਿਉਂਕਿ ਅਸੀਂ ਜਿਹੜੀ ਅਗਲੀਆਂ ਤਿਆਰੀਆਂ ਕਰ ਰਹੇ ਹਾਂ, ਸਾਨੂੰ ਇਹ ਆ ਕਿ ਇੱਥੇ ਕੱਲ੍ਹ ਮੀਟਿੰਗ ਕਰਵਾਈ ਹੈ, ਮੀਟਿੰਗ ਕਰਵਾ ਕੇ ਸਾਰੇ ਜ਼ਿਲ੍ਹਿਆਂ ਤੋਂ ਮਤਲਬ ਬੰਦਿਆਂ ਦੀ ਡਿਊਟੀ ਲਾਈ ਕਿ ਉੱਥੇ ਬੰਦੇ ਪਹੁੰਚਣ, ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ, ਅਤੇ ਸੁਭਾਵਕ ਹੈ ਕਿ ਕੰਮ ਨੂੰ ਵੰਡਿਆ ਜਾਣਾ ਜ਼ਰੂਰੀ ਹੁੰਦਾ। ਜਿੱਡਾ ਵੱਡਾ ਖਿਲਾਰ ਖਿਲਾਰ ਕੇ ਅਸੀਂ ਚਮਕ ਲੜਾਈ ਲੜ ਰਹੇ ਹਾਂ ਜੀ, ਤੋ ਕਿਹਦੀ ਕਿੱਥੇ ਡਿਊਟੀ ਹੋ ਗਈ, ਕਿਹਦੇ ਕਿੱਥੇ ਡਿਊਟੀ ਨਿਭਾਏਗਾ, ਤਾਂ ਉਹਦੇ 'ਚੋਂ ਹੀ ਸਾਰਿਆਂ ਨੇ ਮਤਲਬ ਜਥੇਬੰਦੀ ਵੱਲੋਂ ਹੀ ਸਾਰਾ ਵਿਚਾਰ ਕਰਕੇ ਇਹ ਸੀਗਾ ਕਿ ਉਹਨਾਂ ਨੂੰ ਵੀ ਮਿਲਣਾ ਜ਼ਰੂਰੀ ਹੈ, ਇੱਥੋਂ ਦੇ ਮੋਰਚੇ ਨੂੰ ਵੀ ਸੰਭਾਲਣਾ ਜ਼ਰੂਰੀ ਹੈ, ਅਤੇ ਨਾਲ ਦੀ ਨਾਲ ਮਤਲਬ ਉੱਥੇ ਕਾਕਾ ਸਿੰਘ ਕੋਟਲਾ ਸਾਡੇ ਜਨਰਲ ਸੈਕਟਰੀ ਨੇ, ਜਿਹੜੇ ਮੈਨੂੰ ਲੱਗਦਾ ਬਹੁਤ ਸਮਝ ਰੱਖਣ ਵਾਲਾ ਆਗੂ ਹੈ, ਐਸੀ ਨਹੀਂ ਗੱਲ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰੇਗਾ, ਉਹ ਉੱਥੇ ਹੈਗੇ ਨੇ। ਕੁਝ ਸਮਾਂ ਪਹਿਲਾਂ ਹੀ ਤੁਸੀਂ ਲਾਈਵ ਹੋ ਜਾਂਦੇ ਹੋ ਜੀ, ਅਤੇ ਬੜੇ ਗੁੱਸੇ ਦੇ ਵਿੱਚ ਨਜ਼ਰ ਆਉਂਦੇ ਹੋ, ਅਤੇ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਵੀ ਬੀਜੇਪੀ ਦੀ ਬੀ ਟੀਮ ਹੈ, ਉਸੇ ਰਾਹਾਂ ਦੇ ਉੱਤੇ ਤੁਰ ਪਏ, ਫਿਰ ਇਹਨਾਂ ਨੇ ਸਾਬਿਤ ਕਰਤਾ ਇਹ ਚੀਜ਼, ਇਹ ਕਿਉਂ ਕਹਿਣਾ ਪਿਆ ਜੀ? ਦੇਖੋ ਥਲੀ ਜੀ, ਇਹ ਗੱਲ ਨੂੰ ਤੁਸੀਂ ਅਗਰ ਥੋੜ੍ਹਾ ਜਿਹਾ 13 ਤਰੀਕ ਤੋਂ ਲੈ ਕੇ ਅੱਜ ਤੱਕ ਦਾ ਸਨੈਰੀਓ ਸਾਰਾ ਚੈੱਕ ਕਰੋਗੇ, ਹਾਂਜੀ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਵਾਕਿਆ ਹੀ ਮਤਲਬ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਲੋਕ ਪਹਿਲਾਂ ਬਹੁਤ ਕਹਿੰਦੇ ਸੀ, ਲੇਕਿਨ ਜਿਹੜਾ ਅਸੀਂ ਨੌਨ ਪੋਲੀਟੀਕਲ ਵਿਚਾਰ ਨੂੰ ਲੈ ਕੇ ਚੱਲੇ, ਸਾਡਾ ਮਤਲਬ ਨਹੀਂ ਹੁੰਦਾ ਗਾ ਕਿ ਕਿਸੇ ਪਾਰਟੀ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਮਤਲਬ ਕਿੰਤੂ ਪਰੰਤੂ ਕਰਨਾ, ਸਾਡਾ ਕੋਈ ਨਿਸ਼ਾਨਾ ਨਹੀਂ ਹੁੰਦਾ ਜੀ। ਪਬਲਿਕ ਤੁਹਾਡੇ ਸਾਹਮਣੇ ਬਹੁਤ ਰੌਲਾ ਪਾਉਂਦੀ ਰਹੀ, ਬਹੁਤ ਸਾਰੇ ਲੋਕ ਇਹ ਰੌਲਾ ਪਾਉਂਦੇ ਰਹੇ ਕਿ ਇਹ ਬੀਜੇਪੀ ਦੀ ਹੀ ਬੀ ਟੀਮ ਹੈ, ਲੇਕਿਨ ਹੁਣ ਜਿਹੜਾ ਮੈਂ ਕਿਹਾ ਵੀ ਸਾਬਤ ਕਰਤਾ, ਸ਼ੰਭੂ ਬਾਰਡਰ ਦੇ ਉੱਤੇ ਜੀ, ਖਨੌਰੀ ਬਾਰਡਰ ਦੇ ਉੱਤੇ, ਦੋਨਾਂ ਬਾਰਡਰਾਂ ਦੇ ਉੱਤੇ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਸ ਤਰ੍ਹਾਂ ਦੀ ਸ਼ੈਲਿੰਗ ਹੋਈ ਜੀ, ਗੋਲਾਬਾਰੀ ਹੋਈ, ਇੰਜੈਕਟਰ ਮੋਟਾਰ ਵਰਗੇ ਗੋਲੇ ਦਾਗੇ ਗਏ ਲੋਕਾਂ ਦੇ ਉੱਤੇ, ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਜੀ, ਔਰ ਉਹਦੇ ਵਿੱਚ ਨਾਲ ਅਗਲਾ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਉਹ ਸ਼ਾਇਦ ਵੀਡੀਓ ਬਹੁਤ ਵਾਇਰਲ ਹੋਈ ਹੈ,
ਕਿ ਸਾਡੇ ਟਰੈਕਟਰਾਂ ਨੂੰ ਜਿਹੜੇ ਲੋਕ ਤੋੜ ਰਹੇ ਨੇ ਜੀ, ਉਹਨਾਂ ਦੇ ਸਿਵਲ ਕੱਪੜੇ ਨੇ ਔਰ ਉੱਪਰੋਂ ਜੈਕਟ ਪੁਲਿਸ ਦੀ ਪਾਈ ਹੋਈ ਆ ਉਹਨਾਂ ਦੇ, ਬੁਲਟ ਪਰੂਫ, ਤੇ ਉਹ ਲੋਕਾਂ ਦੇ ਉੱਤੇ ਮਤਲਬ ਟਰੈਕਟਰਾਂ ਨੂੰ ਵੀ ਤੋੜਿਆ, ਉਹਨਾਂ ਨੇ ਫਾਇਰਿੰਗ ਵੀ ਕੀਤੀ ਜੀ। ਇੱਕ ਨੌਜਵਾਨ ਸਾਡਾ ਉਸ ਦਿਨ 21 ਤਰੀਕ ਨੂੰ ਸ਼ਹੀਦ ਹੋਇਆ, ਇੱਕ ਨੌਜਵਾਨ ਨੂੰ ਚੱਕ ਕੇ ਲੈ ਗਏ। ਅਤੇ ਉਸ ਵੇਲੇ ਜਦੋਂ ਇਸ ਤਰ੍ਹਾਂ ਸਾਰਾ ਕੁਛ ਹੋ ਰਿਹਾ ਸੀਗਾ, ਇੰਜੈਕਟਰ ਮੋਟਾਰ ਵਰਗੇ ਹਮਲੇ ਹੋ ਰਹੇ ਸੀ, ਅਸੀਂ ਸਰਕਾਰ ਦੀ ਟੇਬਲ 'ਤੇ ਗੱਲਾਂ ਰੱਖੀਆਂ ਜੀ ਕਿ ਆਹ ਦੇਖੋ ਜੀ ਸਾਡੇ ਨਾਲ ਕੀ ਮਤਲਬ ਹੋ ਰਿਹਾ, ਕਿ ਇਹ ਠੀਕ ਹੈ। ਲੇਕਿਨ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੇ, ਹਾਲਾਂਕਿ ਪੰਜਾਬ ਗੌਰਮੈਂਟ ਦੀ ਉਸ ਵੇਲੇ ਰਿਸਪੋਂਸੀਬਿਲਟੀ ਬਣਦੀ ਸੀ, ਲੋਕਾਂ ਨੇ ਚੁਣਿਆ ਕਿ ਬਈ ਤੁਸੀਂ ਸਾਡੇ ਲੋਕਾਂ ਦੇ ਉੱਤੇ, ਮੇਰੇ ਪੰਜਾਬ ਦੀ ਜਨਤਾ ਦੇ ਉੱਤੇ ਇਹ ਇਹ ਹਥਿਆਰ ਆ ਜਿਹੜਾ, ਇਹ ਮਿਲਟਰੀ ਲੈਵਲ ਦਾ ਜਿਹੜਾ ਤੁਸੀਂ ਵੈਪਨ ਯੂਜ ਕਰ ਰਹੇ ਹੋ, ਕੀ ਤੁਹਾਨੂੰ ਰਾਈਟ ਹੈ, ਕਿੱਥੋਂ ਰਾਈਟ ਲਿਆ ਤੁਸੀਂ ਵਰਤਣ ਦਾ ਜੀ? ਕੋਈ ਸਰਕਾਰ ਨੇ ਸਾਡੇ 'ਤੇ ਸਾਡੇ ਨਾਲ ਮਤਲਬ ਕੋਆਪਰੇਟ ਨਹੀਂ ਕੀਤਾ, ਲੋਕਾਂ ਦੀ ਮਦਦ ਕਰਨ ਦੀ ਕੋਈ ਗੱਲ ਨਹੀਂ। ਸ਼ੁਭ ਕਰਨ ਦੀ ਮੌਤ ਹੋ ਗਈ, ਆਪਾਂ ਨੂੰ 6 ਦਿਨ ਡੈੱਡ ਬੋਡੀ ਰੱਖਣੀ ਪਈ ਜੀ, ਔਰ 3 ਦਿਨ ਰੋਡ ਬਲੋਕ ਰੱਖਣਾ ਪਿਆ, ਫਿਰ ਉਹ ਮਤਲਬ ਉਹਦੀ FIR ਲੌਜ ਹੁੰਦੀ ਹੈ। ਫਿਰ ਟਰੈਕਟਰਾਂ ਦੀ ਉਸੇ ਦਿਨ ਦੀ ਐਪਲੀਕੇਸ਼ਨ ਗਈ ਹੋਈ ਆ, ਅੱਜ ਤੀਕਰ ਮਤਲਬ ਉਹਦੇ 'ਤੇ FIR ਲੌਜ ਨਹੀਂ। ਉਹ ਕੀ ਸੀ ਜੀ ਟਰੈਕਟਰਾਂ ਦੀ? ਜਿਹੜੇ ਇੱਥੇ ਲਗਭਗ 25 ਟਰੈਕਟਰ ਤੋੜੇ ਨੇ, ਠੀਕ ਹੈ ਜੀ, ਔਰ ਇੱਥੇ ਤੀਕਰ ਹੈ ਕਿ ਜਥੇਬੰਦੀ ਦਾ ਸਾਡਾ ਸਿੰਬਲ ਆ, ਸਾਡਾ ਝੰਡਾ ਜਿਹੜਾ ਜੀ, ਉਨਾ ਹੀ ਮਾਣ ਸਨਮਾਨ ਰੱਖਦਾ, ਬੇਸ਼ੱਕ ਦੀ ਕਿਸੇ ਦਾ ਕਿਸੇ ਪਾਰਟੀ ਦਾ ਝੰਡਾ ਹੋਵੇ ਜਾਂ ਕਿਸੇ ਜਥੇਬੰਦੀ ਦਾ ਝੰਡਾ ਹੋਵੇ, ਸਾਰਿਆਂ ਨੂੰ ਆਪਦੇ ਆਪਦੇ ਝੰਡੇ ਦਾ ਮਤਲਬ ਸਤਿਕਾਰ ਹੈ ਜੀ। ਤੋ ਇੱਥੇ ਸਾਡਾ ਝੰਡਾ ਪੈਰਾਂ ਥੱਲੇ ਲਤੜ ਕੇ ਅਤੇ ਖਿੱਚ ਕੇ ਪਾੜਿਆ ਗਿਆ, ਉਸੇ ਸਾਰਾ ਦਿਖਾਇਆ ਇਹਨਾਂ ਨੇ, ਵੀਡੀਓ ਪੇਸ਼ ਕੀਤੀ ਹੈ, ਲੇਕਿਨ ਅੱਜ ਤੱਕ ਉਹਦੇ 'ਤੇ ਇਹਨਾਂ ਨੇ FIR ਲੌਜ ਨਹੀਂ ਕੀਤੀ। ਸਾਡਾ 433 ਕਿਸਾਨ ਨੌਜਵਾਨ ਜ਼ਖਮੀ ਹੋਏ ਨੇ ਜੀ, ਉਹਨਾਂ ਦੀ ਅੱਜ ਤੱਕ MLR ਨਹੀਂ ਕੱਟੀਆਂ ਗਈਆਂ ਉਹਨਾਂ ਬੰਦਿਆਂ ਦੀਆਂ, ਹਾਲਾਂਕਿ ਹੋਸਪਿਟਲ ਦੇ ਵਿੱਚ ਲਗਾਤਾਰ ਇਹ ਗੱਲ ਦੇ ਉੱਤੇ ਅਸੀਂ ਇਹਨਾਂ ਨੂੰ ਐਪਲੀਕੇਸ਼ਨਾਂ ਇਹਨਾਂ ਰਿਕੁਐਸਟਾਂ ਕਰ ਰਹੇ ਹਾਂ ਜੀ। ਹੁਣ ਆ ਜਾਓ ਉਦੋਂ ਅਗਲੇ ਪਾਸੇ, ਇਹ ਬੇਰੁਖੀ ਆਪਣੇ ਸਾਹਮਣੇ ਆ ਗਈ, ਲੋਕਾਂ ਦੀ ਮਦਦ ਕਰਨਾ, ਲੋਕਾਂ ਦੀ ਸਪੋਰਟ ਕਰਨਾ ਕਿਤੇ ਕੋਈ ਨਜ਼ਰ ਨਹੀਂ ਆਇਆ। ਫਿਰ ਅਸੀਂ ਕਰ ਰਹੇ ਹਾਂ BJP ਦੇ ਉੱਤੇ ਕੁਐਸਚਨਿੰਗ ਜੀ। ਹੁਣ ਜਦੋਂ BJP ਦੇ ਕੁਐਸਚਨ ਹੋ ਰਹੀ ਹੈ, ਤਾਂ ਇੱਕ ਆਦਮੀ ਨੇ, ਹਾਲਾਂਕਿ UP ਦੇ ਵਿੱਚ ਅਸੀਂ ਪਰਚਾ ਦਰਜ ਕਰਵਾ ਲਿਆ, UP 'ਚ ਪਰਚਾ ਦਰਜ ਹੋ ਗਿਆ ਉਸ ਵੇਲੇ ਜਦੋਂ ਇੱਕ ਗੱਡੀ ਦੇ ਥੱਲੇ ਦੇ ਕੇ 4 ਸਾਡੇ ਕਿਸਾਨ ਅਤੇ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ, ਲਖੀਮਪੁਰ ਖੀਰੀ ਦੀ ਕਾਂਡ, ਠੀਕ ਹੈ ਜੀ। ਉਹਦੇ ਵਿੱਚ ਮੁਕੱਦਮਾ ਦਰਜ ਹੋ ਗਿਆ, ਅਜੇ ਮਿਸ਼ਰਾ ਟੈਣੀ ਦਾ ਲੜਕੇ ਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਜੀ, ਨਾਲ ਅਜੇ ਮਿਸ਼ਰਾ ਟੈਣੀ ਨੂੰ 120B ਦੇ ਵਿੱਚ ਉਹਨਾਂ ਨੇ ਇਨਵੋਲਵ ਕਰ ਲਿਆ। ਚਲੋ ਇਹ ਸਰਕਾਰ ਨੇ ਆਪਦਾ ਜ਼ਿੰਮੇਵਾਰ ਆਪਦੀ ਉਹ ਸਾਰੀ ਸ਼ੈਲਟਰ ਉਹਦਾ ਉਹਦੇ 'ਤੇ ਕੀਤਾ, ਉਹਨੂੰ ਬਚਾਉਣ ਦਾ ਯਤਨ ਕੀਤਾ, ਇਹ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਜੀ। ਇਹ ਉਹਨਾਂ ਦਾ ਕਰੈਕਟਰ ਹੈ, ਉਹਨਾਂ ਨੇ ਆਪਦੇ ਕਰੈਕਟਰ ਮੁਤਾਬਕ ਚੱਲੇ ਨੇ। ਇੱਥੇ ਜਿਹੜਾ ਹੋਇਆ ਪਿਛਲੇ 2 ਦਿਨ ਪਹਿਲਾਂ, ਸਾਡਾ ਕਿਸਾਨ ਸੇਰਾ ਪਿੰਡ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ ਸੀ, ਵਿਰੋਧ ਨਾ ਕਹੀਏ, ਕੁਐਸਚਨ ਕਰਨ ਦਾ ਪ੍ਰੋਗਰਾਮ ਹੈ ਸਾਡਾ ਜੀ, ਉਹਨੂੰ ਇਹ BJP ਵਾਲੇ ਜਾਂ ਆਮ ਮਤਲਬ ਭਾਸ਼ਾ ਦੇ ਵਿੱਚ ਲੋਕ ਉਹਨੂੰ ਵਿਰੋਧ ਕਰ ਦਿੰਦੇ ਕਹਿ ਦਿੰਦੇ ਆ, ਉਹ ਪ੍ਰੋਗਰਾਮ ਸੀ। ਉੱਥੇ ਇੱਕ ਕਿਸਾਨ ਦੀ ਡੈਥ ਹੋ ਜਾਂਦੀ ਹੈ ਜੀ, ਜਿਹੜੇ ਵਿਅਕਤੀ ਦੇ ਉੱਤੇ ਅਸੀਂ ਐਪਲੀਕੇਸ਼ਨ ਦਿੱਤੀ, ਸ਼ਿਕਾਇਤ ਕੀਤੀ ਹੈ, ਉਹ ਵਿਅਕਤੀ ਇੱਕ ਲਗਭਗ ਹਫ਼ਤਾ ਕੁ ਪਹਿਲਾਂ ਉਹਨੇ ਇੱਕ ਬਿਆਨ ਦਿੱਤਾ ਹੈ ਜੀ, ਉਹਦਾ ਬਿਆਨ ਕਿਧਰੇ ਉੱਠ ਨਹੀਂ ਗਿਆ ਗਾ, ਅਖਬਾਰਾਂ 'ਚ ਪਿਆ। ਉਹਦੇ ਬਿਆਨ ਉਹਨੇ ਦਿੱਤਾ ਕਿ ਮੈਂ ਲੈ ਕੇ ਜਾਊਂਗਾ ਉਮੀਦਵਾਰਾਂ ਨੂੰ, ਦੇਖਾਂਗੇ ਕੌਣ ਸਵਾਲ ਕਰਦਾ ਹੈ। ਹਰਪਾਲਪੁਰਾ ਦੀ ਗੱਲ, ਹਰਪਾਲਪੁਰਾ ਜੀ, ਹਰਵਿੰਦਰ ਹਰਪਾਲਪੁਰਾ। ਅੱਛਾ, ਉਹ ਬੰਦਾ ਬਿਆਨ ਦਿੰਦਾ ਹੈ, ਜਿਸ ਦਿਨ ਦੀ ਇੰਸੀਡੈਂਟ ਹੋਈ ਹੈ ਉਸ ਦਿਨ ਕੀ ਹੁੰਦਾ ਉਦੋਂ ਅੱਗੇ, ਕਿ ਰਾਣੀ ਮਹਾਰਾਣੀ ਵਾਪਸ ਮੁੜ ਗਈ,
ਇਹਨੂੰ 1.5-2 ਕਿਲੋਮੀਟਰ ਤੋਂ ਮੋੜ ਕੇ ਲਿਆ ਫਿਰ ਉਹ ਹਰਵਿੰਦਰ ਹਰਪਾਲਪੁਰਾ ਦੁਬਾਰਾ ਇਹਨੂੰ ਉੱਥੋਂ ਮੋੜ ਕੇ ਲਿਆਉਂਦਾ। ਇਹ ਕਿਸ ਗੱਲ ਦੇ ਆਧਾਰ 'ਤੇ ਤੁਸੀਂ ਸਬੂਤ ਕਹਿ ਰਹੇ ਹੋ? ਦੇਖੋ ਇਹ ਤਾਂ ਬਹੁਤ ਸਾਰੇ ਉੱਥੇ ਮਤਲਬ ਤੱਥ ਮਿਲ ਜਾਣਗੇ, ਲੋਕ ਦੱਸ ਦੇਣਗੇ ਕਿ ਤੁਹਾਨੂੰ ਮੋੜ ਕੇ, ਹਰਵਿੰਦਰ ਹਰਪਾਲਪੁਰਾ ਲਾਈਵ ਹੁੰਦੇ ਆ ਜੀ, ਉਹ ਕਹਿੰਦੇ ਵੀ ਇਹ ਮੇਰਾ ਦੋਸਤ ਸੀ, ਬਹੁਤ ਵਧੀਆ ਸੋਈ ਅਤੇ ਅਸੀਂ ਇਕੱਠੇ ਅਕਾਲੀ ਦਲ 'ਚ ਵੀ ਕੰਮ ਕੀਤਾ। ਹੋਏਗਾ, ਇਹ ਨਹੀਂ ਕੋਈ ਗੱਲ ਹੈ, ਇਹ ਨਹੀਂ ਕੋਈ ਗੱਲ, ਪਤਾ ਨਹੀਂ ਹੁੰਦਾ ਗਾ ਭੀੜ ਦੇ ਵਿੱਚ ਜਦੋਂ ਕੋਈ ਤੱਕਮ ਤੱਕੀ ਹੁੰਦੇ ਆ, ਕਿਸੇ ਨਾਲ ਵੀ ਕੋਈ ਇੰਸੀਡੈਂਟ ਵਾਪਰ ਜਾਂਦਾ ਤਾਂ ਉਹਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ। ਹੋ ਸਕਦਾ ਦੋਸਤ ਹੋਣੇ ਪਿਛਲੇ ਸਮੇਂ ਦੇ ਵਿੱਚ, ਕੋਈ ਮੈਂ ਅਸੀਂ ਕਿਹੜਾ ਕਹਿੰਦੇ ਵੀ ਇਹਨਾਂ ਦੁਸ਼ਮਣੀ ਸੀ ਕੋਈ, ਦੁਸ਼ਮਣੀ ਤਾਂ ਅਸੀਂ ਵੀ ਨਹੀਂ ਨਾ ਕਹਿ ਰਹੇ, ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜਾ ਉਹ ਹੋਇਆ ਘਟਨਾ ਉੱਥੇ ਘਟਨਾ ਕਰਮ, ਉਹ ਇੱਕ ਅਟੈਂਸ਼ਨ ਲਈ ਸੋਚ ਕੇ ਆਏ ਉੱਥੋਂ ਦੁਬਾਰਾ ਕਿ ਚਲੋ ਯਾਰ ਦੇਖਦੇ ਹਾਂ ਕੌਣ ਮਤਲਬ ਸਵਾਲ ਕਰਦਾ, ਔਰ ਉਹ ਬੰਦਾ ਗੱਡੀ 'ਚੋਂ ਉਤਰਦਾ ਨਾਲ ਆਪਦੇ 3-4 ਬੰਦੇ ਹੋਰ ਉਤਰਦੇ ਨੇ ਉਹਦੇ, ਔਰ ਉਹ ਲੋਕਾਂ ਨਾਲ ਉੱਥੇ ਧੱਕਮ ਧੱਕੀ ਹੁੰਦੇ ਨੇ। ਮੈਂ ਜਿਹੜੀ ਕਹਿਣੀ ਚਾਹ ਰਿਹਾ ਗੱਲ, ਹੁਣ ਉਹ ਸਾਰਾ ਕੁਝ ਹੋਇਆ ਉਹਦੇ ਉੱਤੇ ਟੈਨਸ਼ਨ ਨਜ਼ਰ ਆ ਗਈ ਕਿ ਇਹਨਾਂ ਬੰਦੀ ਟੈਨਸ਼ਨ ਨਾਲ ਹੀ ਇਸ ਨਾਲ ਆਏ ਉਹ ਉੱਥੇ ਦੁਬਾਰਾ। ਹੁਣ ਜੇ ਦੁਬਾਰਾ ਟੈਨਸ਼ਨ ਨਾਲ ਆਏ ਤਾਂ ਫਿਰ ਜੇਕਰ ਮਹਾਰਾਣੀ ਉਸ ਇਹਦੇ ਉਹਦੀ ਟੈਨਸ਼ਨ ਨਹੀਂ ਸੀ ਇਹ ਕੁਛ ਕਰਨ ਦੀ ਤਾਂ ਉਹਨੂੰ ਰੋਕਣਾ ਚਾਹੀਦਾ ਸੀ। ਉਹ ਉਮੀਦਵਾਰ ਹੈ ਵੀ ਖਬਰਦਾਰ ਨਹੀਂ ਜਾਣਾ, ਮੈਂ ਜਾਏਗੀ ਵਾਪਸ ਆ ਗਈ ਹੁਣ ਆਪਾਂ ਅਗਲੇ ਪਿੰਡ ਚੱਲੋ, ਉੱਧਰ ਜਾਣ ਦਾ ਕੋਈ ਤੁੱਕ ਨਹੀਂ ਬਣਦੀ ਸੀ। ਜੇ ਉਹਦੇ ਨਾਲ ਉਹ ਵੀ ਮੁੜ ਕੇ ਆਈ ਹੈ ਨਾ ਉੱਥੇ, ਇਹਦਾ ਮਤਲਬ ਉਹਨਾਂ ਦੀ ਇੰਟੈਂਸ਼ਨ ਸੀ, ਉਹ ਇਹ ਸੋਚ ਕੇ ਹੀ ਆਏ ਸੀ ਕਿ ਅਸੀਂ ਉੱਥੇ ਮਤਲਬ ਲੋਕਾਂ ਨਾਲ ਧੱਕਮ ਧੱਕੀ ਹੋਣਾ ਹੈ। ਉਸ ਧੱਕਮ ਧੱਕੀ ਦੇ ਵਿੱਚ ਉਹ ਇੰਸੀਡੈਂਟ ਜਿਹੜਾ ਸਾਰਾ ਉਹ ਵਾਪਰਿਆ। ਹੁਣ ਉਹ ਤੋਂ ਮੈਂ ਕਿਉਂ ਕਹਿ ਰਿਹਾ ਗੱਲ, ਇਹ ਪਰਚਾ ਦਰਜ ਹੋ ਗਿਆ, ਅਸੀਂ ਉਸ ਦਿਨ ਲੋਕਾਂ ਨੇ ਲਿਖਿਆ ਕਿ ਜਿਹੜੀ ਪਰਿਵਾਰ ਲਿਖਦਾ ਹੈ ਐਪਲੀਕੇਸ਼ਨ ਉਹਦੇ 'ਚ ਲਿਖਦਾ ਹੈ ਕਿ ਮਹਾਰਾਣੀ ਦਾ ਪ੍ਰੋਗਰਾਮ ਹੈ, ਮਹਾਰਾਣੀ ਉੱਥੇ ਉਤਰੀ ਜੀ, ਠੀਕ ਹੈ, ਫਿਰ ਵੀ ਮਹਾਰਾਣੀ ਨੂੰ ਮਤਲਬ ਛੱਡ ਦਿੱਤਾ ਗਿਆ, ਉਹਨੂੰ 120B ਦੇ ਵਿੱਚ ਇਨਵੋਲਵ ਨਹੀਂ ਕੀਤਾ। ਸੈਕਿੰਡ, ਉਸ ਬੰਦੇ ਨੂੰ ਮੌਕਾ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਵੀ ਤੂੰ ਆਪਦੀ ਮਤਲਬ ਬੇਲ ਬੂਲ ਕਰਾ ਕੇ ਨਿਕਲ ਜਾ, ਤੂੰ ਆਪਦਾ ਕੰਮ ਫ੍ਰੀ ਕਰ ਲਾ, ਹਜੇ ਤੱਕ ਉਹਨੂੰ ਮਤਲਬ ਅਰੈਸਟ ਨਹੀਂ ਕੀਤਾ ਜਾ ਰਿਹਾ। ਤਾਂ ਇਹਦਾ ਮਤਲਬ ਇਹ ਹੈ ਕਿ ਜੋ BJP ਕਰ ਰਹੀ ਹੈ, BJP ਦੀ ਸ਼ੈਲਟਰ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੀ ਪੁਲਿਸ ਕਰ ਰਹੀ ਹੈ। ਅੱਜ ਜੇ ਅਸੀਂ ਸਾਡੇ ਬੰਦੇ ਨੇ ਪ੍ਰੋਗਰਾਮ ਰੱਖਿਆ ਕਿ ਅਸੀਂ ਰਾਣੀ ਦੇ ਮਹਿਲ ਦੇ ਅੱਗੇ ਜਾਵਾਂਗੇ, ਉੱਥੇ ਉਹਦਾ ਰੋਸ ਪ੍ਰਗਟ ਕਰਾਂਗੇ ਵੀ ਤੇਰੇ ਬੰਦੇ ਆਹ ਕਰ ਰਹੇ, ਤੁਸੀਂ ਆਹ ਕਰ ਰਹੇ ਹੋ ਸਾਡੇ ਨਾਲ, ਤਾਂ ਉੱਥੇ ਵੀ ਬਿਲਕੁਲ ਅੱਜ ਤੁਸੀਂ ਦੇਖਿਆ, ਮੇਰਾ ਖਿਆਲ ਹੈ 2-3 ਥਾਣਿਆਂ ਦੀ ਰਿਪੋਰਟ ਆਈ ਹੈ ਮੇਰੇ ਕੋਲ ਕਿ 250 ਕਿਸਾਨ ਸਾਡਾ ਥਾਣੇ 'ਚ ਬੰਦ ਹੈ। ਅੱਛਾ, ਵੱਖ ਵੱਖ ਰੋਡਾਂ ਦੇ ਉੱਤੇ ਰੋਕ ਲਿਆ ਗਿਆ, ਫਤਿਹਗੜ੍ਹ ਸਾਹਿਬ ਤੋਂ ਆਉਣ ਵਾਲੇ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਉੱਥੇ ਰੋਕ ਲਿਆ, ਰਾਜਪੁਰਾ ਸਾਈਡ ਤੋਂ ਵਾਲਿਆਂ ਨੂੰ ਉੱਥੇ ਉੱਧਰ ਰਸਤੇ 'ਚ ਰੋਕ ਲਿਆ, ਤਾਂ ਇੱਧਰ ਸਾਡੇ ਜਿਹੜੇ ਜਾ ਰਹੇ ਸੀ ਇਹਨਾਂ ਨੂੰ ਕੁਛ ਨੂੰ ਮਤਲਬ ਗ੍ਰਿਫਤਾਰ ਕੀਤਾ ਰਜਿੰਦਰਾ ਹੋਸਪਿਟਲ ਦੇ ਨੇੜੋਂ ਕਰਕੇ ਕਿਤੋਂ। ਤਾਂ ਜਿਹੜਾ ਕੁਛ ਉਹ ਕੀਤਾ ਗਿਆ ਨਾ ਉਹ ਦੱਸਦਾ ਹੈ ਸਾਰਾ ਕੁਛ ਕਿ ਉਹਨਾਂ ਨੇ BJP ਦੀ ਇੱਕ ਸੁਰੱਖਿਆ ਦੇ ਉੱਤੇ ਸਰਕਾਰ ਉਤਰੀ ਹੈ, ਨਾ ਕਿ ਮਤਲਬ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ। ਪਰ ਉਹ ਕਹਿੰਦੇ ਜੀ ਵੀ ਇਸ ਕਰਕੇ ਜਿਹੜੀ ਕਾਰਵਾਈ ਜਿਹੜੀ ਹੋਈ ਹੈ ਬਈ ਕਿਸੇ ਨੂੰ ਵੀ ਕੋਈ ਵੀ ਆ ਕੇ ਫਿਰ ਤਾਂ ਗੁੰਡਾਗਰਦੀ ਕਰਨ ਲੱਗ ਜੂਗਾ ਜੀ, ਕਿਸਾਨਾਂ ਦੀ ਆੜ ਦੇ ਵਿੱਚ ਬਈ ਅਸੀਂ ਤਾਂ ਜੀ ਉਹ ਕਰ ਰਹੇ ਹਾਂ ਜੀ, ਵਿਰੋਧ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਵੀ ਫਿਰ ਤਾਂ ਜੇ ਕੋਈ ਅੱਜ ਇੱਕ ਕਿਸਾਨ ਮਰਿਆ ਕੱਲ੍ਹ ਨੂੰ 4 ਮਰ ਜਾਣਗੇ, ਫਿਰ ਹੋਰ ਵੱਡਾ ਵਿਰੋਧ ਹੋ ਜੂਗਾ ਜੀ, ਪ੍ਰਵੋਕ ਕੀਤਾ ਜਾ ਰਿਹਾ। ਗੱਲ ਸਮਝਣ ਵਾਲੀ ਹੁਣ ਇੱਥੇ ਚੰਨਾ ਲੱਗਦਾ ਇਹ ਵੀ ਹੈ। ਹਾਂਜੀ, ਇਹਦੇ ਵਿੱਚ ਥਲੀ ਜੀ ਸਮਝੋ ਇੱਕ ਗੱਲ ਨੂੰ ਕਿ ਹੁਣ ਸਾਡਾ ਪੱਖ ਇਹਦੇ 'ਚ ਇਹ ਹੈ, ਉਹ ਤਾਂ ਕਹਿੰਦੇ ਵੀ ਇਸ ਤਰ੍ਹਾਂ ਕੋਈ ਕੱਲ੍ਹ ਨੂੰ ਹੋਰ ਆ ਜਾਏਗਾ ਸਵਾਲ ਕਰਨ, ਹੁਣ ਸਾਡਾ ਪੱਖ ਇਹਦੇ 'ਚ ਇਹ ਹੈ ਕਿ ਸਾਥੋਂ ਤੁਸੀਂ ਵੋਟਾਂ ਲਈਆਂ, ਇਹ ਕਹਿ ਕੇ ਲਈਆਂ ਕਿ ਤੁਹਾਨੂੰ ਇੱਥੋਂ ਤੀਕਰ ਲੋਕਾਂ ਨੂੰ ਕਿਹਾ ਕਿ 15-15 ਲੱਖ ਰੁਪਈਆ ਹਰੇਕ ਦੇ ਅਕਾਊਂਟ 'ਚ ਆਏਗਾ ਜੀ। ਪਹਿਲੀ ਗੱਲ, ਸਾਨੂੰ ਕਿਸਾਨਾਂ ਨੂੰ ਕਿਹਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਸਾਨੂੰ ਕਿਸਾਨਾਂ ਨੂੰ ਕਿਹਾ ਕਿ ਕਰਜ਼ਾ ਮਾਫ਼ ਕਰਾਂਗੇ,
ਸਾਨੂੰ ਅੰਦੋਲਨ ਦੇ ਦੌਰਾਨ ਕਿਹਾ ਕਿ MSP ਦੀ ਗਰੰਟੀ ਦੇਵਾਂਗੇ, ਇਹ ਕਿਹਾ ਸਾਰਾ ਕੁਛ। ਹੁਣ ਸਾਨੂੰ ਉਹ ਤੁਸੀਂ ਕਹਿ ਦਾ ਸਾਥੋਂ ਵੋਟਾਂ ਤੁਸੀਂ ਲੈ ਲਈਆਂ ਜੀ, ਸੱਤਾ ਦਾ ਆਨੰਦ ਤੁਸੀਂ ਮਾਣ ਲਿਆ ਅਤੇ ਦੁਬਾਰਾ ਵੋਟਾਂ ਲੈਣ ਫਿਰ ਆ ਰਹੇ ਹੋ, ਤਾਂ ਕੀ ਤੁਹਾਡੇ ਕੋਲੋਂ ਇਮਾਨਦਾਰੀ ਨਾਲ ਇਹ ਗੱਲ ਸਮਝੋ ਕਿ ਬਣਦਾ ਨਹੀਂ ਲੋਕਾਂ ਦਾ ਰਾਈਟ ਕਿ ਪਿਛਲਾ ਹਿਸਾਬ ਮੰਗਣ, ਪਿਛਲਾ ਹਿਸਾਬ ਪੁੱਛਣਾ ਲੋਕਾਂ ਦਾ ਰਾਈਟ ਨਹੀਂ ਹੈ। ਲੋਕਾਂ ਦਾ ਰਾਈਟ ਹੈ ਕਿ ਜਿਹੜਾ ਭਾਈ ਤੁਸੀਂ ਸਾਡੇ ਨਾਲ ਪਿੱਛੇ ਵਾਇਦਾ ਕੀਤਾ ਉਹ ਵਾਇਦਾ ਪੂਰਾ ਕੀਤਾ ਵੀ ਹੈ ਕਿ ਨਹੀਂ ਕੀਤਾ, ਅਗਰ ਨਹੀਂ ਕੀਤਾ ਤਾਂ ਫਿਰ ਦੁਬਾਰਾ ਕਿਸ ਆਧਾਰ 'ਤੇ ਤੁਸੀਂ ਹੁਣ ਇਹ ਤਾਂ ਉਦੋਂ ਵੀ ਵੱਡਾ ਰੋਸ ਆ ਹੁਣ ਲੋਕਾਂ ਨੂੰ ਕਿ ਤੁਸੀਂ ਇਹ ਕਹਿਤਾ ਕਿ ਅਸੀਂ ਤੁਹਾਡੇ ਨਾਲ ਵਾਇਦਾ ਤਾਂ ਕਰ ਲਿਆ, ਸੱਤਾ ਅਸੀਂ ਹਾਸਲ ਕਰ ਲਈ, ਸੱਤਾ ਦਾ ਆਨੰਦ 10 ਸਾਲ ਭੋਗ ਲਿਆ, ਲੇਕਿਨ ਤੁਸੀਂ ਸਾਨੂੰ ਵਾਇਦਾ ਯਾਦ ਕਰਾਉਣ ਦਿੱਲੀ ਨਹੀਂ ਆ ਸਕਦੇ। ਅਗਰ ਦਿੱਲੀ ਆਓਗੇ ਤਾਂ ਤੁਹਾਡੇ ਕੋਲ ਘੇਰ ਘੇਰ ਕੇ ਸਾਨੂੰ ਸਵਾਲ ਨਾ ਕਰੋ, ਤੁਹਾਡੇ ਕੋਲ ਸੁੱਚ ਹੈਗਾ ਭਾਈ ਦੱਬ ਲਓ ਜੇ ਸਾਡਾ ਅਸੀਂ ਨਹੀਂ ਕੀਤਾ ਹੋਇਆ, ਉਹ ਇਹੀ ਤਾਂ ਰਾਜਨੀਤੀ ਹੈ ਜੀ। ਮੈਂ ਸਵਾਲ ਨਹੀਂ, ਸਵਾਲ ਕਿਉਂ ਨਾ ਕਰੋ, ਸਵਾਲ ਇਹੀ ਤਾਂ ਗੱਲ ਹੈ ਲੋਕਤੰਤਰ ਦੇ ਅੰਦਰ ਇਹ ਵੀ, ਜੇਕਰ ਉਹਨਾਂ ਨੂੰ ਹਾਂ ਸਾਨੂੰ ਬਟਨ ਨੱਪਣ ਦਾ ਰਾਈਟ ਹੈ, ਹਾਂਜੀ ਹਰ ਇੱਕ ਵੋਟਰ ਨੂੰ ਰਾਈਟ ਹੈ, ਪਰ ਸਾਨੂੰ ਇਹ ਵੀ ਤਾਂ ਰਾਈਟ ਹੈ ਨਾ ਕਿ ਅਸੀਂ ਇਹਨਾਂ 'ਤੇ ਕੁਐਸਚਨ ਕਰੀਏ। ਅਸਲ ਦਰਅਸਲ ਥਲੀ ਜੀ ਜਿਹੜੀ ਮੇਨ ਗੱਲ ਕੀ ਹੈ, ਸਾਡੇ ਵਿਰੋਧ ਦੀ ਤਕਲੀਫ ਕਿਉਂ ਹੈ, ਇਹ ਇਕੱਲੀ BJP ਨੂੰ ਨਹੀਂ ਹੈ ਜੀ, ਹਰ ਇੱਕ ਪੋਲੀਟੀਕਲ ਧਿਰ ਨੂੰ ਸਾਡੀ ਇਸ ਵਿਰੋਧ ਦਾ ਤਕਲੀਫ ਹੈ, ਇਸ ਸਵਾਲਾਂ ਦਾ ਤਕਲੀਫ ਹੈ ਕਿਉਂ। ਹਰ ਇੱਕ ਨੂੰ ਇਹ ਲੱਗਦਾ ਕਿ ਪੰਜਾਬ ਦਾ ਕਿਹੋ ਜਿਹਾ ਮਾਹੌਲ ਸੀਗਾ, ਕਿਹੋ ਜਿਹਾ ਅਸੀਂ ਸਿਰਜੀ ਬੈਠੇ ਸੀ ਕਿ ਲੋਕ ਪੋਲੀਟੀਕਲ ਲੀਡਰ ਪਿੰਡ 'ਚ ਜਾਂਦਾ ਹੈ ਅਤੇ ਉਹਦੇ ਪੈਰਾਂ ਥੱਲੇ ਹੱਥ ਦਿੰਦੇ ਨੇ ਜੀ, ਲੋਕ ਉਹਨੂੰ ਮੇਵੇ ਖਵਾਉਂਦੇ ਨੇ, ਲੋਕ ਉਹਨੂੰ ਦੁੱਧ ਪਿਆਉਂਦੇ ਨੇ, ਲੋਕ ਉਹਨਾਂ ਨੂੰ ਬਰਫੀਆਂ ਖਵਾਉਂਦੇ ਨੇ, ਲੋਕ ਉਹਨਾਂ ਨੂੰ ਕਦੇ ਨੋਟਾਂ ਨਾਲ ਤੋਲਦੇ ਨੇ, ਕਦੇ ਉਹਨਾਂ ਨੂੰ ਲੱਡੂਆਂ ਨਾਲ ਤੋਲਦੇ ਨੇ, ਵੀ ਇਹ ਤਾਂ ਟ੍ਰੈਂਡ ਹੀ ਇਹਨਾਂ ਲੋਕਾਂ ਨੇ ਲੋਕਾਂ ਦੇ ਮੂੰਹ 'ਚ ਜ਼ਬਾਨ ਪਾਤੀ, ਲੋਕਾਂ ਨੂੰ ਸਮਝਾ ਤਾ, ਲੋਕ ਤਾਂ ਜਿੰਨਾ ਇਹ ਸਾਡੇ 'ਤੇ ਸਵਾਲ ਕਰਨ ਲੱਗ ਗਏ। ਇਹ ਢੰਗ ਦੇ ਨਾਲ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਲੀਡਰਾਂ ਨੂੰ ਇਹ ਲੱਗਿਆ ਕਿ ਜਿਹੜੀ ਉਹ ਸਾਡੀ ਖੁਸ਼ਾਮਦੀ ਕਰਨ ਵਾਲੇ ਲੋਕ ਸੀ ਉਹ ਨੂੰ ਖੁਸ਼ਾਮਦੀ ਕਰਨ ਦੀ ਬਜਾਏ ਸਾਡੇ 'ਤੇ ਸਵਾਲ ਕਰਿਆ ਕਰਨਗੇ, ਅਤੇ ਜਿਹੜੀ ਅਸੀਂ ਲੋਕਾਂ ਨੂੰ ਹਨੇਰੇ 'ਚ ਰੱਖ ਕੇ ਲੋਕਾਂ ਨੂੰ ਧੋਖੇ 'ਚ ਰੱਖ ਕੇ ਠੱਗੀਆਂ ਮਾਰਨੀਆਂ ਸੀ ਉਹ ਸਾਡੇ ਲਈ ਮਾਰਨੀਆਂ ਔਖੀਆਂ ਨੇ। ਇਸ ਕਰਕੇ ਹੀ BJP ਦਾ ਵਿਰੋਧ BJP ਦਾ ਹੋ ਰਿਹਾ ਹੈ ਅਤੇ ਤਕਲੀਫ ਪੰਜਾਬ ਗਵਰਨਮੈਂਟ ਨੂੰ ਹੋ ਰਹੀ ਹੈ। ਉਹ ਤਾਂ ਇਹ ਕਹਿੰਦੇ ਜੀ ਵੀ ਮਿਲ ਕੇ BJP ਅਤੇ ਆਪ ਨੂੰ ਤਾਂਬਣਿਆ ਜਾ ਰਿਹਾ। ਨਿੱਜੀ ਤੌਰ 'ਤੇ ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਨੂੰ ਕਿਸਾਨਾਂ ਦੇ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਕੁਛ ਆਗੂ ਨੇ ਉਹ ਰਲ ਕੇ ਨਿੱਜੀ ਤੌਰ 'ਤੇ ਦੋਸਤੀ ਨਿਭਾਈ ਜਾ ਰਹੀ ਜਾਂ ਉਹਨਾਂ ਨੂੰ ਚੰਗਾ ਸਮਝਿਆ ਜਾ ਰਿਹਾ ਵੀ ਤਾਂ ਜੋ ਡਾਕਟਰ ਗਾਂਧੀ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਜੀ। ਜਿੱਦੇ ਅਸੀਂ ਇੱਥੇ ਆਏ ਹਾਂ, ਤੁਸੀਂ ਪੱਤਰਕਾਰ ਹੋ ਜੀ, ਤੁਹਾਨੂੰ ਮੇਰਾ ਖਿਆਲ ਹੈ ਮੇਰੇ ਨਾਲੋਂ ਵੱਧ ਸਾਰੀਆਂ ਗੱਲਾਂ ਦਾ ਪਤਾ, ਕਿਉਂਕਿ ਸਾਡੇ ਯਾਦ ਨਹੀਂ ਰਹਿੰਦੀਆਂ ਜੀ, ਤੁਹਾਡੇ ਦੇਖ ਕੇ ਗੱਲ ਮਤਲਬ ਕੈਮਰੇ 'ਚ ਰਿਕਾਰਡ ਹੈ। ਅਸੀਂ ਜਦੋਂ ਇੱਥੇ ਆਏ ਹਾਂ ਸਾਨੂੰ ਇਹ ਕਿਹਾ BJP ਵਾਲਿਆਂ ਨੇ ਕਿ ਇਹ ਆਮ ਆਦਮੀ ਪਾਰਟੀ ਨੇ ਬਿਠਾਏ ਆ, ਇਹ ਸਰਕਾਰ ਨੇ ਬਿਠਾਏ ਨੇ, ਕਹਿੰਦੀ ਰਹੀ ਸਾਨੂੰ ਪੰਜਾਬ ਸਰਕਾਰ ਨੇ ਬਿਠਾਏ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਕਿਸੇ ਦੇ ਉੱਤੇ ਸਵਾਲ ਕਰਾਂਗੇ ਨਾ ਉਹ ਫੱਟ ਦੇਣੇ ਸਾਡੇ 'ਤੇ ਟੈਗ ਦੂਜੇ ਦਾ ਲਾ ਦਿੰਦਾ ਹੈ। ਜੇ ਅਸੀਂ ਇੱਕ ਵਾਰੀ ਮੈਂ ਡਿਬੇਟ 'ਚ ਬੈਠਾ, ਮੁੱਦਾ ਸੀਗਾ ਸਾਡਾ ਇਹਦੇ ਨਾਲ ਪੰਜਾਬ ਸਰਕਾਰ ਨਾਲ ਜੀ, ਪੰਜਾਬ ਸਰਕਾਰ ਦਾ BJP ਇਹਨਾਂ ਦਾ BJP ਦਾ ਵੀ ਇੱਕ ਬੰਦਾ ਬੈਠਾ, ਪੰਜਾਬ ਸਰਕਾਰ ਦਾ ਵੀ ਬੈਠਾ, ਅਕਾਲੀ ਅਤੇ ਕਾਂਗਰਸ ਮੈਂ ਵੀ ਬੈਠਾ। ਮੈਂ ਉਹਨਾਂ ਦੇ ਜਦੋਂ ਗੱਲ ਹੋ ਰਹੀ ਸੀ, ਸਵਾਲਾਂ ਦੇ ਜਵਾਬ ਹੋ ਰਹੇ ਸੀ ਜੀ, ਕੁਐਸਚਨਿੰਗ ਹੋ ਰਹੀ ਸੀ ਸਾਡੀ ਉਧਰ ਉਧਰ ਹੀ, ਆਮ ਆਦਮੀ ਪਾਰਟੀ ਦਾ ਲੀਡਰ ਇਹ ਕਹਿ ਰਿਹਾ ਵੀ ਤੁਸੀਂ BJP ਪ੍ਰਤੀ ਸੌਫਟ ਹੋ। ਅੱਛਾ, ਅਤੇ ਜੇ ਅਸੀਂ BJP ਨਾਲ ਪੰਗਾ ਲੈ ਰਹੇ ਹਾਂ ਲੜ ਰਹੇ ਹਾਂ ਅਤੇ BJP ਕਹਿੰਦੀ ਤੁਸੀਂ ਕਾਂਗਰਸ ਆਪਣੇ ਨਾਲ ਆਮ ਆਦਮੀ ਪਾਰਟੀ ਨਾਲ ਸੌਫਟ ਹੋ। ਜੇ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਗੱਲਾਂ ਦੇ ਸਵਾਲ ਤਾਂ ਥਲੀ ਜੀ ਬਣਦੇ ਆ,
ਜਿਹੜੇ ਆਮ ਆਦਮੀ ਪਾਰਟੀ ਦੇ ਬੰਦ ਉਹ ਆਮ ਆਦਮੀ ਤੋਂ ਪਿੱਛੇ ਜਾਣਗੇ। ਇੰਨਾ ਨਹੀਂ ਮਤਲਬ ਆਮ ਆਦਮੀ ਪਾਰਟੀ ਦੇ ਅਸੀਂ ਨੋਨ ਪੋਲੀਟੀਕਲ ਐਵੇਂ ਨਹੀਂ ਗਏ ਸੀ। ਚਾਰੇ ਪਾਰਟੀਆਂ ਲਈ ਸਟੈਂਡ ਕੀ ਹੈ ਜੀ ਤੁਹਾਡਾ? ਜਿਹੜਾ ਦੂਸਰੇ ਨੇ, ਸੁਣਿਓ ਮੈਂ ਜਿਹੜੀ ਦੂਸਰਿਆਂ ਦੀ ਗੱਲ ਕਰਦਾ ਜੀ, ਦੂਸਰਿਆਂ ਦੇ ਉੱਤੇ ਸਾਡਾ ਸਵਾਲ ਹੈ। ਦੂਸਰਿਆਂ ਨੇ ਇਹ ਕਹਿਤਾ ਕਿ ਅਸੀਂ ਕਿਸਾਨਾਂ ਦਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਕਰਾਂਗੇ, ਐਮ ਐਸ ਪੀ ਦੀ ਗਰੰਟੀ ਵੀ ਦੇਵਾਂਗੇ ਅਤੇ ਸੀ ਏ ਸੀ ਪੀ ਨੂੰ ਕਾਨੂੰਨੀ ਰਾਈਟ ਦੇਵਾਂਗੇ, ਇਹ ਸੰਵਿਧਾਨਕ ਦਰਜਾ ਦੇਵਾਂਗੇ। ਇਹ ਗੱਲਾਂ ਤਿੰਨਾਂ ਕਹਿ ਦਿੱਤੀਆਂ ਉਹਨਾਂ ਨੇ, ਲੇਕਿਨ ਕਰਜ਼ੇ 'ਤੇ ਨਹੀਂ ਬੋਲੇ ਸੀ, ਕਰਜ਼ੇ 'ਤੇ ਚੁੱਪ ਸੀ। ਜਦੋਂ ਕਰਜ਼ੇ 'ਤੇ ਚੁੱਪ ਨੇ, ਅਸੀਂ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਪਿੰਡਾਂ 'ਚ ਸਵਾਲ ਥੋਥੋਂ ਵੀ ਪੁੱਛਾਂਗੇ ਕਿ ਤੁਹਾਡਾ ਸਭ ਤੋਂ ਵੱਧ ਸਮਾਂ ਰਾਜ ਕਾਂਗਰਸ ਨੇ ਕੀਤਾ ਹੈ ਜੀ, ਭਾਰਤ ਦੇ ਦੀ ਸਤਾ 'ਤੇ ਤਖ਼ਤ ਦੇ ਉੱਤੇ ਵੱਧ ਤੋਂ ਵੱਧ ਸਮਾਂ ਇਹ ਰਹੇ ਨੇ। ਅੱਜ ਤੀਕਰ ਦੇਸ਼ ਦੇ ਵਿੱਚੋਂ ਲਗਭਗ ਅਗਰ ਤੁਸੀਂ ਸਾਰੇ ਅੰਕੜੇ ਇਕੱਠੇ ਕਰ ਲਓਗੇ ਨਾ ਜੀ, 7 ਲੱਖ ਕਿਸਾਨ ਸੁਸਾਈਡ ਕਰ ਚੁੱਕਿਆ ਹੈ। ਜੇ 7 ਲੱਖ ਕਿਸਾਨ ਖੁਦਕੁਸ਼ੀਆਂ ਕਰਕੇ ਮਰ ਗਿਆ ਅਤੇ ਉਹਦੇ ਵਿੱਚੋਂ ਤੁਸੀਂ ਆਪਦਾ ਹਿੱਸੇ ਦੇ ਕੱਢੋ, ਤੁਹਾਡੇ ਹਿੱਸੇ ਦੇ ਕਿੰਨੇ ਨੇ, ਉਹਨਾਂ ਦੇ ਜ਼ਿੰਮੇਵਾਰ ਤਾਂ ਤੁਸੀਂ ਹੋ ਨਾ। ਅਤੇ ਤੁਹਾਡੇ ਹੀ ਰਾਜ ਦੇ ਦੌਰਾਨ 2006 ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਆ ਗਈ। ਤੁਸੀਂ 6 ਤੋਂ ਲੈ ਕੇ 14 ਤੱਕ 8 ਸਾਲ ਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਉੱਤੇ ਮਤਲਬ ਬੰਦ ਕਰਕੇ ਰੱਖ ਛੱਡੀ, ਉਹ ਲਾਗੂ ਨਹੀਂ ਕੀਤੀ। ਔਰ ਕਰਜ਼ੇ ਦੇ ਉੱਤੇ ਅੱਜ ਤੁਸੀਂ ਬੋਲਦੇ ਨਹੀਂ, ਇਹ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਤੁਸੀਂ ਅੱਜ ਲਾਗੂ ਕਰਨ ਦੀ ਗੱਲ ਕਰਦੇ ਤਾਂ ਕਰਨੀ ਉਦੋਂ ਬਣਦੀ ਸੀ। ਉਦੋਂ ਕਾਰਨ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਚੜਿਆ ਹੈ, ਉਸ ਕਰਜ਼ੇ ਦੇ ਉੱਤੇ ਕਿਉਂ ਨਹੀਂ ਬੋਲਦੇ? ਤਾਂ ਅਗਲੇ ਦਿਨ ਉਹਨਾਂ ਨੇ ਆਪਦੀ ਉਹਦੇ 'ਤੇ ਰਿਵਿਊ ਕੀਤਾ ਹੋਣਾ, ਆਪਦਾ ਜਿਹੜਾ ਚੋਣ ਮੈਨੀਫੈਸਟੋ ਸੀ ਉਹਨਾਂ ਦਾ ਇਹ ਆਇਆ ਕਿ ਅਸੀਂ ਕਰਜ਼ਾ ਮਾਫ ਵੀ ਕਰਾਂਗੇ ਕਿਸਾਨਾਂ ਦਾ। ਲੇਕਿਨ ਸਵਾਲਾਂ ਦੇ ਘੇਰੇ 'ਚੋਂ ਅੱਜ ਵੀ ਬਾਹਰ ਨਹੀਂ ਹੋ ਕਿ ਡਬਲ ਡਿਊਟੀ ਉਹ ਤੁਸੀਂ ਲੈ ਕੇ ਆਏ ਹੋ ਜੀ। ਅਗਰ ਦੇਸ਼ ਇਹਨਾਂ ਪਾਵਿਆਂ ਨੂੰ ਪਹੁੰਚਿਆ, ਕਿਸਾਨ ਇਹਨਾਂ ਪਾਵਿਆਂ ਨੂੰ ਪਹੁੰਚਿਆ ਕਿ ਦੇਸ਼ ਡੁੱਬ ਰਿਹਾ ਹੈ, ਅੱਜ ਅਡਾਨੀ ਵਰਗੀਆਂ ਕੰਪਨੀਆਂ ਦੇਸ਼ ਨੂੰ ਹੜੱਪ ਕਰੀ ਜਾ ਰਹੀਆਂ ਨੇ, ਤਾਂ ਇਹ ਦੇਣ ਕਿਹਦੀ ਹੈ? ਨਰਸਿਮਹਾ ਰਾਓ ਦੀ। 1994 ਜਿਸ ਵੇਲੇ ਗੈਟ 'ਤੇ ਸਾਈਨ ਹੁੰਦੇ ਨੇ, ਉਹ ਕਿਹਦੀ ਸਰਕਾਰ ਹੈ? ਉਹ ਤੁਹਾਡੀ ਸਰਕਾਰ ਹੈ। ਤੁਹਾਡੇ 'ਤੇ ਸਵਾਲ ਹੈਗੇ ਨੇ, ਉਹਨਾਂ ਨੂੰ ਇਹਨਾਂ ਸਵਾਲਾਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਲੇਕਿਨ ਇਹ ਗੱਲ ਹੈ ਕਿ ਹੁਣ ਇੱਕ ਤਾਂ ਉਹ ਸਵਾਲ ਕਰਨਾ ਅਤੇ ਬੀਜੇਪੀ ਦੇ ਉੱਤੇ ਤਾਂ ਹੁਣ ਇਹ ਤਾਂ ਇਕੱਲੇ ਸਾਡੇ ਨਾਲ ਰਿਲੇਟਡ ਹੈ ਨਾ ਸਵਾਲ, ਜਿਹੜੇ 2-3 ਮੈਂ ਕੀਤੇ ਆ, ਤੁਸੀਂ ਮੈਨੂੰ ਐਂ ਦੱਸਿਓ, ਬੀਜੇਪੀ ਦੇ ਉੱਤੇ ਤਾਂ ਇੱਕ ਸਵਾਲ ਸਾਰੀ ਆਮ ਪਬਲਿਕ ਦਾ, ਤੁਹਾਡਾ ਵੀ ਬਣਦਾ ਹੈ ਕਿ ਵੀ ਦੱਸੋ, ਜਦੋਂ ਹੁਣ ਇੱਕ ਕੰਪਨੀ ਨੇ ਕਲੀਅਰ ਕਰਤਾ ਕਿ ਜਿਹੜੀ ਕਰੋਨਾ ਦੀ ਵੈਕਸੀਨ ਲੱਗੀ ਹੈ ਜੀ, ਕੋਵਿਡਸ਼ੀਲਡ, ਹਾਂ ਕੋਵਿਡਸ਼ੀਲਡ ਵਾਲੀ, ਉਹ ਜਿਹੜੀ ਲੱਗੀ ਹੈ ਉਹਨੇ ਮਨੁੱਖਤਾ ਦੇ ਲਈ ਘਾਤਕ ਸਿੱਧ ਹੋ ਗਈ, ਉਹ ਮਨੁੱਖਤਾ ਦੇ ਦਿਮਾਗ 'ਤੇ ਵੀ ਅਸਰ ਪਾ ਰਹੀ ਹੈ, ਉਹਨਾਂ ਦੀ ਬਲੱਡ ਕਲੋਟਿੰਗ ਵੀ ਕਰ ਰਹੀ ਹੈ, ਉਹਨਾਂ ਦੇ ਹਾਰਟ 'ਤੇ ਪ੍ਰੋਬਲਮ ਵੀ ਕ੍ਰੀਏਟ ਕਰ ਰਹੀ, ਉਹਨਾਂ ਨੇ ਮੰਨ ਲਿਆ ਨਾ, ਹੁਣ ਤਾਂ ਐਫੀਡੇਵਿਟ ਦੇ ਕੇ ਮੰਨ ਗਏ ਨਾ, ਮੰਨ ਗਏ ਹਾਂਜੀ। ਉਸ ਵੇਲੇ ਜੇਕਰ ਇਹ ਹੋਇਆ ਤਾਂ ਹੁਣ ਉਹਦੇ ਇਹ ਵੀ ਸਿੱਧ ਹੋ ਰਹੇ ਨੇ ਕਿ ਕਰੋਨਾ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਇਸ ਕੰਪਨੀ ਦੀ ਇਹ ਵੈਕਸੀਨ ਦੇ ਆਉਣ ਤੋਂ ਪਹਿਲਾਂ ਇਹੀ ਕੰਪਨੀ ਬੌਂਡ ਖਰੀਦ ਰਹੀ ਹੈ। ਇਹਦਾ ਮਤਲਬ ਸਰਕਾਰ ਦੇ ਨਾਲ ਮਿਲੀ ਭੁਗਤ ਨਾਲ ਇਹ ਇੱਕ ਲੋਕਾਂ ਨੂੰ ਲੁੱਟਣ ਦਾ ਅਤੇ ਲੋਕਾਂ ਨੂੰ ਮਾਰਨ ਦਾ ਖੇਡ ਖੇਡਿਆ ਗਿਆ ਕਿ ਇਹ ਸਵਾਲ ਜਿਹੜੇ ਘਰ ਦਾ ਇਕੱਲਾ ਪੁੱਤ ਜਿਹਨੂੰ ਇਹਨਾਂ ਨੇ ਇਹ ਕਿਹਾ ਕਿ ਦਫ਼ਤਰ 'ਚ ਤਾਂ ਵੜ ਸਕਦਾ ਪਹਿਲਾਂ ਵੈਕਸੀਨ ਲਵਾ ਕੇ ਆ, ਲਾਗੂ ਕੀਤਾ ਹਾਂ, ਜਾ ਕੇ ਸੁਪਰੀਮ ਕੋਰਟ 'ਚ ਇਹ ਕਹਿਤਾ ਨਾ ਜੀ ਇਹ ਤਾਂ ਕੰਪਲਸਰੀ ਨਹੀਂ ਗਾ। 2 ਤਰ੍ਹਾਂ ਦੀ ਦਵਾਈ ਆਈ ਸੀਗੀ ਵਿਦੇਸ਼ਾਂ ਦੇ, ਜੇ ਤੁਸੀਂ ਵਿਦੇਸ਼ ਦੀ ਯਾਤਰਾ ਵੀ ਕਰਨੀ ਹੈ ਏਅਰਪੋਰਟ 'ਤੇ, ਇਹ ਵਾਲੀ ਲੱਗੀ ਵੀ ਹੋਣੀ ਚਾਹੀਦੀ, ਇਹ ਲੱਗੀ ਹੋਣੀ ਚਾਹੀਦੀ ਹੈ।
ਇਹੀ ਕੰਪਨੀ ਦੀ ਜਿਹੜੀ ਨੁਕਸਾਨ ਕਰ ਰਹੀ ਜਿਹੜੀ ਨੁਕਸਾਨ ਸਵਾਲ ਇਹੀ ਨਾ ਚਲੀ ਹੁਣ ਇਹ ਸਵਾਲ ਪੁੱਛਣੇ ਬਣਦੇ ਨੀਗੇ ਬਣਦੇ ਜੀ ਯਾਰ ਇਹ ਸਾਡਾ ਕਿੰਨੇ ਜਵਾਨ ਤੁਸੀਂ ਨੌਜਵਾਨ ਹੁਣ ਤੁਸੀਂ ਇਮਾਨਦਾਰੀ ਦੱਸਿਓ ਕਿ ਜਿੰਨੀ ਮਨੁੱਖਤਾ ਇਸ ਵੇਲੇ ਮਰ ਰਹੀ ਹੈ ਉਹਦੇ ਵਿੱਚੋਂ 70% ਵਿਅਕਤੀਆਂ ਦੀ ਮੌਤ ਹਾਰਟ ਅਟੈਕ ਨਾਲ ਹੋ ਰਹੀ ਹੈ ਔਰ ਉਹਨਾਂ ਦੀ ਐਫੀਡੇਵਿਟ ਨੇ ਵੀ ਕਹਿਤਾ ਕਿ ਬਲੱਡ ਕਲੋਟਿੰਗ ਕਰਦੀ ਹੈ ਸਾਡੀ ਦਵਾਈ ਤਾਂ ਫਿਰ ਕਿਵੇਂ ਮੁੱਕਰਿਆ ਜਾ ਸਕਦਾ ਕਿ ਬਲੱਡ ਕਲੋਟਿੰਗ ਦੇ ਹੋਈ ਹੈ ਅਤੇ ਹਾਰਟ ਅਟੈਕ ਹੋਇਆ ਅਤੇ ਬੰਦਾ ਮਰਿਆ ਤਾਂ ਉਹਦੀ ਮੌਤ ਦਾ ਜ਼ਿੰਮੇਵਾਰ ਕਿਉਂ ਨਹੀਂ ਫਿਰ ਪੰਜਾਬ ਭਾਰਤ ਸਰਕਾਰ ਉਹਦੀ ਜ਼ਿੰਮੇਵਾਰ ਹੈ ਤੁਸੀਂ ਤਾਂ ਪੈਸਾ ਕਮਾ ਲਿਆ ਤੁਸੀਂ ਤਾਂ ਕੰਪਨੀ ਤੋਂ ਪੈਸਾ ਲੈ ਲਿਆ ਲੇਕਿਨ ਦੇਸ਼ ਨੂੰ ਤਾਂ ਮਾਰਤਾ ਨਾ ਦੇਸ਼ ਦੀ ਤਾਂ ਮਾਂ ਜਿਹਦਾ ਪੁੱਤ ਤੁਹਾਡੀ ਇਸ ਵੈਕਸੀਨ ਕਰਕੇ ਮਰਿਆ ਹੈ ਜਿਹਦਾ ਚੁੱਲ੍ਹਾ ਵਿਚਾਰੀ ਦਾ ਮਤਲਬ ਠਰ ਗਿਆ ਜਿਹਦੇ ਭਾਂਡੇ ਮੁੱਦੇ ਵੱਜ ਕੇ ਘਰ ਦਾ ਬੇੜਾ ਗਰਕ ਹੋ ਗਿਆ ਉਹ ਤਾਂ ਸਵਾਲ ਕਰੂਗੀ ਉਹ ਪਿਓ ਤਾਂ ਸਵਾਲ ਕਰੂਗਾ ਇਹ ਤਾਂ ਉਹੀ ਗੱਲ ਹੋਈ ਵੀ ਇੱਕ ਡਰਾਈਵਰ ਦੇ ਟਰੱਕ ਥੱਲੇ ਜੀ 4-5 ਬੰਦੇ ਆ ਗਏ ਜਾ ਕੇ ਐਫੀਡੈਂਟ ਦੇ ਦੇਵੇ ਵੀ ਮੇਰੀ ਗੱਡੀ ਥੱਲੇ ਆ ਗਏ ਤੇ ਜੀ ਮੈਂ ਜ਼ਿੰਮੇਵਾਰ ਹੈ ਕੋਈ ਗੱਲ ਨਹੀਂ ਛੱਡ ਦਿਓ ਉਹਨੂੰ ਮਤਲਬ ਕਿ ਕਾਤਲ ਵੀ ਕਬੂਲ ਰਿਹਾ ਇਹ ਚੀਜ਼ ਨੂੰ ਵੀ ਕਤਲ ਦਾ ਪਰਚਾ ਵੀ ਨਹੀਂ ਕਤਲ ਦਾ ਹਾਂ ਉਹੀ ਗੱਲ ਹੈ ਨਾ ਯਾਨੀ ਇਹ ਇਹ ਮਤਲਬ ਪੂਰਾ ਦੇਸ਼ ਦੇ ਨਾਲ ਰਲ ਮਿਲ ਕੇ ਕੰਪਨੀਆਂ ਨਾਲ ਰਲ ਕੇ WHO ਦੇ ਇਸ਼ਾਰਿਆਂ 'ਤੇ ਇੱਕ ਗੇਮ ਖੇਡ ਕੇ ਪੂਰੇ ਦੇਸ਼ ਦੀ ਜਿਹੜੀ ਪਬਲਿਕ ਹੈ ਉਹਨੂੰ ਮਾਰਿਆ ਗਿਆ ਜੋ ਮੇਰਾ ਸਮਝ ਹੈ ਹੁਣ ਇਹ ਗੱਲ ਹੋਰ ਨੋਟ ਕਰਿਓ ਜੀ ਕਿ ਇਹ ਸਵਾਲ ਨਹੀਂ ਬਣਦਾ ਸਾਡੇ ਇਲੈਕਸ਼ਨ ਕਮਿਸ਼ਨ 'ਤੇ ਵੀ ਸਵਾਲ ਬਣਦਾ ਹੈ ਕਿ ਦੇਖੋ 19 ਤਰੀਕ ਨੂੰ ਤਾਂ ਤੁਸੀਂ ਕਹਿੰਦੇ 60% ਵੋਟਿੰਗ ਹੋ ਗਈ ਜੀ ਅਤੇ 30 ਤਰੀਕ ਨੂੰ ਤੁਸੀਂ ਜਾ ਕੇ ਉਹੀ ਇਲੈਕਸ਼ਨ ਕਮਿਸ਼ਨ ਫਿਰ ਬਿਆਨ ਦੇ ਦਿੰਦਾ ਕਿ ਇਹ ਜਿਹੜੀ ਵੋਟਿੰਗ ਹੈ 66% ਹੈ 6% ਵੋਟਿੰਗ ਕਿੱਥੋਂ ਆ ਗਈ ਇਹ ਕੁਐਸਚਨ ਹੈ ਨਾ ਜੀ ਲੋਕ ਤਾਂ ਕਰਨਗੇ ਇਹ ਇਕੱਲਾ ਇਹ ਨਹੀਂ ਹੈ ਬਥੇਰੇ ਸਵਾਲ ਨੇ ਜਿਹੜੇ ਇਦੋਂ ਪਹਿਲਾਂ ਦੇ ਲੋਕਾਂ ਦੇ ਜ਼ਿਹਨ 'ਚ ਖੜ੍ਹੇ ਨੇ ਦੇਖੋ ਸਾਡੀ ਰੇਲਵੇ ਆਪਾਂ ਇਸ ਗੱਲ ਤੋਂ ਵਾਕਫ ਹੁਣ ਪੰਜਾਬ ਦਾ ਬੱਚਾ ਇਸ ਗੱਲ ਨੂੰ ਜਾਣਦਾ ਹੈ ਅੱਜ ਤਾਂ ਇਤਿਹਾਸ ਪੜ੍ਹ ਰਿਹਾ ਜਿਹੜਾ ਬੰਦਾ ਜਦੋਂ ਦੇਸ਼ ਨੂੰ ਪੈਸੇ ਦੀ ਲੋੜ ਪਈ ਆਰਥਿਕ ਕਮਜ਼ੋਰੀ ਆਈ ਦੇਸ਼ ਦੇ ਉੱਤੇ ਲੋਕਾਂ ਨੂੰ ਹੋਕਾ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਮਦਦ ਕਰੋ ਹਾਂਜੀ ਪੰਜਾਬ ਨੇ 88% ਸੋਨਾ ਇਕੱਲੇ ਪੰਜਾਬ ਨੇ ਦਿੱਤਾ ਹੈ ਪੂਰੇ ਭਾਰਤ 'ਚੋਂ ਤਾਂ ਮੈਨੂੰ ਲੱਗਦਾ ਟੋਟਲ ਜੋ ਮੇਰੇ ਕੋਲ ਰਿਪੋਰਟ ਜੋ ਮੈਂ ਪਤਾ ਨਹੀਂ ਮੇਰੀ ਰਿਪੋਰਟ ਠੀਕ ਹੋਵੇ ਜਾਂ ਗਲਤ ਹੋਵੇ ਕਿਉਂਕਿ ਗਾਂਧੀ ਗਾਂ ਅਖਬਾਰਾਂ ਤੋਂ ਪੜ੍ਹੀਆਂ ਨੇ ਵੀ 28 ਕਿਲੋ ਹੈ ਪੂਰੇ ਭਾਰਤ 'ਚੋਂ ਅਤੇ ਦੂਸਰੇ ਪਾਸੇ ਕੁਇੰਟਲਾਂ ਦੇ ਕੁਇੰਟਲ ਆ ਗਿਆ ਇਕੱਲੇ ਪੰਜਾਬ 'ਚੋਂ ਹੁਣ ਜੇ ਪੰਜਾਬ ਟੰਨਾਂ ਦੇ ਹਿਸਾਬ ਨਾਲ ਸੋਨਾ ਦੇ ਰਿਹਾ ਹੈ ਅਤੇ ਪੂਰਾ ਭਾਰਤ 28 ਕਿਲੋ ਦੇ ਰਿਹਾ ਹੈ ਤਾਂ ਇਹਦਾ ਮਤਲਬ ਭਾਰਤ ਨੂੰ ਦੁਬਾਰਾ ਰੀਸਟਰਕਚਰ ਕਰਨ 'ਚ ਭਾਰਤ ਨੂੰ ਪੈਰਾਂ ਸਿਰ ਕਰਨ 'ਚ ਜਾਂ ਭਾਰਤ ਦੀ ਜਿਹੜੀ ਆਰਥਿਕ ਗੱਡੀ ਹੈ ਜਿਹੜੀ ਇਹਨੂੰ ਲੀਹ ਦੇ ਉੱਤੇ ਪੂਰੀ ਸਪੀਡ ਨਾਲ ਤੋਰਨ ਦੇ ਵਿੱਚ ਪੰਜਾਬ ਦਾ ਅਹਿਮ ਰੋਲ ਹੈ ਜੀ ਔਰ ਉਹ ਜਿਹੜਾ ਅਹਿਮ ਰੋਲ ਹੈ ਕਿ ਫਿਰ ਜੇ ਤੁਸੀਂ ਸਾਡੀ ਉਸ ਪੈਸੇ ਨਾਲ ਬਣਾਈ ਟ੍ਰੇਨ ਉਸ ਪੈਸੇ ਨਾਲ ਬਣੇ ਏਅਰਪੋਰਟ ਉਸ ਪੈਸੇ ਨਾਲ ਬਣਿਆ ਏਅਰਲਾਈਨ ਉਸ ਪੈਸੇ ਨਾਲ ਬਣੀਆਂ ਬੈਂਕਾਂ ਔਰ ਉਸ ਪੈਸੇ ਦੇ ਨਾਲ ਹੋਰ ਬਣੀਆਂ ਬੜੀਆਂ ਬੜੀਆਂ ਸੰਸਥਾਵਾਂ ਜਿਹੜੀਆਂ ਬਣੀਆਂ ਇਹ ਸਾਡੀਆਂ ਬੰਦਰਗਾਹਾਂ ਜੇ ਤੁਸੀਂ ਅਡਾਨੀਆਂ ਨੂੰ ਵੇਚ ਦਿਓਗੇ ਲੋਕ ਤਾਂ ਸਵਾਲ ਤਾਂ ਕਰਨਗੇ ਇੱਥੇ ਸਵਾਲ ਪਏ ਆ ਨਾ ਹੁਣ ਉਹਨਾਂ ਸਵਾਲਾਂ ਦਾ ਪਾਪ ਹੀ ਇੰਨੇ ਕਰ ਲਏ ਕਿ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਇਹਨਾਂ ਲੋਕਾਂ ਕੋਲ ਅਤੇ ਉਹਨਾਂ ਦਾ ਜਦੋਂ ਜਵਾਬ ਨਹੀਂ ਫਿਰ ਇੱਕੋ ਹੀ ਤਰੀਕਾ ਹੈ ਕਿ ਵੀ ਜਦੋਂ ਹੁਣ ਨਿਕਲ ਕੇ ਭੱਜਣਾ ਉਦੋਂ ਲੋਕਾਂ ਨੂੰ ਦਲੜ ਕੇ ਮਾਰ ਕੇ ਕੁੱਟ ਕੇ ਨਿਕਲ ਜਾਓ ਕਹਿ ਦਿਓ ਜੀ ਲੋਕ ਮਤਲਬ ਸਾਡਾ ਗੁੰਡਾਗਰਦੀ ਕਰਦੇ ਲੋਕ ਥਲੀ ਕਿਤੇ ਗੁੰਡਾਗਰਦੀ ਨਹੀਂ ਕਰਦੇ ਲੋਕਾਂ ਨੂੰ ਆਰਾਮ ਨਾਲ ਖੜ੍ਹ ਕੇ ਸਵਾਲ ਦੇ ਸਵਾਲਾਂ ਦਾ ਜਵਾਬ ਤਾਂ ਦੇਣ ਪਰ ਕੱਲ੍ਹ ਉਹ ਕਹਿੰਦੇ ਕੋਈ ਅਣਹੋਣੀ ਹੋ ਗਈ ਜੀ ਉਸ ਕਰਕੇ ਸਾਨੂੰ ਸਰਕਾਰ ਨੂੰ ਇਹ ਨਾ ਦੇਖੋ ਵੀ ਆਮ ਆਦਮੀ ਪਾਰਟੀ ਨਿਭਾ ਰਹੀ ਆ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਜੀ ਉਹ ਇਹ ਵੀ ਗੱਲ ਕਹਿੰਦੇ ਆ ਵੀ ਜੇ ਅਸੀਂ ਮਿਲੇ ਵੇ ਹੁੰਦੇ ਉਹ ਕਹਿੰਦੇ ਫਿਰ ਅਸੀਂ ਤਾਂ ਆਪ ਕਹਿੰਦੇ ਵੀ ਕੇਜਰੀਵਾਲ ਨੂੰ ਕਹਿੰਦੇ ਅੰਦਰ ਡੱਕਿਆ ਹੁੰਦਾ ਜੀ ਕੇਜਰੀਵਾਲ ਤਾਂ ਅੰਦਰ ਉਸੇ ਪਾਰਟੀ ਨੂੰ ਦਿੱਤਾ ਹੋਇਆ ਕੇਜਰੀਵਾਲ ਅੰਦਰ ਦੇਣਾ ਵੀ ਕੋਈ ਗੇਮ ਹੈ
ਕੇਜਰੀਵਾਲ ਨੂੰ ਅੰਦਰ ਨਹੀਂ ਢੱਕਿਆ ਜਾ ਰਿਹਾ, ਕੇਜਰੀਵਾਲ ਨੂੰ ਹੀਰੋ ਬਣਾਇਆ ਜਾ ਰਿਹਾ। ਉਹ ਕਿਵੇਂ ਜੀ? ਦੇਖੋ, ਸੁਭਾਵਿਕ ਹੈ ਕਿ ਭਵਿੱਖ ਦੇ ਵਿੱਚ ਜਿਹੜੀਆਂ ਮਗਰਲੀਆਂ ਤਾਕਤਾਂ, ਅਗਰ ਇਹਨੂੰ ਇਸ ਗੇਮ ਨੂੰ ਦੇਖਣਾ ਤਾਂ ਹੋਰ ਨਿਗਾਹ ਮਾਰ ਲਿਓ। ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਭਾਰਤ ਦੇ ਕੋਲੋਂ ਗੈਟ 'ਤੇ ਸਾਈਨ ਕਰਵਾਉਣੀ ਸੀ ਜੀ, ਉਸ ਵੇਲੇ ਭਾਰਤ ਸਰਕਾਰ ਦੇ ਵਿੱਚ ਇੱਕ ਅਧਿਕਾਰੀ ਹੈ ਐਸ ਪੀ ਸ਼ੁਕਲਾ, ਜਿਹੜਾ ਕਹਿ ਰਿਹਾ ਕਿ ਇਹਦੇ 'ਤੇ ਸਾਈਨ ਨਹੀਂ ਕਰਨੇ। ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ 99 'ਚ, ਉਹ ਚਿੱਠੀ 'ਚ ਬਾਕਾਇਦਾ ਹਦਾਇਤ ਹੈ ਕਿ ਐਸ ਪੀ ਸ਼ੁਕਲਾ ਨੂੰ ਇਸ ਪਦਵੀ ਤੋਂ ਹਟਾਓ ਔਰ ਇਹਦੀ ਥਾਂ 'ਤੇ ਅਨਵਰ ਅਲ ਹੁੱਡਾ ਨੂੰ ਅਪੁਆਇੰਟ ਕਰੋ। ਪਹਿਲੀ ਗੱਲ। ਨੰਬਰ 2, ਉਦੋਂ ਨਾਲ ਹੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਦੇ ਵਿੱਚ ਫਾਈਨਾਂਸ ਮਿਨਿਸਟਰ ਲਾਇਆ ਗਿਆ ਉਹਨਾਂ ਦੇ ਨਾਲ। ਉਸ ਤੋਂ ਅੱਗੇ ਡਾਕਟਰ ਮਨਮੋਹਨ ਸਿੰਘ ਇੱਕ ਬਿਆਨ ਦਿੰਦਾ ਹੈ ਕਿ ਅਗਰ ਇੰਡੀਆ ਗਲੋਬਲਾਈਜੇਸ਼ਨ ਦਾ ਪਾਰਟ ਬਣ ਜਾਂਦੀ ਆ, ਅਗਰ ਇੰਡੀਆ ਦਾ ਹਿੱਸਾ ਬਣ ਜਾਂਦਾ ਹੈ ਤਾਂ ਇੰਡੀਆ ਨੂੰ ਹਰ ਸਾਲ 7 ਲੱਖ ਕਰੋੜ ਦੀ ਇਨਕਮ ਹੋਏਗੀ, ਪ੍ਰੋਫਿਟ ਹੋਏਗਾ। ਇਹ ਉਹਨਾਂ ਦੀ ਸਟੇਟਮੈਂਟ ਹੈ। ਔਰ ਇੰਡੀਆ ਦੇ ਵਿੱਚ ਹੁੰਦਾ ਕੀ ਹੈ, ਪਹਿਲੇ ਹੀ ਸਾਲ ਇੰਡੀਆ ਦੇ ਵਿੱਚੋਂ ਇੱਕ ਜਿਹੜਾ ਤੁਹਾਨੂੰ ਰੌਲਾ ਪਿਆ ਸੀ ਬਹੁਤ ਸਾਰਾ, ਉਦੋਂ ਸਿਟੀ ਬੈਂਕ ਘੁਟਾਲਾ ਪਿਆ ਸੀ ਨਾ, ਬਹੁਤ ਰੌਲਾ ਪਿਆ ਸੀ, ਹਰਸ਼ਦ ਮਹਿਤਾ ਵਾਲਾ। ਉਹ ਕੰਪਨੀ 70,000 ਕਰੋੜ ਰੁਪਈਆ ਇੰਡੀਆ ਦਾ ਲੈ ਕੇ ਭੱਜ ਗਈ ਪਹਿਲੇ ਸਾਲ ਹੀ। ਫਿਰ ਇਹਦੇ ਉੱਤੇ ਅਸਤੀਫੇ ਦੀ ਗੱਲ ਆ ਗਈ ਵੀ ਅਸਤੀਫਾ ਲਓ, ਇਹਦੇ ਬਿਆਨਾਂ ਨੇ ਇਹਨੇ ਗਲਤ ਕੰਮ ਕਰਵਾਇਆ। ਉਸ ਵੇਲੇ ਵੀ ਫਿਰ ਵਰਲਡ ਬੈਂਕ ਇੰਟਰਫੀਅਰ ਕਰਦਾ, ਇਹਦਾ ਅਸਤੀਫਾ ਨਹੀਂ ਪ੍ਰਵਾਨ ਹੋਣ ਦਿੱਤਾ। ਉਸ ਤੋਂ ਅੱਗੇ ਇੱਕ ਗੱਲ ਹੋਰ ਤੁਹਾਡੇ ਧਿਆਨ 'ਚ ਹੋਏਗੀ, ਜਦੋਂ ਆ ਕੇ 4 'ਚ ਸਰਕਾਰ ਬਦਲਣੀ ਹੈ, ਇਹ ਤਾਂ ਤੁਹਾਡੀ ਇੰਨੀ ਕੁ ਉਮਰ ਹੋਏਗੀ ਤੁਹਾਨੂੰ ਧਿਆਨ ਹੋਏਗਾ, ਉਸ ਦਿਨ ਇਹ ਚਰਚਾ ਹੋ ਰਹੀ ਸੀ ਰਾਤ ਨੂੰ ਜਦੋਂ ਵੋਟਿੰਗ ਦੀ ਹਿਸਾਬ ਕਿਤਾਬ ਹੋ ਗਿਆ, ਪਤਾ ਲੱਗ ਗਿਆ, ਲੋਕਾਂ ਨੂੰ ਵੀ ਰਿਜ਼ਲਟ ਆ ਗਿਆ, ਗਿਣਤੀ ਹੋ ਗਈ ਹੈ। ਹਰ ਇੱਕ ਬੰਦੇ ਦੇ ਮਨ 'ਚ ਇਹ ਸੀਗਾ ਕਿ ਸੋਨੀਆ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣੋ, ਚਰਚਾ ਸੀ। ਅਤੇ ਸੁਬਾਹ 9 ਵਜੇ ਨੂੰ ਕਿਹਦਾ ਸੁਨੇਹਾ ਆ ਗਿਆ ਸੀ, ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਦਾ। ਉਹ ਕਿਉਂ ਆ ਗਿਆ ਜੀ? ਔਰ ਮੇਰਾ ਖਿਆਲ ਹੈ ਜਿਹੜੇ ਸਿਆਣੇ ਬੁੱਧੀਜੀਵੀ ਸੀ ਉਹਨਾਂ ਨੇ ਉਦੋਂ ਵੀ ਕਿਆਸ ਲਾਈ, ਅਖਬਾਰਾਂ 'ਚ ਚਰਚਾ ਚੱਲੀ ਕਿ ਡਾਕਟਰ ਮਨਮੋਹਨ ਸਿੰਘ ਨੂੰ ਬਣਵਾਉਣ ਵਾਲੀ ਕੋਈ ਹੋਰ ਤਾਕਤ ਹੈ, ਔਰ ਉਹੀ ਤਾਕਤ ਹੈ ਜਿਹੜੀ ਉਹਨੂੰ ਬਣਵਾਉਣ ਵਾਲੀ ਸੀ, ਉਹੀ ਤਾਕਤ 'ਤੇ ਜਿਹੜੇ ਸਾਨੂੰ ਅੱਜ ਉਹ ਤਾਕਤ ਬੈਠੀ ਹੈ। 10 ਸਾਲ ਮਨਮੋਹਨ ਸਿੰਘ ਨੂੰ ਵਰਤ ਲਿਆ, ਅੱਗੇ ਹੋਰ ਨਵਾਂ ਘੋੜਾ ਸ਼ਿੰਗਾਰ ਲਿਆ। ਮਨਮੋਹਨ ਸਿੰਘ ਨੇ ਤਾਂ ਵਧੀਆ ਇੱਕ ਪ੍ਰਧਾਨ ਮੰਤਰੀ ਤੌਰ 'ਤੇ ਆਏ ਜੀ, ਮਨਮੋਹਨ ਸਿੰਘ ਨੇ ਇਹੋ ਜਿਹੇ ਕੋਈ ਕਾਲੇ ਫੈਸਲੇ ਨਹੀਂ ਆ ਉਹਨਾਂ ਦੇ, ਤੁਹਾਨੂੰ ਪਤਾ ਨਹੀਂ ਨਾ ਜੀ ਕਾਲੇ ਫੈਸਲੇ, ਮੈਂ ਕਹੂੰਗਾ ਸਭ ਤੋਂ ਵੱਧ ਬੇੜਾ ਕਰਕੇ ਮਨਮੋਹਨ ਸਿੰਘ ਨੇ ਕੀਤਾ। ਕਿਹੜੇ ਫੈਸਲੇ? ਹਾਂ, ਮਨਮੋਹਨ ਸਿੰਘ ਨੇ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਉਹ ਸਟੇਟਮੈਂਟ ਦੇ ਕੇ ਨਰਸਿਮਾ ਰਾਓ ਤੋਂ ਸਾਈਨ ਕਰਵਾਏ 1994 'ਚ ਗੈਟ ਸਮਝੌਤੇ 'ਤੇ ਜੀ। ਪਹਿਲਾਂ ਇਹਦੇ ਵਾਸਤੇ 10 ਸਾਲ ਦਾ ਗ੍ਰੇਸ ਪੀਰੀਅਡ ਸੀਗਾ, 4 ਦੇ ਵਿੱਚ ਇਹਨੇ ਲਾਗੂ ਹੋਣਾ ਸੀ। ਉਸ ਵੇਲੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਸੀ ਜਿਹੜਾ ਐਜ ਇਟ ਇਜ਼ ਉਹਨੂੰ ਲਾਗੂ ਕਰਦਾ। ਉਸ ਵੇਲੇ ਉਹਨਾਂ ਨੇ ਆਪਦੀ ਮਰਜ਼ੀ ਦਾ ਪ੍ਰਧਾਨ ਮੰਤਰੀ ਬਣਾਇਆ ਅਤੇ ਉਸ ਪ੍ਰਧਾਨ ਮੰਤਰੀ ਨੇ ਉਹੀ ਗੈਟ ਸਮਝੌਤੇ ਨੂੰ ਲਾਗੂ ਕੀਤਾ ਭਾਰਤ ਦੇ ਵਿੱਚ। ਇਹਨੂੰ ਕਿਵੇਂ ਕਹਿ ਦਿਆਂਗੇ ਜੀ ਕਿ ਮਨਮੋਹਨ ਸਿੰਘ ਨੇ ਕੁਛ ਕੀਤਾ ਨਹੀਂ, ਪੰਜਾਬ ਦਾ ਦੇਸ਼ ਦਾ ਨੁਕਸਾਨ ਨਹੀਂ ਕੀਤਾ। ਇਹ ਠੀਕ ਹੈ, ਜਿਹੜਾ ਬੰਦਾ ਇੱਕ ਇਸ ਪੱਖ ਤੋਂ ਨਹੀਂ ਵੇਖ ਰਿਹਾ ਉਹਨੂੰ ਇਹ ਲੱਗਦਾ ਕਿ ਨਹੀਂ ਹੋਇਆ ਹੋਣਾ। ਤੁਸੀਂ ਮੈਨੂੰ ਐਂ ਦੱਸੋ ਕਿ ਭਾਰਤ ਦੀ ਕਰੰਸੀ ਦਾ ਜੀ ਜਿਹੜਾ ਵੈਲਿਊ ਡਾਊਨ ਹੋਈ ਹੈ ਉਹਦੇ ਵਿੱਚ ਕੀ ਅਸੀਂ ਡਾਕਟਰ ਮਨਮੋਹਨ ਸਿੰਘ ਦਾ ਕੋਈ ਰੋਲ ਨਹੀਂ ਮੰਨਾਂਗੇ? ਓਕੇ ਮੈਂ ਜੀ, ਇਹ ਬੜੀ ਲੰਬੀ ਕਹਾਣੀ ਫੇਰ ਹੈ,
ਇੱਕ ਲੰਬੀ ਕਹਾਣੀ ਹੈ। ਜਿਸ ਵੇਲੇ ਨੋਟਾਂ ਦੀ ਬਦਲਾ ਛਦਲੀ ਕੀਤੀ ਗਈ, ਉਸ ਬਦਲਾ ਛਦਲੀ ਦੇ ਵਿੱਚੋਂ ਨੋਟ ਵੱਧ ਛਾਪਣੇ, ਨੋਟ ਘੱਟ ਛਾਪਣ ਦੀਆਂ ਗੇਮਾਂ ਲਿਆ ਕੇ ਔਰ ਬਾਹਰਲੇ ਰੁਪਈਏ ਦੇ ਨਾਲੋਂ ਆਪਣਾ ਡਾਲਰ ਦੇ ਨਾਲੋਂ ਭਾਰਤ ਦਾ ਡਾਲਰ ਰੁਪਈਆ ਦੀ ਵੈਲਿਊ ਇੱਕਦਮ ਡਬਲ ਟੁੱਟੀ, ਡਿੱਗਿਆ ਥੱਲੇ। ਅਤੇ ਜਦੋਂ ਡਬਲ ਡਿੱਗਿਆ, ਜਿਹੜਾ ਅਸੀਂ ਬਾਹਰ ਅਮਰੀਕਾ ਦਾ ਕਰਜ਼ਾ ਦੇਣਾ ਸੀ, ਜੇ 5 ਰੁਪਈਏ ਦੇਣਾ ਸੀ, ਜਦੋਂ ਭਾਰਤ ਦੇ ਰੁਪਈਏ ਦੀ ਵੈਲਿਊ ਡਾਊਨ ਹੋ ਗਈ, ਉਹ 5 ਰੁਪਈਏ 10 ਰੁਪਈਏ ਬਣ ਗਏ। ਉਦੋਂ ਤਾਂ 47-48 ਰੁਪਏ, ਅੱਜ ਦੇਖੋ ਜੀ ਤੁਸੀਂ ਰੇਟ। ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਕਸਰ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇੱਕ ਘੋੜਾ ਵਰਤ ਲਿਆ, ਦੂਜਾ ਸ਼ੁਰੂ ਕਰ ਲਿਆ, ਦੂਜੇ ਤੋਂ ਬਾਅਦ ਹੋ ਸਕਦਾ ਹੈ ਅਗਲੇ ਤੀਜੇ ਦੀ ਤਿਆਰੀ ਕਰੀ ਜਾਂਦੇ ਹੋਣ। ਜਿਹੜਾ ਤੁਹਾਡਾ ਸਵਾਲ ਦਾ ਜਵਾਬ ਉਹਦਾ ਹੈ ਕਿ ਵੀ ਇਹ ਕਿਉਂ ਤੁਸੀਂ ਕਿਵੇਂ ਕਹਿ ਰਹੇ ਹੋ ਬਈ ਉਹਨੂੰ ਮਤਲਬ ਵਰਤਿਆ ਨਹੀਂ ਗਿਆ, ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ। ਸਵਾਲ ਕੇਜਰੀਵਾਲ ਦਾ ਸੀ ਕਿ ਉਹਨੂੰ ਲੀਡਰ ਬਣਾਉਣ ਦੀ ਕੋਸ਼ਿਸ਼ ਕਿਵੇਂ ਕਹਿੰਦੇ ਹੋ। ਮੈਂ ਕਹਿੰਦਾ ਪਹਿਲੇ ਸਾਰਿਆਂ ਨੂੰ ਬਣਾਇਆ ਹੀ ਹੈ, ਪਹਿਲਿਆਂ ਨੂੰ ਬਣਾਇਆ ਹੀ ਹੈ ਨਾ। ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਬੀਜੇਪੀ ਦੀ ਪਹਿਲੀ ਵਾਰੀ ਸਰਕਾਰ ਬਣੀ ਹੈ, ਆਮ ਲੋਕ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਭਲਾ, ਅਡਵਾਨੀ। ਹਰ ਇੱਕ ਬੰਦੇ ਦਾ ਦਿਮਾਗ ਸੀ ਨਾ ਉਦੋਂ ਵੀ, ਅਗਲਿਆਂ ਨੇ ਪਲੈਨ ਕਰਕੇ ਲਿਆ ਕੇ ਠੱਲਿਆ ਕਿ ਨਹੀਂ ਤੂੰ ਇਹ ਚਾਹੀਦਾ। ਸੋ ਇਸੇ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਉੱਤੇ ਰਾਜ ਆ ਜਿਹੜਾ, ਉਹ ਮੈਨੂੰ ਲੱਗਦਾ ਕੋਈ ਹੋਰ ਤਾਕਤਾਂ ਕਰ ਰਹੀਆਂ। ਅਤੇ ਹੁਣ ਤੁਸੀਂ ਗੱਲ ਜਿਹੜੀ ਤੋਰੀ ਸੀ ਆਪਣੇ ਕਿਸਾਨਾਂ ਬਾਬਤ ਸੀਗੀ ਜੀ, ਤਾਂ ਹੁਣ ਫਿਰ ਬੀਜੇਪੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਲੀਡਰ ਨੂੰ ਵੀ ਸਵਾਲ ਕਰੋਗੇ ਜੀ? ਹਾਂ, ਦੇਖੋ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਜੀ ਸਾਡਾ, ਕਿ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਸ਼ੁਭ ਕਰਨ ਦੇ ਮੈਟਰ ਦੇ ਉੱਤੇ ਜੀ FIR ਸਾਡਾ ਸ਼ੁਭ ਕਰਨ ਦੀ, ਇੱਥੇ ਤੁਸੀਂ ਮੌਕਾ ਦੇਖਿਆ ਹੋਣਾ, ਮੌਤ ਇੱਥੇ ਆਪਣਾ ਗੋਲੀ ਇੱਥੇ ਲੱਗਦੀ ਹੈ, ਇੱਥੋਂ ਉਰਲੇ ਪਾਸੇ 5 ਰਿਵਰ ਵਾਲਿਆਂ ਦਾ ਜਿੱਥੇ ਕੈਂਪ ਹੈ ਉੱਥੇ ਉਹਨੂੰ ਚੱਕ ਕੇ ਲਿਆਂਦਾ। ਇਹਨਾਂ ਡਾਕਟਰ ਬੈਠੇ ਨੇ, ਤੁਸੀਂ ਆਪ ਜਾ ਕੇ ਇਹਨਾਂ ਦੀ ਇੰਟਰਵਿਊ ਲਓ, ਤੁਹਾਨੂੰ ਦੱਸਣਗੇ ਕਿ ਉਸ ਵੇਲੇ ਨੌਜਵਾਨ ਮਤਲਬ ਠੀਕ ਸੀਗਾ, ਜਿਉਂਦਾ ਸੀ, ਔਰ ਇਹਨੂੰ ਫਟਾਫਟ ਇੱਥੋਂ ਲੈ ਕੇ ਗਏ ਨੇ ਖਨੌਰੀ, ਖਨੌਰੀ ਜਾ ਕੇ ਮੁੰਡੇ ਦੀ ਮੌਤ ਹੋਈ ਹੈ। ਹੁਣ ਇਹ ਜੇਕਰ ਪੰਜਾਬ ਸਰਕਾਰ ਜ਼ਿੰਮੇਵਾਰੀ ਚੱਕਦੀ ਕਿ ਵੀ ਸਾਡੇ ਏਰੀਏ 'ਚ ਮੌਤ ਹੋਈ ਹੈ, ਇਹਨੂੰ ਅਸੀਂ ਕੇਸ ਨੂੰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੀ, ਇਹ ਬਣਦੀ ਸੀ ਨਾ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ, ਔਰ ਪੰਜਾਬ ਸਰਕਾਰ ਇਹਨੂੰ ਧੱਕ ਰਹੀ ਆ ਵੀ ਨਹੀਂ ਹਰਿਆਣਾ ਕਰੂਗਾ, ਹਰਿਆਣਾ ਕਰੂਗਾ, ਹਰਿਆਣਾ ਕਰੂਗਾ। ਇਹ ਸਵਾਲ ਹੈ ਨਾ ਇਹਨਾਂ 'ਤੇ। ਦੂਜਾ ਸਵਾਲ ਹੈ ਕਿ ਦੇਖੋ ਕਿ ਵੀ ਸ਼ੁਭ ਕਰਨ ਨੂੰ ਤੁਸੀਂ ਇਹ ਕਹਿਤਾ ਵੀ ਅਸੀਂ ਸ਼ਹੀਦ ਦਾ ਦਰਜਾ ਦਿੱਤਾ ਜੀ, ਅਸੀਂ ਇਹਨੂੰ 1 ਕਰੋੜ ਰੁਪਈਆ ਦੇਣਾ ਅਤੇ ਨਾਲ ਦੀ ਨਾਲ ਇਹਨੂੰ ਅਸੀਂ ਉਹ ਲੜਕੀ ਨੂੰ ਨੌਕਰੀ ਦੇਣੀ ਹੈ। ਹੁਣ ਉਹ ਲੜਕੀ ਨੂੰ ਜਿਹੜੀ ਨੌਕਰੀ ਦੇਣੀ ਸੀ, ਸ਼ੁਭ ਕਰਨ ਦਾ ਭੋਗ ਜਿਹੜਾ ਪੈਂਦਾ ਹੈ ਉਹ 4 ਤਰੀਕ ਨੂੰ ਪੈ ਜਾਂਦਾ ਜੀ, ਠੀਕ ਹੈ। ਇਨਸਾਨੀਅਤ ਇਹ ਬਣਦੀ ਸੀਗੀ ਕਿ 4 ਤਰੀਕ ਨੂੰ ਜਦੋਂ ਇਹ ਸਾਨੂੰ ਇਹ ਦੇ ਰਹੇ ਨੇ ਕਿ ਆ ਜੀ ਲੜਕੀ ਦੀ ਦਾ ਲੈਟਰ ਤਿਆਰ ਹੋ ਗਿਆ, ਨਿਯੁਕਤੀ ਪੱਤਰ, ਆਹ ਸ਼ੁਭ ਕਰਨ ਦੇ ਪਰਿਵਾਰ ਨੂੰ ਜਿਹੜਾ 1 ਕਰੋੜ ਰੁਪਈਆ ਦੇਣਾ ਉਹਦਾ ਚੈੱਕ ਤਿਆਰ ਹੋ ਗਿਆ ਜੀ, ਅਤੇ ਇਹ ਅਸੀਂ ਉੱਥੇ ਦੇ ਦਿਆਂਗੇ, ਤਾਂ ਤੁਸੀਂ ਇਹਦਾ ਸੰਸਕਾਰ ਕਰਵਾ ਦਿਓ। ਸੰਸਕਾਰ ਹੋ ਗਿਆ, ਭੋਗ ਪੈ ਗਿਆ, ਉਹਦਾ ਉਹ ਭੋਗ 'ਤੇ ਆ ਕੇ ਦੇਣਾ ਬਣਦਾ ਸੀ, ਨਹੀਂ ਦਿੱਤਾ। ਫਿਰ ਇਹ ਗੱਲ, ਭੋਗ ਪੈਂਦਾ 4 ਤਰੀਕ ਨੂੰ, ਚੋਣ ਜਾਬਤਾ ਲੱਗਦਾ 16 ਨੂੰ, 4 ਤੋਂ ਲੈ ਕੇ 16 ਤੱਕ 12 ਦਿਨ ਡਿਲੇਅ ਜਾਣ ਬੁੱਝ ਕੇ ਕੀਤੀ ਗਈ, ਔਰ ਉਹ ਡਿਲੇਅ ਕਰਦਿਆਂ ਨੇ ਸਾਡੇ ਉਸ ਨੌਜਵਾਨ ਦੀ ਜਿਹੜੀ ਸ਼ਹਾਦਤ ਸੀ ਉਹਨੂੰ ਰੋਲ ਕੇ ਰੱਖਤਾ। ਉਹ 1 ਕਰੋੜ ਰੁਪਈਆ ਦੇਣ ਤੋਂ ਅੱਜ ਵੀ ਸਰਕਾਰ ਲਚਕੜਚੀਆਂ ਕਰ ਰਹੇ ਕਿ ਇਹ ਸਵਾਲ ਨਹੀਂ ਪੁੱਛਾਂਗੇ ਅਸੀਂ, ਕੱਲ੍ਹ ਇੱਥੋਂ ਪੁੱਛਣੇ ਚਾਹੀਦੇ ਸਵਾਲ ਪੁੱਛਣੇ ਜਿਹੜੇ ਜਨਤਕ ਤੌਰ 'ਤੇ ਤੁਸੀਂ ਸਵਾਲ ਜਾਂ ਵਿਰੋਧ
ਸੀਗਾ ਜਾਂ ਉਹ ਬੀਜੇਪੀ ਹੀ ਆਗੂਆਂ ਦਾ ਕਿਉਂ ਰੱਖਿਆ ਜੀ? ਮੈਂ ਕਹਿੰਦਾ ਇੱਥੇ ਤੁਸੀਂ ਕਮਾਲ ਆ, ਤੁਸੀਂ ਕਮਾਲ ਨਾਲ ਥੱਲੀ, ਤੁਹਾਨੂੰ ਪਤਾ ਨਹੀਂ ਲੱਗ ਰਿਹਾ? ਹਾਂਜੀ, ਬਠਿੰਡੇ ਦੇ ਵਿੱਚ ਕੱਲ੍ਹ ਇਹਦਾ ਕੀਤਾ ਹੈ? ਨਹੀਂ ਕੱਲ੍ਹ ਕੀਤਾ ਉਹ ਅਲੱਗ ਗੱਲ ਹੈ ਜੀ, ਪਰ ਜਨਤਕ ਤੌਰ 'ਤੇ ਜਿਵੇਂ ਐਲਾਨ ਹੋਇਆ ਮੀਡੀਆ 'ਚ ਆਇਆ ਵੀ ਹਰ ਥਾਂ ਘੇਰੇ ਜਾਣਗੇ ਜੀ ਇਹ ਬੀਜੇਪੀ ਦੇ ਲੀਡਰ, ਉਸ ਤਰ੍ਹਾਂ ਦਾ ਐਲਾਨ ਕਿਉਂ ਨਹੀਂ ਸੀ ਜੀ? ਨਹੀਂ ਨਹੀਂ, ਹਾਂ ਦੇਖੋ ਗੱਲ ਕੀ ਹੈ, ਉਸ ਤਰ੍ਹਾਂ ਦਾ ਐਲਾਨ ਅਸੀਂ ਇਹ ਕਿਹਾ ਕਿ ਬੀਜੇਪੀ ਨੇ ਜਿਸ ਬਰਬਰਤਾ ਦੇ ਨਾਲ ਬੀਜੇਪੀ ਸਾਡੇ ਨਾਲ ਪੇਸ਼ ਆਈ ਇਹਨਾਂ ਬਾਰਡਰਾਂ 'ਤੇ, ਇਹ ਦਰਜਾ ਬਦਰਜਾ ਇਹ ਤਾਂ ਫਰਕ ਰਹੂਗਾ ਨਾ ਵੀ ਕਿਹਨੇ ਕਿੰਨਾ ਨੁਕਸਾਨ ਕੀਤਾ, ਕਿਹਨੇ ਕਿੰਨਾ ਨੁਕਸਾਨ ਕੀਤਾ। ਨੁਕਸਾਨ ਤਾਂ ਇਹਨਾਂ ਨੇ ਵੀ ਕੀਤਾ ਸਾਡਾ, ਇੰਜੈਕਟਰ ਮੋਟਾਰ ਸਾਡੇ 'ਤੇ ਚੱਲਿਆ। ਤੁਸੀਂ ਮਾਪਦੰਡ 'ਚ ਦੇਖਦੇ ਹੋ ਵੀ ਆਹ ਘੱਟ ਨੁਕਸਾਨ ਹੈ ਜੀ, ਆਹ ਵੱਧ ਨੁਕਸਾਨ ਤਾਂ ਨੁਕਸਾਨ ਹੈ। ਨਹੀਂ ਨਹੀਂ ਨਹੀਂ, ਮੈਂ ਬੇਨਤੀ ਕਰ ਰਿਹਾ। ਹਾਂਜੀ, ਦੇਖੋ ਇਹ ਤਾਂ ਮੰਨਣਾ ਪਏਗਾ ਨਾ ਕਿ ਜਿਨ੍ਹਾਂ ਨੇ ਸਾਡੇ ਨਾਲ ਏਡਾ ਵੱਡਾ ਹਮਲਾ ਕਿ 400 ਕਿਸਾਨ ਜ਼ਖਮੀ ਕਰਤਾ, 433 ਕਿਸਾਨ ਜਿਹੜੇ ਜ਼ਖਮੀ ਹੋਏ ਨੇ, ਇੱਕ ਨੌਜਵਾਨ ਦੀ ਮੌਤ ਹੋ ਗਈ, ਇੱਥੇ ਸਾਡੇ ਖੇਮੇ 'ਚ ਆ ਕੇ ਸਾਡੇ ਟਰੈਕਟਰ ਤੋੜ ਦਿੱਤੇ, ਤਾਂ ਉਹਨਾਂ ਪ੍ਰਤੀ ਲੋਕਾਂ ਦੇ ਅੰਦਰ ਰੋਸ ਆ ਵੱਖਰੀ ਤੌਰ 'ਤੇ। ਦੂਜੀ ਗੱਲ, ਬੀਜੇਪੀ ਦੀ ਇੱਕ ਵੀ ਲੀਡਰਸ਼ਿਪ, ਕੋਈ ਵੀ ਬੀਜੇਪੀ ਦਾ ਪੰਜਾਬ ਦਾ ਲੀਡਰ ਉਸ ਵੇਲੇ ਜਦੋਂ ਇਹ ਹੋ ਰਿਹਾ ਸੀ ਸਾਡੇ 'ਤੇ, ਕਿਸੇ ਦਾ ਇੱਕ ਦਾ ਵੀ ਮੈਨੂੰ ਬਿਆਨ ਕੱਢ ਕੇ ਦਿਖਾਓ ਜਿਹਨੇ ਇਹਨੂੰ। ਮੱਲੇਵਾਲ ਸਾਹਿਬ ਮਾਫ ਕਰਿਓ, ਤੁਹਾਡੇ 'ਚੋਂ ਹੀ ਜਿਹੜੇ ਜਥੇਬੰਦੀਆਂ ਦੂਜੀਆਂ ਨਹੀਂ ਗਈਆਂ ਉਹ ਤਾਂ ਜੀ ਕਹਿੰਦੇ ਜੀ ਵੀ ਇਹ ਨਾ ਸਮਝ ਲੀਡਰਾਂ ਦੇ ਕਰਕੇ ਹੋਇਆ। ਅਸੀਂ ਪਹਿਲਾਂ ਕਿਹਾ ਸੀ ਵੀ ਇਹ ਵੇਲਾ ਨਹੀਂ ਹੈ ਜਾਣ ਦਾ ਅਤੇ ਨਾ ਇਹ ਪੰਗਾ ਲਓ, ਪਰ ਤੁਸੀਂ ਹਟੇ ਨਹੀਂ ਜੀ। ਇਹ ਉਹਦਾ ਖਮਿਆਜ਼ਾ ਜੀ ਵੀ ਹੁਣ ਤੁਸੀਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ ਦੇ ਰਹੇ ਹੋ, ਆਪਣਾ ਕਸੂਰ ਕਬੂਲੋ ਜੀ, ਉਹ ਕਹਿੰਦੇ। ਚਲੋ ਕਸੂਰ ਤਾਂ ਮੈਂ ਮਤਲਬ ਇਉਂ ਕਹੂੰਗਾ ਕਿ ਤੁਸੀਂ ਮੈਨੂੰ ਇਹ ਦੱਸੋ, ਵਧੀਆ ਗੱਲ ਹੈ ਕਿਤੇ ਇਹਨਾਂ ਲੀਡਰਾਂ ਨੂੰ ਆਮ ਸਾਹਮਣੇ ਬਿਠਾ ਲਿਓ ਫਿਰ, ਕਿਉਂਕਿ ਅਸੀਂ ਨਾ ਆਹ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਜੀ ਜੀ ਅੰਦੋਲਨ 'ਚ ਜੀ ਜੀ, ਅਸੀਂ ਅਜੇ ਬਹੁਤ ਬਿਆਨ ਆ ਜਿਹੜੇ ਉਹ ਸੋਚ ਵਿਚਾਰ ਕੇ ਕਹਿੰਦੇ ਵੀ ਨਾ ਬੋਲੋ ਹਜੇ ਕਿਸੇ ਤਰ੍ਹਾਂ। ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ, ਜਿਹੜੇ ਆਹ ਗੱਲਾਂ ਕਰਦੇ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਸਰਕਾਰ ਨੇ ਚਲੇ ਜਾਣਾ ਹੋਵੇ ਜੀ, ਟਾਈਮ ਥੋੜ੍ਹਾ ਰਹਿ ਗਿਆ ਹੋਵੇ, ਕਿ ਜਿਹੜੇ ਬੰਦੇ ਸਰਕਾਰ ਦਾ ਪੱਲਾ ਫੜ ਕੇ ਕਹਿਣਾ ਚਾਹੁੰਦੇ ਆ ਵੀ ਸਾਡੀਆਂ ਗੱਲਾਂ ਜਿਹੜੇ ਵਾਅਦੇ ਕੀਤੇ ਪੂਰੇ ਕਰੋ, ਉਹ ਗਲਤ ਹੈ। ਕਿ ਜਿਹੜੇ 2 ਸਾਲ ਤੋਂ ਕੰਨਾਂ 'ਤੇ ਹੱਥ ਧਰ ਕੇ ਸੁੱਤੇ ਪਏ ਆ ਮੌਜਾਂ ਬੈਠੇ ਆ, ਉਹ ਗਲਤ ਹੈ। ਅਸੀਂ ਉਦੋਂ ਤੋਂ ਲੈ ਕੇ ਉਹ ਕਹਿੰਦੇ ਜੇ ਅਸੀਂ ਨਹੀਂ ਵੀ ਸਵਾਲ ਕੀਤੇ ਜਾਂ ਨਹੀਂ ਵੀ ਆਏ ਅਸੀਂ ਨੁਕਸਾਨ ਤਾਂ ਨਹੀਂ ਸਾਡਾ ਹੋਇਆ। ਮੈਂ ਤੁਹਾਡੀ ਪ੍ਰਾਪਤੀ ਦੱਸ ਦਿਓ ਜੀ, ਨੁਕਸਾਨ ਹੀ ਘਟਾਉਂਦੇ ਹੋ ਤੁਸੀਂ? ਮੈਂ ਹੁਣ ਤੁਸੀਂ ਪ੍ਰਾਪਤੀ ਸੁਣ ਲਿਓ, ਪ੍ਰਾਪਤੀ ਕੀ ਹੈ? ਪ੍ਰਾਪਤੀ ਸਾਡੀ ਇਹ ਹੈ, ਇੱਕ ਤਾਂ ਸਾਡੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਨੇ ਜਿਹੜੇ ਇਹ ਕਿਸਾਨਾਂ ਦੇ ਨਹੀਂ ਆ, ਲਕੀਰ ਖਿੱਚੀ ਗਈ ਜੀ, ਘੱਟੋ ਘੱਟ ਲੋਕਾਂ ਦੀ ਬੁੱਧੀ ਜਾਗ ਪਈ। ਕਿਉਂ? ਕਿਉਂਕਿ ਜੇਕਰ ਅੱਜ ਚੋਣਾਂ ਤੋਂ ਪਹਿਲਾਂ ਜਾ ਕੇ ਉਹਨਾਂ ਨੂੰ ਹਲੂਨਣਾ, ਉਹਨਾਂ ਦਾ ਗਲਮਾ ਫੜਨਾ ਜ਼ਰੂਰੀ ਸੀ, ਇਹਨਾਂ ਨੇ ਨਹੀਂ ਬਾਹਰ ਨਿਕਲੇ। ਔਰ ਰਹਿੰਦੀ ਕਸਰ ਉਦੋਂ ਕਹਾਂ ਹੱਥ ਲਈ ਜੀ, ਹੋਰ ਸੁਣੋ, ਦਿੱਲੀ ਗਏ ਜੀ, ਇੱਕ ਦਿਨ ਗਏ। ਪਹਿਲੀ ਗੱਲ ਤਾਂ ਜੇ ਤੁਸੀਂ ਮੰਗਾਂ ਤਾਂ ਆਹੀ ਠਾਉਂਗੇ ਨਾ, ਇਹ ਜਾਇਜ਼ ਮੰਨਦੇ ਹੋ ਤਾਂ ਫਿਰ ਬਹਿ ਜਾਓ ਯਾਰ, ਮੋਰਚਾ ਲਾ ਕੇ ਦਿੱਲੀ ਗਏ ਹੋ, ਸਾਨੂੰ ਨਹੀਂ ਜਾਣ ਦਿੱਤਾ, ਤੁਸੀਂ ਤਾਂ ਬਹਿ ਜਾਓ, ਤੁਸੀਂ ਉੱਥੇ ਬੈਠੇ ਨਹੀਂ, ਕਰਕੇ ਕੀ ਆਏ ਹੋ? ਮੋਦੀ ਦੇ ਖਿਲਾਫ਼ ਘੱਟ ਲੀਡਰ ਬੋਲੇ, ਕੇਂਦਰ ਸਰਕਾਰ ਦੇ ਖਿਲਾਫ਼ ਲੀਡਰ ਘੱਟ ਬੋਲੇ। ਯਾਰ ਸਾਡੇ 'ਤੇ ਮਤਲਬ ਬੋਲੀ ਗਏ ਵੀ ਇਹਨਾਂ ਇਹਨਾਂ ਨੇ ਗਲਤ ਕੀਤਾ, ਇਹਨਾਂ ਨੇ ਮਾੜਾ ਕੀਤਾ, ਇਹ ਤਾਕਤ ਨਹੀਂ ਉਨੀ। ਹੁਣ ਜਿਹੜਾ ਅਸੀਂ ਕੀ ਪ੍ਰਾਪਤੀ ਕੀ ਹੈ ਉਹ ਨੋਟ ਕਰਿਓ। ਜਦੋਂ ਚੱਲ ਰਿਹਾ ਸੀਗਾ ਗੰਨੇ ਦਾ ਸੀਜ਼ਨ, ਪੰਜਾਬ, ਹਰਿਆਣਾ, ਰਾਜੂ ਪੀ, ਸਾਰੀਆਂ ਸਟੇਟਾਂ ਦੇ ਕਿਸਾਨ ਕੁਰਲਾ ਰਹੇ ਸੀ ਵੀ ਗੰਨੇ ਦਾ ਰੇਟ ਦਿਓ ਜੀ। ਦਿੱਤੀ ਕਿਸੇ ਨੇ ਤੁਹਾਨੂੰ ਸੀਜ਼ਨ ਚੱਲਦੇ 'ਚ? ਨਹੀਂ ਦਿੱਤੀ।
ਜਿੱਦੇ ਆਹ ਮੋਰਚਾ ਸ਼ੁਰੂ ਹੋਇਆ 25 ਰੁਪਏ ਅਨਾਊਂਸਮੈਂਟ ਹੋਈ ਕਿ ਨਹੀਂ ਹੋਈ ਆਫ ਸੀਜ਼ਨ 'ਚ ਗੰਨੇ ਦੇ ਰੇਟ ਦੀ? ਇਹ ਤੁਹਾਡੇ ਮੋਰਚੇ ਕਰਕੇ ਉਹਦੀ ਕੀ ਮੰਨੋਗੇ ਤੁਸੀਂ? ਇਹਨੂੰ ਆਫ ਸੀਜ਼ਨ ਤੱਕ ਬੋਲਦੇ ਨਹੀਂ, ਆਫ ਸੀਜ਼ਨ ਦਾ ਕੋਈ ਰੇਟ ਦਿੰਦਾ ਹੀ ਨਹੀਂ। ਇੱਦੂ ਵੀ ਕਹਾਂ ਮੈਂ ਦੱਸ ਦਿੰਦਾ ਜੀ, ਹਰਿਆਣਾ ਨੂੰ ਉਸ ਵੇਲੇ ਪੂਰੀ ਤਰ੍ਹਾਂ ਕੈਦ ਕਰਕੇ ਰੱਖਿਆ ਹੈ, ਲੇਕਿਨ ਹਰਿਆਣੇ ਨੂੰ ਸਾਡੇ ਮੋਰਚੇ ਨਾਲੋਂ ਪਾੜ ਕੇ ਰੱਖਣ ਲਈ, ਤੋੜ ਕੇ ਰੱਖਣ ਲਈ ਇਹ ਕੀਤਾ ਕਿ ਹਰਿਆਣੇ ਦੇ ਕਿਸਾਨਾਂ ਦਾ ਅਸੀਂ ਜਿਹੜਾ ਇਹਨਾਂ ਦੇ ਕੋਆਪਰੇਟਿਵ ਦਾ ਕਰਜ਼ਾ ਇਹਨਾਂ ਦੇ ਸਿਰ ਹੈ ਉਹਦਾ ਵਿਆਜ ਮਾਫ਼ ਕਰਦੇ, ਉਹਦੀ ਪੈਨਲਟੀ ਮਾਫ਼ ਕਰਦੇ ਹਾਂ। ਉਹ ਕਾਹਦੇ 'ਚ ਹੋਇਆ? ਅਗਲੀ ਗੱਲ ਇਹ ਕਿਹਾ ਕਿ ਜਿਹੜੀ ਸਾਡੀ ਕਪਾਹ ਨਰਮਾ ਹੈ, ਸੀਸੇ ਖਰੀਦਣ ਨੂੰ ਬਾਹਰ ਨਹੀਂ ਨਿਕਲਦੀ ਮੈਦਾਨ 'ਚ, ਹਰ ਵਾਰੀ ਸਾਨੂੰ ਧਰਨਾ ਦੇ ਕੇ ਬਾਹਰ ਕੱਢਣੀ ਪੈਂਦੀ ਹੈ, ਲੇਕਿਨ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਜੂਟ ਅਤੇ ਨਰਮਾ ਅਗਰ ਇਹਨੂੰ MSP ਤੋਂ ਘੱਟੋ ਘੱਟ ਵਿਕੂਗਾ, ਵਪਾਰੀ ਖਰੀਦੇਗਾ ਤਾਂ ਤੁਰੰਤ ਸਰਕਾਰ ਖਰੀਦੂਗੀ ਉਹਨੂੰ। ਇਹ ਕਿਹਦੀ ਦੇਣ ਹੈ? ਇਸ ਅੰਦੋਲਨ ਦੀ ਦੇਣ ਹੈ। ਉਹ ਕਹਿੰਦੇ ਚੰਗੀ ਸਰਕਾਰ ਦੀ ਦੇਣ ਹੈ ਜੀ, ਨਹੀਂ ਚੰਗੀ ਸਰਕਾਰ ਦੀ ਦੇਣ ਸੀ ਤਾਂ ਪਹਿਲਾਂ ਕਰ ਦਿੰਦੇ ਨਾ, ਅਗਰ ਚੰਗੀ ਸਰਕਾਰ ਦੀ ਦੇਣ ਸੀ ਤਾਂ ਸਾਡੇ ਨਾਲ ਕੀਤੇ ਸੀ ਵਾਅਦੇ ਪੂਰੇ ਕਰ ਦਿੰਦੇ, ਫਿਰ ਤਾਂ ਚੰਗੀ ਸਰਕਾਰ ਦੀ ਦੇਣ ਮੰਨ ਲੈਂਦੇ। ਜੇ ਸਰਕਾਰ ਨੇ ਦੇਣ ਦੀ ਬਜਾਏ ਉਦੋਂ ਸਰਕਾਰ ਨੇ ਅਨਾਊਂਸਮੈਂਟ ਕੀਤੀ ਜਦੋਂ ਇਹਨਾਂ ਦੇ ਗਲਤੀ ਚੜ੍ਹੀ। ਮੈਂ ਇੱਕ ਗੱਲ ਹੋਰ ਵੀ ਗੱਲ ਦੱਸਦਾ, ਤੁਸੀਂ ਆਪਦੀ ਜ਼ਿੰਦਗੀ 'ਚ ਇਹ ਹੀ ਚੀਜ਼ ਵਹਿਣੇ ਹੁੰਦੇ ਆਪਾਂ, ਅਸੀਂ ਵੀ ਤਾਂ ਤੁਸੀਂ ਵੀ, ਕਿ ਜੀ ਫਲਾਨੀ ਪਾਰਟੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ, ਕਿਸਾਨਾਂ ਬਾਰੇ ਕੀ ਕਿਹਾ ਜੀ, ਮਜ਼ਦੂਰਾਂ ਬਾਰੇ ਕੀ ਕਿਹਾ, ਲੇਬਰ ਵਾਲੇ ਆਪਣਾ ਵਪਾਰੀਆਂ ਬਾਰੇ ਕੀ ਕਿਹਾ, ਇਹ ਹੀ ਹੁੰਦਾ ਨਾ ਜੀ। ਅਸੀਂ ਇੱਥੇ ਬੈਠੇ ਹਾਂ, ਇੰਡੀਆ ਅਲਾਇੰਸ ਨੂੰ ਇਸ ਗੱਲ ਦਾ ਫਿਕਰ ਪਿਆ ਨਾ, ਉਹਨਾਂ ਨੂੰ ਕਹਿਣਾ ਪਿਆ ਨਾ, ਨਹੀਂ ਤਾਂ ਸੱਤਾ 'ਤੇ ਉਹ ਵੀ ਬਥੇਰਾ ਚੱਲ ਰਹੇ ਹੈ, ਇੱਦੋਂ ਪਹਿਲਾਂ ਤਾਂ ਕਦੇ ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ, ਹੁਣ ਕਿਵੇਂ ਗੱਲ ਉਹਨਾਂ ਦੀ ਯਾਦ ਆ ਗਈ ਕਿ ਇਹਨਾਂ ਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇਣੀ ਹੈ, ਹੁਣ ਕਿਵੇਂ ਇਹਨਾਂ ਦੀ ਯਾਦ ਆ ਗਈ ਕਿ ਇਹਨਾਂ ਨੂੰ MSP ਦੀ ਗਰੰਟੀ ਦੇਣੀ ਹੈ, ਹੁਣ ਕਿਵੇਂ ਯਾਦ ਆ ਗਿਆ ਕਿ CSCP ਨੂੰ ਸੰਵਿਧਾਨਕ ਦਰਜਾ ਦੇਣਾ ਹੈ, ਅਤੇ ਜਦੋਂ ਲੋਕਾਂ ਨੇ ਅੱਗੋਂ ਕਿਹਾ ਵੀ ਆ ਜਾਓ ਫਿਰ ਕੋਈ ਨਹੀਂ ਪੁੱਛਾਂਗੇ, ਹੁਣ ਕਿਵੇਂ ਯਾਦ ਆ ਗਿਆ ਕਿ ਕਰਜ਼ਾ ਮਾਫ਼ ਕਰਨ ਦਾ? ਇਹ ਇਸ ਮੋਰਚੇ ਨੇ ਕਰਾਇਆ ਨਾ, ਹੋਣਾ ਗਾ ਹੈ ਸਰਕਾਰ ਕਿਹਦੀ ਬਣਦੀ ਹੈ ਕਿਹਦੀ ਨਹੀਂ ਬਣਦੀ, ਗੱਲਾਂ ਬਾਤ ਵਧੀਆਂ ਨੇ, ਲੇਕਿਨ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ 77 ਸਾਲਾਂ ਦੇ ਵਿੱਚ ਅਸੀਂ ਕਿਸਾਨਾਂ ਦੇ ਇਸ਼ੂਆਂ ਨੂੰ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਏਜੰਡੇ 'ਤੇ ਲਿਆਉਣ ਦੇ ਵਿੱਚ ਸਫਲ ਨਹੀਂ ਹੋਏ, ਉਸ ਏਜੰਡੇ ਨੂੰ ਅਸੀਂ ਕਿਸਾਨ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ 'ਤੇ ਕਿਸਾਨਾਂ ਦੇ ਮੁੱਦੇ ਲਿਆ ਦੇ। ਇਹ ਤਾਂ ਤੁਹਾਡੇ ਹੀ ਵਿਰੋਧੀ ਲੀਡਰ ਕਹਿਣਗੇ ਵੀ ਉਹ ਉਸ ਮੋਰਚੇ ਨਾਲ ਲਿਆਂਦਾ ਜਿਹਦੇ ਵਿੱਚ ਅਸੀਂ ਵੀ ਸ਼ਾਮਿਲ ਸੀ। ਨਹੀਂ ਇਹ ਤੁਸੀਂ ਜੇ ਉਦੋਂ ਲੈ ਕੇ ਉਦੋਂ ਲੈ ਕੇ ਉੱਠਦੇ, ਸਵਾਲ ਤਾਂ ਇਹ ਸੀ ਨਾ ਜੇ ਉਦੋਂ ਸੀ ਤਾਂ ਫਿਰ ਬਹਿ ਜਾਂਦੇ ਹੋਰ 4 ਦਿਨ ਤਾਂ ਲੈ ਕੇ ਉੱਠਦੇ, ਮੈਂ ਤਾਂ ਉਦੋਂ ਵੀ ਪਿੱਟਦਾ ਸੀਗਾ ਵੀ ਖੜ੍ਹ ਜਾਓ ਮਹੀਨਾ ਕੀ ਜਾਨ ਨਿਕਲਦੀ ਹੈ, ਹਜੇ ਵੀ ਬਹਿ ਜਾਓ। ਇੱਕ ਹੋਰ ਗੱਲ ਮੈਂ ਵੱਡੀ ਕਰਦਾ, ਜਨਤਕ ਤੌਰ 'ਤੇ ਕਿਉਂ ਨਹੀਂ ਜੀ ਵਿਰੋਧ ਆਏ, ਕਿਉਂਕਿ ਬਾਅਦ ਦੇ ਵਿੱਚ ਜਦੋਂ ਪਤਾ ਸੀ ਵੀ ਇਹ ਨੁਕਸਾਨ ਹੋ ਜਾਣਾ ਜੀ, ਜਨਤਕ ਤੌਰ 'ਤੇ ਕਿਉਂ ਇਹ ਕਿਸਾਨੀ ਲੀਡਰਾਂ ਨੇ ਵੀ ਉਸ ਤਰ੍ਹਾਂ ਦੀ ਰਾਜਨੀਤੀ ਕੀਤੀ ਹੈ ਜੀ ਜਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਦੇ ਸਮੇਂ ਦੇ ਵਿੱਚ ਹੋਏ ਵੀ ਹਾਂਜੀ ਹੁਣ ਅਸੀਂ ਕੈਪਟਨ ਨੂੰ ਲਾਉਣ ਲੱਗੇ, ਅਸੀਂ ਉਦੋਂ ਤੱਕ ਚੁੱਪ ਰਹੇ ਜੀ, ਇਹ ਚੁੱਪੀਆਂ ਕਿਉਂ ਰਹੀਆਂ ਜੀ ਤੁਹਾਡੀਆਂ ਵੀ ਇਸ ਫਿਰ ਇਹ ਲੀਡਰ ਵੀ ਉਹੀ ਰਾਜਨੀਤਿਕ ਲੀਡਰਾਂ ਵਰਗੇ ਲੀਡਰ ਨੇ ਜੀ? ਮੈਂ ਹੋਰ ਦੱਸ ਦਿੰਦਾ ਤੁਹਾਨੂੰ, ਥੋੜ੍ਹੀ ਜਿਹੀ ਹੋਰ ਦੱਸ ਦਿੰਦਾ, ਇੱਕ ਹੋਰ ਪ੍ਰਾਪਤੀ ਹੈ ਜਿਹੜੀ ਬੜੀ ਵੱਡੀ ਪ੍ਰਾਪਤੀ ਹੈ। ਹਾਂਜੀ, ਅਸੀਂ ਜਦੋਂ ਕਿਹਾ ਸਰਕਾਰ ਨੂੰ ਕਿ WTO 'ਚੋਂ ਬਾਹਰ ਆਓ, ਭਾਰਤ ਨੂੰ WTO 'ਚੋਂ ਬਾਹਰ ਲਿਆਓ, ਤੜਫਦੀ ਹੈ ਸਰਕਾਰ WTO ਦਾ ਨਾਂ ਲੈ ਤੋਂ, ਲੇਕਿਨ ਇਸ ਅੰਦੋਲਨ ਨੇ WTO ਦੀ ਜਿੱਦਾਂ ਮੀਟਿੰਗ ਹੋਈ ਜੀ ਆ ਪਿੱਛੇ ਅਬੂਧਾਬੀ 'ਚ, ਉਸ ਮੀਟਿੰਗ ਦੇ ਵਿੱਚ ਕੀ ਕਿਹਾ? ਉਹ ਕਹਿੰਦੇ ਜਿਹੜਾ ਪੀਸ ਕਲੋਜ ਆ ਉਹਨੂੰ ਰੈਗੂਲਰ ਕਰੋ, ਅਗਰ ਪੀਸ ਕਲੋਜ ਨੂੰ ਰੈਗੂਲਰ ਕਰ ਦਿੰਦੇ ਆ ਨਾ ਜੀ, ਤਾਂ PDS ਸਕੀਮ ਦੇ ਤਹਿਤ ਜਿਹੜਾ ਸਾਡੀਆਂ ਵਸਤੂਆਂ, ਸਾਡਾ ਅਨਾਜ, ਸਾਡੀਆਂ ਦਾਲਾਂ ਖਰੀਦਦੇ ਆ ਜੀ, ਉਹਨੂੰ ਹੋਰ ਲੰਬਾ ਸਮਾਂ ਉਹ ਖਰੀਦ ਸਕਦੇ ਆ ਰੈਗੂਲਰ ਕਰਦੇ ਆ ਤਾਂ।
ਸਮਝ ਆ ਗਈ ਗੱਲ ਦੀ ਜੀ? ਨਹੀਂ ਤਾਂ WTO ਕਹਿੰਦਾ ਹੈ ਕਿ ਤੁਸੀਂ 10% ਤੋਂ ਵੱਧ ਅਨਾਜ ਖਰੀਦ ਨਹੀਂ ਸਕਦੇ। ਉਹ ਪੀਸ ਕਲੋਜ ਦੇ ਤਹਿਤ ਇਹ ਜਿੰਨਾ ਮਰਜ਼ੀ ਅਨਾਜ ਆਪਦੇ ਲੋਕਾਂ ਨੂੰ ਖਵਾਉਣ ਵਾਸਤੇ ਖਰੀਦ ਸਕਦੇ ਨੇ, ਇੱਕ ਰਾਈਟ ਮਿਲ ਜਾਂਦਾ। ਇਹ ਉੱਥੇ ਕਹਿਣਾ ਪਿਆ ਉਹਨਾਂ ਨੂੰ ਕਿ ਪੀਸ ਕਲੋਜ ਨੂੰ ਰੈਗੂਲਰ ਕਰੋ, ਇਹ ਵੀ ਕਹਿਣਾ ਪਿਆ ਕਿ 10% ਵਾਲੀ ਸ਼ਰਤ ਇਹਨੂੰ ਹਟਾਓ। ਇਹ ਇਸ ਅੰਦੋਲਨ ਦੀ ਦੇਣ ਆ, ਇਸ ਅੰਦੋਲਨ ਦੀ ਦੇਣ ਆ। ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਬਈ ਰਾਜਨੀਤੀ ਕਰਨ ਵਾਲੀ ਗੱਲ, ਵੀ ਇਹ ਵੀ ਰਾਜਨੀਤੀ ਕਰਦੇ ਆ, ਕਿਉਂ ਨਹੀਂ ਬੋਲੇ? ਹਾਂਜੀ, ਦੇਖੋ ਮੇਰੇ ਨਾਲੋਂ ਵੱਧ ਤਾਂ ਸਵਾਲ ਮੇਰੇ 'ਤੇ ਕਰਨ ਦੀ ਬਜਾਏ ਉਹਨਾਂ 'ਤੇ ਕਰਨੇ ਪੈਂਦੇ ਨੇ ਕਿ ਤੁਸੀਂ ਕਿਉਂ ਨਹੀਂ ਬੋਲੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇ ਤਾਂ ਉਹ ਇਮਾਨਦਾਰੀ ਨਾਲ MSP ਦੀ ਗਰੰਟੀ ਚਾਹੁੰਦੇ ਸੀ ਜੀ, ਜ਼ਰੂਰੀ ਨਹੀਂ ਸੀਗਾ ਵੀ ਮੇਰੇ ਜਿੱਥੇ ਅਸੀਂ ਬੈਠੇ ਹਾਂ, ਮੈਂ ਤੇ ਪਨੇਰ ਜਾਂ ਸਾਡੀਆਂ ਬਾਕੀ ਜਥੇਬੰਦੀਆਂ ਬੈਠੀਆਂ, ਇੱਥੇ ਹੀ ਲਾ ਕੇ ਟਰਾਲੀਆਂ ਲਾਉਣੀ। ਯਾਰ, ਹੋਰ ਬੜੇ ਸੜਕਾਂ, ਕਿਸੇ ਹੋਰ 'ਤੇ ਲਾ ਕੇ ਲਾ ਲਓ ਜੀ। ਜੇ ਚਾਹੁੰਦੇ ਸੀਗੇ ਕਿ ਕਿਸਾਨਾਂ ਦੀ ਕਰਜ਼ ਮੁਕਤੀ ਚਾਹੀਦੀ ਹੈ, ਜੇ ਚਾਹੁੰਦੇ ਹੁੰਦੇ ਕਿ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਮਿਲ ਜੇ, MSP ਦੀ ਗਰੰਟੀ ਮਿਲ ਜੇ, ਭਾਰਤ WTO 'ਚੋਂ ਬਾਹਰ ਆਵੇ, ਅਗਰ ਇਹ ਇੰਪੋਰਟੈਂਟ ਮੰਗਾਂ ਦੇ ਉੱਤੇ ਉਹ ਸੀਰੀਅਸ ਹੋਣ ਤਾਂ ਉਹਨਾਂ ਨੂੰ ਮੈਦਾਨ 'ਚ ਆਉਣਾ ਚਾਹੀਦਾ ਸੀ। ਹਕੀਕਤ ਇਹ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਉਹ ਨੇ ਜਿਹੜੇ WTO ਦੇ ਹਮਾਇਤੀ ਨੇ, ਉਹ ਆਪਣੀਆਂ ਦਲੀਲਾਂ ਕਰਕੇ ਕਹਿੰਦੇ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਤੁਸੀਂ ਹੁਣ ਗੱਲ ਕਰਦੇ ਹੋ, ਉਹ ਕਹਿੰਦੇ ਨੁਕਸਾਨ ਕਰ ਦਿੰਦੇ ਜੀ ਇਹਨਾਂ ਚੀਜ਼ਾਂ ਨੇ, ਵੀ ਜੇ ਬਾਹਰ ਆ ਗਏ। ਹਾਂਜੀ, ਨਹੀਂ ਤਾਂ ਫਿਰ ਹੁਣ ਤੱਕ ਮੰਗ ਕਾਹਤੋਂ ਮੰਗਦੇ ਰਹੇ ਹੋ? ਮੈਨੂੰ ਇਹ ਸਵਾਲ ਦਾ ਜਵਾਬ ਦੇ ਦੇਣ ਵੀ ਹੁਣ ਤੱਕ ਤੁਸੀਂ ਮੰਗਦੇ ਕਿਉਂ ਰਹੇ WTO 'ਚੋਂ, ਭਾਰਤ ਬਾਹਰ ਆਵੇ ਹੁਣ ਤੱਕ ਕਿਉਂ ਮੰਗਦੇ ਰਹੇ? ਇਹਦਾ ਮਤਲਬ ਕੀ ਨਿਕਲਦਾ? ਫਿਰ ਜੇ ਤੁਸੀਂ ਪਹਿਲਾਂ ਲੋਕਾਂ ਦਾ ਨੁਕਸਾਨ ਕਰਦੇ ਜੇ ਹੁਣ ਨੁਕਸਾਨ ਕਰਦੇ ਹੋ, ਇਹ ਵੀ ਸਵਾਲ ਹੈ। ਕੌਣ ਉਹਨਾਂ 'ਚ ਕਹਿਣ, ਇੱਕ ਵਾਰੀ ਮਤਲਬ ਖੁੱਲ੍ਹ ਕੇ ਕਹਿਣ ਨਾ ਮਾੜਾ ਮੈਦਾਨ 'ਚ ਆ ਕੇ। ਇਹੋ ਜਿਹੀਆਂ ਜਥੇਬੰਦੀਆਂ, ਹੁਣ ਅਸੀਂ ਇਹ 'ਚ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਕੀਤੀ ਹੈ, ਹੁਣ ਇਹੋ ਜਿਹੀਆਂ ਜਥੇਬੰਦੀਆਂ ਪੰਜਾਬ 'ਚ ਬੈਠੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਜੇਕਰ ਤੁਸੀਂ ਕਰਜ਼ ਮੁਕਤੀ ਦੀ ਗੱਲ ਕਰਨੀ ਆ ਤਾਂ ਅਸੀਂ ਸੋਚਾਂਗੇ ਵੀ ਤੁਹਾਡੇ ਨਾਲ ਰਲ ਕੇ ਅੰਦੋਲਨ ਲੜਨਾ ਹੈ ਕਿ ਨਹੀਂ ਲੜਨਾ। ਫਿਰ ਇੱਕ ਫਿਰ ਸਾਡੇ ਨਾਲ ਕਿਵੇਂ ਰਲ ਕੇ ਲੜ ਲੈਣਗੀਆਂ ਜੀ ਉਹ? ਅਤੇ ਉਲਟਾ ਕਹਿ ਕੀ ਰਹੀਆਂ ਹੁਣ ਪਬਲਿਕ ਦੇ ਵਿੱਚ ਕੀ ਉਹ ਪਰਸੈਪਸ਼ਨ ਦਿੰਦੀਆਂ ਨੇ? ਉਹ ਕਹਿੰਦੇ ਜੀ ਇਹ ਹੰਕਾਰੀ ਨੇ, ਸਾਨੂੰ ਨਾਲ ਨਹੀਂ ਰਲਾਉਂਦੇ, ਇਹ ਕਹਿ ਰਹੇ ਨਾ। ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ, ਅਸੀਂ ਪੈਰਾਂ 'ਤੇ ਪੱਗ ਧਰਨ ਨੂੰ ਤਿਆਰ ਹਾਂ, ਇਹ ਗੱਲਾਂ ਕਰਦੇ ਨੇ। ਹੁਣ ਇਹਨਾਂ ਦੀ ਇੱਕ ਚਿੱਠੀ ਆਈ ਸਾਨੂੰ, ਲੋਕਾਂ ਦੇ ਵਿੱਚ ਤਾਂ ਪ੍ਰਚਾਰ ਇਹ ਕਰਤਾ ਕਿ ਜੀ ਅਸੀਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ, ਡੱਲੇ ਵਾਲਾ ਹੰਕਾਰ ਕਰਦਾ, ਅਸੀਂ ਤਾਂ ਪੈਰਾਂ 'ਤੇ ਪੱਗ ਧਰਨ ਨੂੰ ਤਿਆਰ ਹਾਂ, ਡੱਲੇ ਵਾਲਾ ਹੰਕਾਰ ਕਰਦਾ। ਪਰ ਹੋਇਆ ਕੀ ਹੈ, ਇੱਕ ਚਿੱਠੀ ਲਿਖੀ ਗਈ ਹੈ, ਚਿੱਠੀ 'ਚ ਲਿਖਦੇ ਨੇ ਕਿ ਡੱਲੇ ਵਾਲ ਪਹਿਲਾਂ ਇਸ ਗੱਲ ਦੀ ਗਲਤੀ ਮੰਨੇ ਕਿ ਮੈਂ SKM ਨੌਨ ਪੋਲੀਟੀਕਲ ਬਣਾ ਕੇ ਗਲਤੀ ਕੀਤੀ ਹੈ, ਫਿਰ ਏਕਤਾ ਹੋ ਸਕਦੀ ਹੈ। ਇਹਦਾ ਮਤਲਬ ਏਕਤਾ ਕਰਨ ਵਾਲੀ ਗੱਲ ਹੈ, ਇਹ ਨੰਗੇ ਪੈਰੀ ਆਉਣ ਵਾਲੀ ਗੱਲ ਹੈ? ਸੋਚੋ ਖਪਣਾ, ਨੰਗੇ ਪੈਰੀ ਆਉਣ ਦਾ ਗੱਲ ਨਹੀਂ, ਇਹ ਤਾਂ ਇੱਕ ਸ਼ਰਤ ਲਾਈ ਜਾ ਰਹੀ ਹੈ। ਉਹ ਕਹਿੰਦੇ ਤੁਸੀਂ ਮੰਨੇ ਗਲਤੀ ਕੀਤੀ, ਤੁਸੀਂ ਕਹਿੰਦੇ ਮੈਂ ਠੀਕ ਕੀਤਾ, ਉਹ ਕਿਵੇਂ? ਤੁਸੀਂ ਤੁਹਾਡੇ ਕੋਲ ਕੀ ਦਲੀਲ ਹੈ? SKM ਗਲਤ, SKM ਬਣਾਉਣ ਵਾਲਾ ਨੌਨ ਪੋਲੀਟੀਕਲ ਬਣਾ ਕੇ ਤੁਸੀਂ ਕੀ ਠੀਕ ਕੀਤਾ? ਕਿਉਂਕਿ ਲੋਕ ਇਹ ਵੀ ਕਹਿੰਦੇ ਆ ਜੀ ਵੀ ਠੀਕ ਹੈ, ਇੱਕ ਵਾਰ ਨਹੀਂ ਆਏ ਸੀ, ਇੱਕ ਪਾਸੇ ਤਾਂ ਕਹੀ ਜਾਂਦੇ ਜੀ ਲੀਡਰ ਸਾਨੂੰ ਲੁੱਟ ਰਹੇ ਆ, ਅਤੇ ਆਪ ਜਦੋਂ ਸਾਡੇ ਕੋਲ ਆਪਸ਼ਨ ਨਹੀਂ, ਤਿੰਨੇ ਚਾਰੇ ਪਾਰਟੀਆਂ ਗਲਤ ਹੈ ਜੀ, ਅਤੇ ਫਿਰ ਕਮਾਂਡ ਕੌਣ ਸਾਂਭੇ? ਉਹ ਸਾਂਭਣ ਨਹੀਂ ਦੇਣੀ ਤੁਸੀਂ ਕਹਿੰਦੇ। ਚਲੋ ਹੁਣ ਮੈਂ ਇਸ ਗੱਲ ਦਾ ਜਵਾਬ ਦਿੰਦਾ ਤੁਹਾਨੂੰ। ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਹੈ ਕਿ SKM ਨੌਨ ਪੋਲੀਟੀਕਲ ਸ਼ਬਦ, SKM ਤਾਂ ਉਹੀ ਹੈ, ਨੌਨ ਪੋਲੀਟੀਕਲ ਸ਼ਬਦ ਕਿਉਂ ਆ ਗਿਆ? ਇਹਨਾਂ ਨੇ ਚੋਣਾਂ ਪਿਛਲੀਆਂ ਜਦੋਂ ਹੋਈਆਂ ਪੰਜਾਬ ਦੇ ਵਿੱਚ, ਹੋਰ ਸਟੇਟਾਂ 'ਚ, ਤੁਸੀਂ ਦੇਖਿਆ ਹੋਊਗਾ ਪੋਲੀਟੀਕਲ ਪਾਰਟੀਆਂ ਨੂੰ ਇੱਕ ਵਾਰੀ ਇੱਥੇ ਚੰਡੀਗੜ੍ਹ ਕਿਸਾਨ ਭਵਨ ਸੱਦਿਆ ਸੀ ਜੀ, ਪੋਲੀਟੀਕਲ ਪਾਰਟੀਆਂ ਬਾਹਰ ਬੈਠੀਆਂ ਵੇਟ ਕਰਦੀਆਂ ਸੀ ਵੀ ਸਾਡਾ ਨੰਬਰ ਕਦੋਂ ਆਉਂਦਾ। ਹੋਰ ਹੀ ਨਾ ਗੱਲ, ਇਟ ਮੀਨਸ
ਕਿ ਇਸ ਸਕੀਮ ਇੱਕ ਸੁਪਰੀਮ ਪਾਵਰ ਬਣ ਕੇ ਉੱਭਰ ਗਿਆ। ਸਾਰੇ ਪੋਲੀਟੀਕਲ ਲੋਕਾਂ ਲਈ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਇਹ 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 ਧੜਾ ਜਿਹੜਾ ਉੱਠ ਰਿਹਾ ਹੈ, ਜਿਹੜਾ ਇਹ ਪ੍ਰੈਸ਼ਰ ਗਰੁੱਪ ਜਿਹੜਾ ਖੜਾ ਹੋ ਗਿਆ, ਇਹ ਸਾਡੇ ਲਈ ਸਰਦਰਦੀ ਬਣੇਗਾ। ਅਗਲਿਆਂ ਦਾ ਉਸੇ ਦਿਨ ਤੋਂ ਯਤਨ ਸੀ ਕਿ ਇਹ ਸ਼ਕਤੀ ਖਤਮ ਕਰਨੀ ਹੈ, ਕਿਵੇਂ ਕਰਨੀ ਹੈ। ਔਰ ਇਹਨਾਂ ਲੋਕਾਂ ਦਾ ਅੱਖਾਂ ਦੇ ਵਿੱਚ ਘੱਟਾ ਪਾਇਆ, ਇਹਨਾਂ ਨੂੰ ਮੂਰਖ ਬਣਾਇਆ ਕਿ ਚੋਣਾਂ ਲੜੋ ਜਾ ਕੇ। ਔਰ ਮੈਂ ਤਾਂ ਇੱਥੋਂ ਤੀਕਰ ਵੀ ਚਲੋ ਛੱਡੋ, ਮੇਰਾ ਕਹਿਣ ਦਾ ਭਾਵ ਹੈ ਕਿ ਇਹ ਉਸ ਉਹਨਾਂ ਦੀ ਝਾਸੇ 'ਚ ਆ ਕੇ ਇਲੈਕਸ਼ਨ ਲੜਨ ਵਾਲੇ ਪਾਸੇ ਨੂੰ ਕਹਿ ਲਓ ਕਹਿ ਲਓ, ਕਿਉਂਕਿ ਤੁਸੀਂ ਜਿਹੜੀ ਗੱਲ ਰੋਕਣ ਲੱਗੇ ਕਹਿ ਲਓ, ਕਿਉਂਕਿ ਤੁਸੀਂ ਤਾਂ ਗੈਰ ਰਾਜਨੀਤਿਕ ਹੋ ਜੀ, ਤੁਸੀਂ ਤਾਂ ਰਾਜਨੀਤੀ ਦੇ ਕਰਕੇ ਨਾ ਸ਼ਬਦ ਰੱਖੋ। ਮੇਰਾ ਮੈਂ ਜਿਹੜਾ ਨਾਂ ਕਿਉਂ ਰੱਖਿਆ, ਮੈਂ ਤੁਹਾਨੂੰ ਗੱਲ ਦੱਸ ਦਿੰਦਾ। ਹਾਂਜੀ। ਅੱਛਾ, ਇਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਬਣਾ ਕੇ SSM, ਇਮਾਨਦਾਰੀ ਦੱਸੋ ਵੀ ਉਹ ਐਡੇ ਵੱਡੇ ਥੜੇ ਨੂੰ ਤੋੜਿਆ, ਕਮਜ਼ੋਰ ਕੀਤਾ ਕਿ ਨਹੀਂ ਕੀਤਾ? ਕਮਜ਼ੋਰ ਤਾਂ ਹੋਇਆ ਹੋਇਆ। ਹਾਂਜੀ। ਅੱਛਾ, ਅਸੀਂ ਉਹਨੂੰ ਮੁੜ ਦੁਬਾਰਾ SKM ਨੋਨ ਪੋਲੀਟੀਕਲ ਦਾ ਨਾਂ ਉਦੋਂ ਦਿੱਤਾ ਜਦੋਂ ਮੁੜ ਦੁਬਾਰਾ ਘੁਸਣੇ ਚਾਹੇ ਉਹਦੇ 'ਚ ਪੋਲੀਟੀਕਲ ਲੋਕ। ਅਸੀਂ ਕਿਹਾ ਵੀ ਅਸੀਂ ਇਸ ਤਰ੍ਹਾਂ ਨਹੀਂ ਚੱਲਣ ਦੇਣਾ, ਇਹ ਨੋਨ, ਆਪਾਂ ਦਿੱਲੀ ਦਾ ਅੰਦੋਲਨ ਜਿੱਤਿਆ ਹੈ, ਨੋਨ ਪੋਲੀਟੀਕਲ ਰੱਖ ਕੇ ਜਿੱਤਿਆ ਨਾ, ਕਿਸੇ ਪੋਲੀਟੀਕਲ ਲੀਡਰ ਨੂੰ ਅਸੀਂ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ। ਯਾਰ, ਅਸੀਂ ਤਾਂ ਉਹੀ ਜਿਹੜੀ ਸਪਿਰਿਟ ਸੀ SKM ਦੀ, ਉਹੀ ਜਿਹੜੀ ਮੂਲ ਭਾਵ ਸੀ SKM ਦਾ, ਉਹੀ ਜਿਹੜਾ ਸੰਵਿਧਾਨ ਸੀ SKM ਦਾ, ਅਸੀਂ ਤਾਂ ਉਹਨੂੰ ਜਿਉਂਦਾ ਰੱਖ ਕੇ ਚੱਲ ਰਹੇ ਹਾਂ। ਹੁਣ ਉਹ ਕਹਿੰਦੇ ਬਾਰਡਰ ਨਹੀਂ ਟੱਪ ਹੋਏ ਜੀ ਗੈਰ ਰਾਜਨੀਤਿਕਾਂ ਤੋਂ, ਹੁਣ ਉਹ ਤੁਹਾਡੇ ਜ਼ੋਰ ਦੀ ਵੀ ਗੱਲ ਕਰਦੇ ਨਾ ਜੀ, ਉਹ ਕਹਿੰਦੇ ਸਾਡੇ ਕੋਲ ਇਹ ਸੀ, ਅਸੀਂ ਆਹ ਚੱਕ ਚੱਕ ਕੇ ਇਹ ਤਾਂ ਲੱਭਣੇ ਨਹੀਂ ਸੀ ਜੀ, ਇੱਥੇ ਗਾਡਰ ਗੁਡਰ ਲੰਘ ਜਾਂਦੇ, ਹੋ ਸਕਦਾ ਇਹ ਗਾਡਰ ਹੈ ਹੀ ਨਹੀਂ ਗੇ। ਹਾਂਜੀ। ਉਹਨਾਂ ਨੂੰ ਇਹ ਪੁੱਛੋ ਕਿ ਭਾਈ ਜਦੋਂ ਦਿੱਲੀ ਗਏ ਹੋ ਤੁਸੀਂ, ਗੱਡੀਆਂ ਦੇ ਨੰਬਰ ਕਿਉਂ ਦਿੱਤੇ ਉਹਨਾਂ ਨੂੰ, ਲਿਖਾਏ ਵੀ ਫਲਾਨੀ ਗੱਡੀ ਆਊਗੀ, ਫਲਾਨੀ ਗੱਡੀ ਆਊਗੀ, ਫਲਾਨੀ ਗੱਡੀ ਆਊਗੀ? ਉਹ ਭਲਿਓ ਲੋਕੋ, ਗੱਡੀਆਂ ਦੇ ਤਾਂ ਨੰਬਰ ਨੋਟ ਕਰਾਏ ਸਰਕਾਰ ਨੂੰ ਵੀ ਅਸੀਂ ਆਹ ਗੱਡੀਆਂ ਲੈ ਕੇ ਆ ਰਹੇ ਹਾਂ। ਮੈਂ ਫਿਰ ਇੱਕ ਬੇਨਤੀ ਕਰਦਾ ਵੀ ਇੱਧਰ ਇੰਨਾ ਹਜੇ ਮੋਰਚਾ 'ਚ ਆ, ਅਸੀਂ ਲੜਾਈ ਲੜ ਰਹੇ ਹਾਂ, ਇਹਨੂੰ ਜ਼ਿਆਦਾ ਛੇੜਨ ਦਾ ਵਕਤ ਨਹੀਂ ਹੈ ਜੀ। ਸਾਨੂੰ ਇੱਕ ਵਾਰੀ ਬਾਬਾ ਨਾਨਕ ਮਿਹਰ ਕਰੇ, ਗੁਰੂ ਨਾਨਕ ਪਾਤਸ਼ਾਹ, ਮੋਰਚਾ ਫਤਿਹ ਹੋ ਲੈਣ ਦਿਓ, ਫਿਰ ਤੁਹਾਡੇ ਹੀ ਸਾਹਮਣੇ ਸਾਰੀਆਂ ਗੱਲਾਂ ਮਤਲਬ ਖੁੱਲ੍ਹ ਕੇ ਆਪਾਂ ਰੱਖਾਂਗੇ। ਤੁਹਾਨੂੰ ਲੱਗਦਾ ਫਤਿਹ ਹੋਊਗਾ ਜੀ ਮੋਰਚਾ? ਹੁਣ ਵੋਟਾਂ ਨੇੜੇ ਆ ਜੀ, ਇਲੈਕਸ਼ਨ ਦਾ ਰਿਜ਼ਲਟ 4 ਨੂੰ ਆ ਜਾਣਾ ਜੀ, ਅਤੇ ਜੇ BJP ਦੁਬਾਰਾ ਸੱਤਾ ਦੇ ਵਿੱਚ ਆ ਗਈ ਜੀ, ਕਹਿੰਦੇ ਉਸ ਤੋਂ ਵੱਧ ਹੰਕਾਰੀ ਰੂਪ ਦੇ ਵਿੱਚ ਆਉਣਾ ਜੀ, ਫਿਰ ਤਾਂ ਜੀ ਜ਼ਿਆਦਾ ਆਉਣ ਦਿਓ, ਕੀ ਫਿਰ ਫਿਰ ਕੀ ਫਰਕ ਪੈ ਜੂ ਫਿਰ ਕੀ ਫਰਕ ਪੈ ਜੂ? ਕਿਤੇ ਜਿਹੜੇ ਚੋਣਾਂ ਲੜਨ, ਚੋਣਾਂ ਉਹਨਾਂ ਨੇ ਲੜਨੀਆਂ ਨੇ, ਸਾਨੂੰ ਉਹਨਾਂ ਦਾ ਨਹੀਂ ਹੈ। ਜੇ ਭਲਾ BJP ਨਾਲੋਂ ਵੀ ਹੰਕਾਰੀ ਕੋਈ ਆ ਜਾਵੇ, ਇੱਦੋਂ ਵੀ ਹੰਕਾਰੀ ਆ ਜਾਵੇ, ਕਹੇ ਵੀ ਮੈਂ ਤਾਂ ਲੋਕ ਮਾਰਨੇ ਹੀ ਹੈ, ਫਿਰ ਅਸੀਂ ਆਪਦੇ ਹੱਕਾਂ ਦੀ ਲੜਾਈ ਛੱਡ ਦਿਆਂਗੇ? ਹੱਕਾਂ ਦੀ ਲੜਾਈ ਤਾਂ ਲੜਾਂਗੇ ਨਾ ਅਸੀਂ। ਜੇਕਰ ਇੱਕ ਇਮਾਨਦਾਰੀ ਨਾਲ ਦੱਸਿਓ, ਜੇਕਰ ਜਿੱਦੇ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਜੀ, ਅਸੀਂ ਜੇ ਜਿਹੀਆਂ ਲੋਕਾਂ ਨੂੰ ਜੇ ਜਿਹੇ ਲੋਕ ਪ੍ਰਚਾਰ ਕਰ ਰਹੇ ਸੀਗੇ ਕਿ ਜੀ ਹੁਣ ਤਾਂ ਕੋਈ ਫਾਇਦਾ ਨਹੀਂ, ਹੁਣ ਤਾਂ ਚੋਣ ਜ਼ਾਬਤਾ ਲਾਗੂ ਹੋ ਗਿਆ, ਹੁਣ ਤਾਂ ਸਰਕਾਰ ਹੀ ਹੈ ਨਹੀਂ, ਹੁਣ ਉੱਥੇ ਬਹਿਣ ਦਾ ਕੀ ਫਾਇਦਾ, ਅਗਰ ਆਪਾਂ ਵੀ ਉੱਠ ਕੇ ਚਲੇ ਜਾਂਦੇ, ਕੀ ਇੰਡੀਆ ਅਲਾਇੰਸ ਆਪਦੇ ਏਜੰਡੇ 'ਤੇ ਇਹ ਕਿਸਾਨਾਂ ਦੇ ਇਹ ਮੁੱਦੇ ਲੈ ਕੇ ਆਉਂਦਾ? ਨਹੀਂ ਆਉਣੇ ਸੀ। ਹਰ ਇੱਕ ਪੋਲੀਟੀਕਲ ਪਾਰਟੀ ਆਪਣੀ ਪੱਧਰ ਦੇ ਉੱਤੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਦੇ, ਇਹਨਾਂ ਮੁੱਦਿਆਂ ਦੇ ਉੱਤੇ ਆਪਦੇ ਏਜੰਡੇ 'ਚ ਲੈ ਰਹੇ। ਦੂਜੀ ਗੱਲ, ਫਿਰ ਕੀ ਹੋ ਜਾਏਗਾ ਜੇ ਸਰਕਾਰ, ਮੰਨ ਲਓ BJP ਵੀ ਆ ਜਾਂਦੀ ਹੈ, ਅੱਗੇ ਹਰਿਆਣੇ ਦੀ ਇਲੈਕਸ਼ਨ ਆ ਗਈ ਸਤੰਬਰ 'ਚ ਜੀ, ਇਹ ਤਾਂ ਹਰਿਆਣੇ ਦੀ ਇਲੈਕਸ਼ਨ ਆ ਗਈ, ਹਰਿਆਣੇ 'ਚ ਫਿਰ ਪਿੜਾਂਗੇ, ਇਹ ਲੜਾਈ ਸਾਡੀ ਜਾਰੀ ਰਹੇਗੀ। ਹਰਿਆਣੇ ਦੇ ਵਿੱਚ ਅਗਰ ਹਰਿਆਣੇ ਦੀ ਸਰਕਾਰ ਬਦਲ ਜਾਂਦੀ ਹੈ, ਦੂਜੀ ਸਰਕਾਰ ਆ ਜਾਂਦੀ ਹੈ, ਤਾਂ ਜਿਹੜਾ ਸ਼ੁਭਕਰਨ ਦਾ ਕਤਲ ਹੋਇਆ ਜੀ, ਸਾਡੇ 'ਤੇ ਜਿਹੜਾ 400 ਬੰਦਾ 433 ਬੰਦੇ ਸਾਡੇ ਜ਼ਖਮੀ ਕੀਤੇ, ਸਾਡੇ ਟਰੈਕਟਰ ਤੋੜੇ,
ਉਹਨਾਂ ਅਧਿਕਾਰੀਆਂ ਦਾ, ਉਹਨਾਂ ਲੀਡਰਾਂ ਦਾ ਲੇਖਾ ਤਾਂ ਲਿਆ ਜਾਣਾ ਨਾ। ਫਿਰ ਅਸੀਂ ਇੱਥੇ ਥੋੜ੍ਹੀ ਬੈਠਾਂਗੇ ਜੇ ਦੂਜੀ ਸਰਕਾਰ ਆ ਗਈ ਤਾਂ, ਇੱਦਾਂ ਅਸੀਂ ਦਿੱਲੀ ਹੋਵਾਂਗੇ ਉੱਥੇ ਹੀ। ਕਿਉਂਕਿ ਇੱਦਾਂ ਇਹ ਹੈ ਨਾ ਕਿ ਇਹ ਇੱਥੇ ਇੱਥੇ ਤਾਂ ਬੈਰੀਕੇਡਿੰਗ, ਸਾਡਾ ਤਾਂ ਹਰਿਆਣਾ ਤਾਂ ਰੌਲਾ ਹੀ ਨਾ, ਸਾਡਾ ਰੌਲਾ ਤਾਂ ਦਿੱਲੀ ਨਾਲ, ਦਿੱਲੀ ਵੜਨ ਤਾਂ ਦਿੱਲੀ ਵਾਲੇ ਕਰ ਲੈਣ, ਹਰਿਆਣੇ ਦੇ ਵਿੱਚ ਸਾਨੂੰ ਕਿਉਂ ਰੋਕਿਆ ਗਿਆ? ਇਸ ਕਰਕੇ ਰੋਕਿਆ ਗਿਆ ਕਿ ਹਰਿਆਣੇ 'ਚ ਵੀ ਸਰਕਾਰ ਬੀਜੇਪੀ ਦੀ ਹੈ, ਜਦੋਂ ਇੱਥੇ ਵੀ ਸਰਕਾਰ ਕਿਸੇ ਦੂਜੀ ਧਿਰ ਦੀ ਹੈ, ਕੋਈ ਸਾਡਾ ਪੰਗਾ ਕਿਉਂ ਲਊਗੀ? ਅਗਲਾ ਕਹਿੰਦਾ ਜਾਣ ਦਿਓ ਇਹਨਾਂ ਨੂੰ, ਅਸੀਂ ਕਿਉਂ ਲੜੀਏ ਇਹਨਾਂ ਨਾਲ, ਅਸੀਂ ਕਿਉਂ ਬੰਦੇ ਮਾਰੀਏ ਜਾਂ ਮਰਵਾਈਏ ਬੰਦੇ ਇਹਨਾਂ 'ਤੇ, ਕਿਉਂ ਅਸੀਂ ਕੇਸ ਮੁਕੱਦਮੇ ਉੱਧਰ ਉੱਧਰ ਹੀ ਕਰੀਏ ਇੱਕ ਦੂਜੇ ਦੇ ਉੱਤੇ? ਉਹ ਤਾਂ ਸੁਭਾਵਿਕ ਹੈ ਨਾ। ਤਾਂ ਫਿਰ ਉਹ ਤਾਂ ਫਿਰ ਮਤਲਬ ਉਹ ਸਰਕਾਰ ਨੇ ਜਦੋਂ ਹਰਿਆਣੇ ਦੀ ਬਣਾਉਣੀ ਹੈ ਇਹਨਾਂ ਨੇ ਬੀਜੇਪੀ ਨੇ, ਉਦੋਂ ਫਿਰ ਸਾਡੀ ਮਤਲਬ ਕਿਸਾਨਾਂ ਦਾ ਮੁੱਦਾ ਜਿਹੜਾ ਅੱਗੇ ਜਾਂਦਾ। ਨਹੀਂ ਤਾਂ ਫਿਰ ਵੀ ਜੇ ਸਰਕਾਰਾਂ ਨਾ ਵੀ ਹੋਣ ਯਾਰ, ਲੜਾਈ ਤਾਂ ਫਿਰ ਵੀ ਲੜਨੀ ਹੈ, ਆਪਦੇ ਹੱਕਾਂ ਦੀ ਲੜਾਈ ਤਾਂ ਛੱਡੀ ਨਹੀਂ ਨਾ ਜਾਣੀ, ਇਹ ਤਾਂ ਲੜਾਂਗੇ। ਕਹਿੰਦੇ ਲੀਡਰ ਲੜਾਈ ਨੂੰ ਖਤਮ ਨਹੀਂ ਕਰਦੇ ਹੁੰਦੇ, ਜਾਣ ਕੇ ਜਿਉਂਦਾ ਰੱਖਦੇ ਆ ਵੀ ਚੱਲ। ਨਹੀਂ ਇਹ ਨਹੀਂ ਹੈ, ਮੈਂ ਤਾਂ ਲੜਾਈ ਨੂੰ ਜਦੋਂ ਅਸੀਂ ਦਿੱਲੀਓਂ ਆਏ ਹਾਂ ਜੀ, ਮੈਂ ਤਾਂ ਉਹਦੇ ਹੀ ਮੁਕਾ ਕੇ ਆਉਣੀ ਚਾਹੁੰਦਾ ਸੀ ਵੀ ਇਹਨੂੰ ਨਿਮੇੜੋ, ਤਕੜੇ ਹੋ ਕੇ ਬਹਿ ਜਾਓ ਹੁਣ ਹੋਰ। ਮੇਰੇ ਨਾਲ ਤਾਂ ਉਸ ਵੇਲੇ ਦੀਆਂ ਵੀਡੀਓ ਪਈਆਂ ਹੋਣਗੀਆਂ, ਰਾਜੇਵਾਲ ਸਾਹਿਬ ਖੁਦ ਮੰਨਿਆ ਇੱਕ ਵਿਦੇਸ਼ੀ ਚੈਨਲ ਦੇ ਉੱਤੇ ਔਰ ਬੋਲ ਰਿਹਾ ਕਿ ਡੱਲੇਵਾਲ ਨਹੀਂ ਮੰਨਦਾ ਸੀ, ਉਹ ਕਹਿੰਦਾ ਜੀ ਸਾਨੂੰ ਨਹੀਂ ਉੱਠ ਕੇ ਜਾਣਾ ਚਾਹੀਦਾ। ਅਸੀਂ ਕਹਿੰਦਾ ਮੈਂ ਸਮਝਾਇਆ ਉਹਨਾਂ ਨੂੰ ਵੀ ਤੁਹਾਡੀਆਂ ਫੋਰਸਾਂ ਥੱਕ ਗਈਆਂ, ਤੁਹਾਡੀਆਂ ਫੌਜਾਂ ਥੱਕ ਗਈਆਂ, ਹੁਣ ਦੁਬਾਰਾ ਆ ਜਾਓ ਜੀ, ਚਲੋ ਕਿਹੜਾ ਚੱਲੀਏ, ਮੰਨ ਰਹੇ ਨੂੰ ਆਪ ਮੰਨ ਰਹੇ ਨੇ। ਤੋ ਮੇਰਾ ਭਾਵ ਇਹ ਨਹੀਂ ਸੀਗਾ ਕਿ ਅਸੀਂ ਇਹਨੂੰ ਮੁੱਦੇ ਨੂੰ ਜਿਉਂਦਾ ਰੱਖਣਾ, ਇਹ ਕੋਈ ਮੈਂ ਕੋਈ ਰਾਜਨੀਤੀ ਕਰਨੀ ਉਹਨੇ ਫਿਰ ਤਾਂ ਮੈਂ ਮੁੱਦੇ ਜਿਉਂਦੇ ਰੱਖਣੇ। ਮੇਰੀ ਤਾਂ ਇੱਛਾ ਇਹ ਹੈ ਸਾਡੀ ਤਾਂ, ਜਿਹੜੇ ਆ ਜਿੰਨੇ ਕੁ ਅਸੀਂ ਲੋਕ ਲੜ ਰਹੇ ਹਾਂ, ਇਹਨਾਂ ਦੀ ਇੱਛਾ ਤਾਂ ਇਹ ਹੈ ਕਿ ਅਸੀਂ ਆਪਦਾ ਕਿਸਾਨ ਜਿਉਂਦਾ ਰੱਖਣਾ, ਆਪਦਾ ਮਜ਼ਦੂਰ ਜਿਉਂਦਾ ਰੱਖਣਾ, ਅਸੀਂ ਤੋਂ ਹੀ ਲੜਾਈ। ਅਗਰ ਅਸੀਂ WTO ਦੀ ਗੱਲ ਕਰ ਰਹੇ ਹਾਂ ਨਾ, ਉਹ ਤਾਂ ਮੈਂ ਕਹੂੰਗਾ ਅਸੀਂ ਪੂਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਕਰ ਰਹੇ ਹਾਂ। ਇੱਕ ਕੰਪਨੀ ਆਈ, ਤੁਸੀਂ ਸਾਰੀਆਂ ਪਾਰਟੀਆਂ ਨੂੰ ਸੱਦਾ ਕਿਉਂ ਨਹੀਂ ਦਿੰਦੇ ਵੀ ਸਾਰੀਆਂ ਪਾਰਟੀਆਂ ਦੇ ਲੀਡਰ ਪੰਜਾਬ ਦੇ ਆਓ ਯਾਰ, ਬੈਠੀਏ ਆਪਾਂ, ਨਾਲੇ ਪਤਾ ਲੱਗ ਜੂਗਾ ਦਿੱਲੀ ਨੂੰ ਕਾਹਦੇ 'ਤੇ ਬੈਠੀਏ ਵੀ ਆ ਮੁੱਦਿਆਂ ਦੇ ਉੱਤੇ? ਨਹੀਂ ਇਹ ਤਾਂ ਪੋਲੀਟੀਕਲ, ਇਹਨਾਂ ਨੇ ਤਾਂ ਰਾਜਨੀਤੀ ਕਰਨੀ ਹੈ, ਇਹ ਲੜਾਈਆਂ ਲੜ ਕੇ ਸਾਡਾ ਹੱਕ ਕਿਹਨੂੰ ਸੱਦੋਗੇ ਤੁਸੀਂ? ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਵੀ WTO ਲਿਆਉਣ ਵਾਲਾ ਕਾਂਗਰਸ ਬੈਠੀ ਹੈ, WTO ਨੂੰ ਅੱਗੇ ਜਾ ਕੇ ਐਗਰੀਕਲਚਰ ਪੋਲਿਸੀ ਸਨ 2000 ਦੀ ਜਿਹੜੀ ਬਣੀ, ਜਿਹਦੇ ਵਿੱਚ ਸਾਡੀਆਂ 20,000 ਏਕੜ ਦੇ ਫਾਰਮ ਤਿਆਰ ਕਰਨ ਦੀ ਗੱਲ ਆਈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵੇਲੇ ਮੌਕੇ 'ਤੇ ਅਟਲ ਬਿਹਾਰੀ ਵਾਜਪਾਈ ਨੇ ਕੀਤੀ। ਅੱਜ ਮੋਦੀ ਜੀ ਉਹ ਕੁਛ ਕਰ ਰਿਹਾ, ਮੋਦੀ ਜੀ ਨੇ ਆਪਦੇ ਸਰਕਾਰ ਦੇ ਹੁੰਦਿਆਂ ਦੇਖੋ ਕਿਸਾਨੀ ਦੇ ਉੱਤੇ ਵਾਰ ਕੀ ਕੀਤਾ, ਸਭ ਤੋਂ ਵੱਡਾ ਵਾਰ ਹੈ। ਹਰ ਸਟੇਟ ਨੂੰ ਇਹ ਵਾਰਨਿੰਗ ਦਿੱਤੀ ਕਿ ਜਿਹੜੀ ਵੀ ਸਟੇਟ ਦੀ ਗੌਰਮੈਂਟ ਕਿਸਾਨਾਂ ਲਈ ਬੋਨਸ ਅਨਾਊਂਸ ਕਰੇਗੀ, ਉਸ ਸਟੇਟ ਦਾ ਅਸੀਂ ਅਨਾਜ ਨਹੀਂ ਚੱਕਾਂਗੇ। ਇਹਦਾ ਮਤਲਬ ਕਿਸਾਨ ਵਿਰੋਧੀ, ਚਿਹਰਾ ਸਪਸ਼ਟ ਹੋ ਗਿਆ, ਨੰਗਾ ਹੋ ਗਿਆ ਨਾ, ਕਲੀਅਰ ਹੈ। ਹੁਣ ਐਤਕੀ ਜਿਹੜਾ ਇਹਨਾਂ ਦਾ ਬਜਟ ਆਇਆ ਹੈ, ਪਿਛਲੇ ਸਾਲ ਨਾਲੋਂ ਬਜਟ ਐਤਕੀ ਘਟਾ ਕੇ ਲਿਆਉਂਦਾ ਐਗਰੀਕਲਚਰ ਦੇ ਉੱਤੇ, ਨਵੀਂ ਚੀਜ਼ ਕੁਛ ਨਹੀਂ ਕਿ ਐਗਰੀਕਲਚਰ ਦੇ ਉੱਤੇ ਬਜਟ ਵਧਾਉਣਾ ਚਾਹੀਦਾ ਸੀ, ਸਗੋਂ ਘਟਾਇਆ। ਤੋ ਇਦੋਂ ਵੀ ਕਹਾਂ, ਜਿਹੜਾ ਅਸੀਂ 2013 ਦੇ ਵਿੱਚ ਇੱਕ ਅੰਦੋਲਨ ਲੜ ਕੇ, ਲੜਾਈ ਲੜ ਕੇ ਲੈਂਡ ਐਕੁਜੀਸ਼ਨ ਐਕਟ ਨੂੰ ਕੁਛ ਬਹੁਤ ਵਧੀਆ ਨਹੀਂ ਮੈਂ ਕਹਿ ਸਕਦਾ, ਕੁਝ ਕੁ ਮੱਦਾਂ ਕਿਸਾਨ ਪੱਖੀ ਪਾਈਆਂ, ਜਿਹਦੇ 'ਚ ਇੱਕ ਮੇਜਰ ਮੰਗ ਇਸ ਮੱਦੇ ਸੀ ਕਿ ਜਿੰਨਾ ਚਿਰ 70% ਕਿਸਾਨ ਐਗਰੀ ਨਾ ਹੋਣ, ਓਨੀ ਦੇਰ ਤੱਕ ਉਹ ਜ਼ਮੀਨ ਅਕੁਆਇਰ ਨਹੀਂ ਕੀਤੀ ਜਾ ਸਕਦੀ। ਅਗਰ ਫਿਰ ਵੀ ਕਿਸਾਨ ਸਹਿਮਤ ਨਹੀਂ ਤਾਂ ਉਹ ਚਾਹੁੰਦਾ ਕਿ ਮੈਂ ਜ਼ਮੀਨ ਆਪਦੀ ਨਹੀਂ ਛੱਡਣੀ, ਮੈਂ ਪੈਸੇ ਨਹੀਂ ਲੈਣੇ, ਮੈਨੂੰ ਤਾਂ ਇੰਨੀ ਜ਼ਮੀਨ ਹੀ ਲੈ ਕੇ ਦਿਓ, ਇਹ ਵੀ ਉਹਦੇ 'ਚ ਮੱਦ ਆ ਕਿ ਜ਼ਮੀਨ ਹੀ ਲੈ ਕੇ ਦੇਣੀ ਪਏਗੀ।
ਹੁਣ ਇੱਕ ਇਹੋ ਜਿਹੀ ਉਸ ਕਾਨੂੰਨ ਨੂੰ ਜਿਹਦੇ 'ਚ ਸੋਧਾਂ ਕਰਕੇ ਬਣਵਾਇਆ ਮਾਰਕੀਟ ਰੇਟ ਨਾਲੋਂ ਉਹਨੂੰ 4 ਗੁਣਾ ਰੁਪਈਏ ਮਿਲਣਗੇ, ਵਿੱਚ ਉਹਦੇ ਉਜਾੜਾ ਪੱਤਾ ਹੋਏਗਾ, ਵਿੱਚ ਉਹਦਾ ਇੰਟਰਸਟ ਮਿਲੇਗਾ, ਇਹ ਸਾਰੀਆਂ ਗੱਲਾਂ ਉਹ 'ਚ ਪਾਈਆਂ ਗਈਆਂ। ਹੁਣ ਇਹਨਾਂ ਨੇ ਕੀ ਕਰ ਦਿੱਤਾ, ਸੰਨ 2015 'ਚ ਮਾਡਲ ਐਕਟ ਬਣਾਤਾ BJP ਨੇ, ਅਤੇ ਮਾਡਲ ਐਕਟ ਬਣਾ ਕੇ ਉਹਦੇ ਵਿੱਚੋਂ ਸਾਰੀਆਂ ਇਹ ਜਿਹੜੀਆਂ ਕਿਸਾਨ ਪੱਖੀ ਮੱਦਾਂ ਸੀ ਕੱਢ ਕੇ ਅਤੇ ਬਾਹਰ ਮਾਰੀਆਂ ਅਤੇ ਆਪਣੀਆਂ ਸਟੇਟਾਂ ਨੂੰ, ਮਤਲਬ ਜਿੱਥੇ ਜਿੱਥੇ BJP ਦੀ ਸਰਕਾਰ ਬਣਦੀ ਜਾਂਦੀ ਹੈ ਉੱਥੇ ਲਾਗੂ ਕਰੀ ਜਾਂਦੀ ਹੈ। ਯਾਨੀ ਕਿਸਾਨ ਮਾਰੂ ਫੈਸਲੇ। ਅਗਲੀ ਗੱਲ ਹੈ, ਕਿਸਾਨਾਂ ਨੂੰ ਇਹ ਕਹਿਤਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਅੱਗੇ ਜਾ ਕੇ ਆਪ ਹੀ 15 ਦੇ ਵਿੱਚ ਸੁਪਰੀਮ ਕੋਰਟ 'ਚ ਜਾ ਕੇ ਕਹਿਤਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕਰ ਸਕਦੇ। 18 ਦੇ ਵਿੱਚ ਫਿਰ ਮੈਨੂੰ ਲਿਖ ਕੇ ਦਿੱਤਾ ਵਾ, ਮੇਰੇ ਕੋਲ ਚਿੱਠੀ ਪਈ ਹੈ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਰਿਕਾਰਡ 'ਤੇ ਫਿਰ ਨਹੀਂ ਕੀਤੀ। ਫਿਰ ਲੜਾਈ ਲੜਨੀ ਸ਼ੁਰੂ ਕੀਤੀ 19 'ਚ, ਜਦੋਂ ਉਹਨਾਂ ਨੇ ਕਿਹਾ 2000 ਰੁਪਈਆ ਕਿਸਾਨਾਂ ਨੂੰ ਦੇਵਾਂਗੇ ਅਸੀਂ। ਹੁਣ ਇੱਕ ਸੋਚੋ ਗੱਲ ਕਿ 2000 ਰੁਪਈਆ ਸਾਡੇ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਂਦਾ ਹੈ, ਇਹ ਇੱਕ ਖੈਰਾਤ ਨਹੀਂ। ਸਾਡੇ ਕਿਸਾਨਾਂ ਦਾ ਇੱਕ ਏਕੜ ਕਣਕ ਦੇ ਉੱਤੇ ਥਲੀ ਜੀ 52,000 ਰੁਪਈਆ ਖਰਚਾ ਆਉਂਦਾ ਹੈ ਜੀ, 52,000। ਹੁਣ 52,000 ਖਰਚਾ ਆਇਆ, 32,000 ਦੀ ਫਸਲ ਹੋਈ, 20,000 ਰੁਪਈਆ ਕਿਸਾਨ ਦੀ ਜੇਬ 'ਚੋਂ ਗਿਆ, 1,000 ਰੁਪਈਆ ਕੁਇੰਟਲ ਮਗਰ ਉੱਡ ਗਿਆ, 20 ਕੁਇੰਟਲ ਕਣਕ ਨਿਕਲਦੀ ਹੈ, 1,000 ਰੁਪਈਆ ਕੁਇੰਟਲ ਮਗਰ ਕਿਸਾਨ ਦਾ ਮਤਲਬ ਖਰਚੇ 'ਚ ਉੱਡ ਗਿਆ। ਉਹ ਯਾਰ 1,000 ਰੁਪਈਆ ਕੁਇੰਟਲ ਦਾ, 20,000 ਰੁਪਈਆ ਕਿੱਲੇ ਦਾ, ਜਿਹੜਾ ਕਿਸਾਨ 10 ਕਿੱਲਿਆਂ ਦੀ ਵਾਹੀ ਕਰਦਾ ਉਹਦਾ 2,00,000 ਰੁਪਈਆ ਲੁੱਟ ਕੇ, ਅਤੇ ਸਾਲ 'ਚ ਕਹੋ ਵੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਤੁਹਾਨੂੰ 6,000 ਦਿੱਤਾ ਜੀ ਅਸੀਂ, ਯਾਰ ਅਸੀਂ ਮੰਗਦੇ ਹਾਂ, ਲੁੱਟ ਤਾਂ ਸਾਡਾ ਤੁਸੀਂ ਲਿਆ 2,00,000 ਅਤੇ ਦੇ ਰਹੇ ਹੋ ਸਾਨੂੰ 6,000। ਜਿਹੜਾ ਕਮਿਟਮੈਂਟ ਸੀ ਤੁਸੀਂ ਸਾਡੇ ਨਾਲ ਕੀਤੀ ਨਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਉਹ ਲਾਗੂ ਕਰ ਦਿਓ, ਘੱਟੋ ਘੱਟ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਤਾਂ ਲਾਗੂ ਕਰੋ ਨਾ। ਵੈਸੇ ਕਿਸਾਨ ਨੂੰ ਸਹੀ ਹੱਕ ਰਸੀ, ਸਹੀ ਉਹਦਾ ਰਾਈਟ ਉਦੋਂ ਮਿਲਦਾ ਅਗਰ ਪ੍ਰਾਈਸ ਇੰਡੈਕਸ ਦੇ ਮੁਤਾਬਕ ਭਾਅ ਮਿਲੇ ਤਾਂ। ਪ੍ਰਾਈਸ ਇੰਡੈਕਸ ਨੂੰ ਜਦੋਂ ਅਸੀਂ ਮਾਪਦੇ ਹਾਂ ਨਾ ਹੱਥਲੀ ਜੀ, ਉਹਦੇ 'ਚ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ, ਕੁਝ ਚੀਜ਼ਾਂ ਦਾ ਤਾਂ 250-250 ਰੇਟ ਵੱਧ ਗਏ, 300-300 ਰੇਟ ਵੱਧ ਗਏ, ਅਤੇ ਕਿਸਾਨ ਦੀਆਂ ਫਸਲਾਂ ਦੇ ਰੇਟ ਵਧੇ ਸਿਰਫ ਮੰਨ ਕੇ ਚਲੋ 26-25 ਗੁਣਾ। ਹੁਣ ਇੱਕ ਇਹਦਾ 25 ਗੁਣਾ ਰੇਟ ਵਧੇ, ਦੂਜੇ ਪਾਸੇ 250 ਗੁਣਾ ਰੇਟ ਵੱਧ ਜੇ, 300 ਗੁਣਾ ਰੇਟ ਵੱਧ ਜੇ, ਉਹਦੇ ਨਾਲ ਜੇਕਰ 100 ਗੁਣੇ 'ਤੇ ਵੀ ਅਸੀਂ ਲੈ ਕੇ ਜਾਂਦੇ ਹਾਂ ਨਾ, ਤਾਂ ਕਣਕ ਦਾ ਰੇਟ 7600 ਰੁਪਈਆ ਕੁਇੰਟਲ ਬਣਦਾ ਹੈ, ਝੋਨੇ ਦਾ ਰੇਟ 5400 ਰੁਪਈਆ ਕੁਇੰਟਲ ਬਣਦਾ ਹੈ, ਦੇ ਕੀ ਰਹੇ ਸਾਨੂੰ। ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਵੀ ਕਣਕ ਦਾ ਰੇਟ 4000 ਤੋਂ ਉੱਪਰ ਬਣਦਾ, 4500-4600 ਰੁਪਈਆ ਬਣਦਾ, ਝੋਨੇ ਦਾ ਰੇਟ ਆ ਜਿਹੜਾ 3200-3300 ਰੁਪਈਆ ਬਣਦਾ, ਦੇ ਕੀ ਰਹੇ ਸਾਨੂੰ। ਸੋ ਇਸ ਕਰਕੇ ਜਿਨ੍ਹਾਂ ਨੇ ਏਡਾ ਵੱਡਾ ਮਤਲਬ ਹਮਲੇ ਹੋਏ ਨੇ, ਏਡਾ ਵੱਡੇ ਵਾਰ ਹੋਏ ਨੇ, ਸਵਾਲ ਉਸ ਆਧਾਰ ਦੇ ਉੱਤੇ ਅਸੀਂ ਤਾਂ ਸਾਰਿਆਂ 'ਤੇ ਕਰ ਰਹੇ ਹਾਂ, ਕੋਈ ਇੱਕ 'ਤੇ ਨਹੀਂ ਕਰ ਰਹੇ, ਸਾਰੇ ਸਾਡੇ ਸਵਾਲਾਂ ਦੇ ਘੇਰੇ 'ਚ ਨੇ। ਅਸੀਂ ਕਿਸੇ ਨੂੰ ਇਹ ਨਹੀਂ ਹੈਗਾ ਗੱਲ ਸਾਡੀ ਕਿ ਵੀ ਅਸੀਂ ਕਿਸੇ ਨੂੰ ਇਹ ਕਹਾਂਗੇ, ਹਾਂ ਕਿਸੇ ਦੇ ਸਵਾਲਾਂ ਦੇ ਵਿੱਚ ਇਹ ਗੱਲ, ਹੁਣ ਜਿਹੜਾ ਹੰਸਰਾਜ ਹੰਸ ਹੈ, ਹੰਸਰਾਜ ਨਹੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਤੁਸੀਂ ਵੀ ਦੇਖੀ ਹੋਣੀ ਹੋ, ਵੀ ਆਪਾਂ ਤਾਂ ਇੱਕ ਗੋਲ ਕਰਨਾ ਸੀ ਕਰ ਲਿਆ, ਆਪਾਂ ਇੱਥੇ ਵੋਟਾਂ ਲੈਣ ਥੋੜ੍ਹੀ ਆਉਣਾ, ਆਪਾਂ ਤਾਂ ਇੱਕ ਵਾਰੀ MP ਬਣਨਾ ਸੀ, ਬਣ ਗਏ, ਆਪਾਂ ਕੀ ਲੈਣਾ, ਫਕੀਰਾਂ ਦੀ ਮੌਜ ਹੈ। ਹੁਣ ਭਾਈ ਫਕੀਰਾਂ ਦੀ ਮੌਜ ਦੁਬਾਰਾ ਫਿਰ ਕਾਹਤੋਂ ਆ ਗਈ, ਲੋਕ ਇਹ ਪੁੱਛਣਗੇ ਨਹੀਂ ਕਿ ਬਈ ਤੂੰ ਤਾਂ ਇੱਕ ਵਾਰੀ ਜਿਹੜਾ ਗੋਲ ਕਰਨਾ ਸੀ ਕਰ ਲਿਆ, ਦੁਬਾਰਾ ਗੋਲ ਕਰਨਾ ਆ, ਕੀ ਇਹ ਸਵਾਲ ਨਹੀਂ ਬਣਦੇ। ਇਹੀ ਸਵਾਲ ਹੈ,
ਕਿ ਇਹ ਸਵਾਲ ਨਹੀਂ ਬਣਦੇ ਬੀਜੇਪੀ ਦੀ ਲੀਡਰਸ਼ਿਪ ਦੇ ਕਿ ਜਦੋਂ ਸਾਡੇ 'ਤੇ ਗੋਲੀਆਂ ਚੱਲ ਰਹੀਆਂ ਸੀ ਉਹ ਭਾਈ ਤੁਹਾਡੀ ਜ਼ਬਾਨ ਕਿਉਂ ਠਾਕੀ ਗਈ ਸੀ, ਉਹ ਤਾਂ ਬੋਲੇ ਕਿਉਂ ਨਹੀਂ? ਤੁਸੀਂ ਇੱਕ ਵਾਰੀ ਤਾਂ ਕਹਿ ਦਿੰਦੇ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਗਲਤ ਹੋ ਰਿਹਾ, ਅਤੇ ਤੁਸੀਂ ਤਾਂ ਉਹਦੇ ਬਿਲਕੁਲ ਜ਼ਬਾਨ ਠਾਕੀ ਗਈ, ਅੱਖਾਂ ਬੰਦ ਹੋ ਗਈਆਂ, ਕੰਨ ਬੰਦ ਕਰ ਲਏ ਤੁਸੀਂ, ਚੁੱਪ ਕਰਕੇ ਸਮਾਂ ਘੱਟ ਆਉਣ। ਇੱਕ ਚਲੋ ਪਰ ਹੰਸਰਾਜ ਜੀ ਨੇ ਗੱਲ ਇਹ ਕੀਤੀ ਆ, ਉਹ ਕਹਿੰਦੇ ਵੀ ਮੈਂ ਹੀ ਤਾਂ ਮੀਟਿੰਗਾਂ ਕਰਾਉਂਦਾ ਰਿਹਾ, ਮੈਂ ਹੀ ਫੋਨ ਕਰਦਾ ਰਿਹਾ। ਕਿਹਦੇ ਨਾਲ ਮੀਟਿੰਗਾਂ ਹੋਈਆਂ ਮੈਨੂੰ ਨਹੀਂ ਪਤਾ ਗਾ, ਜਿਹਦੇ ਨਾਲ ਮੀਟਿੰਗਾਂ ਹੋਈਆਂ ਹੋਣਗੀਆਂ ਉਹਨੂੰ ਪਤਾ ਹੋਵੇ ਕਿ ਮੇਰੇ ਨਾਲ ਤਾਂ ਹੋਈ ਨਹੀਂ ਗੱਲ। ਅੱਛਾ ਜੀ, ਨਾ ਮੇਰਾ ਕਦੀ ਮਤਲਬ ਹੈ ਇਹੋ ਜਿਹੀ ਕੋਈ ਬੈਕਡੋਰ ਤੋਂ ਮੀਟਿੰਗ ਕਰਨ ਦਾ। ਮੀਟਿੰਗਾਂ ਦੀ ਜੇ ਆਪਾਂ ਗੱਲ ਕਰੀਏ, ਹੁਣ ਇੱਕ ਵੀਰ ਨੇ ਕੱਲ੍ਹ ਸਾਡੇ ਇੱਕ ਮੁੰਡੇ ਨੂੰ ਕਿਹਾ, ਉਹ ਕੋਈ ਅੰਮ੍ਰਿਤਸਰ ਏਰੀਏ ਦਾ ਪਤਾ ਨਹੀਂ ਕਿੱਥੋਂ ਦਾ, ਉਹ ਕਹਿੰਦਾ ਵੀ ਪੰਜਾਬ ਦੀ ਅਤੇ ਹਰਿਆਣੇ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ। ਹੁਣ ਮੈਂ ਕਹਿੰਦਾ ਵੀ ਦੱਸੋ, ਹੁਣ ਕੱਲ੍ਹ ਨੂੰ ਉਹ ਕਹਿ ਦੇਵੇ ਉੱਠ ਕੇ ਮੈਂ ਤੁਹਾਡੀਆਂ ਮੀਟਿੰਗਾਂ ਕਰਦਾ ਕਰਾਉਣਾ ਯਾਰ ਬੈਕਡੋਰ। ਸਾਡੀ ਮੀਟਿੰਗ ਦਾ ਕਰਨ ਦਾ ਟਾਈਮ 18 ਫਰਵਰੀ ਤੋਂ ਲੈ ਕੇ 16 ਮਾਰਚ ਤੱਕ 28 ਦਿਨ ਸਾਡੇ ਨਾਲ ਗੱਲ ਨਹੀਂ ਕੀਤੀ ਸਰਕਾਰ ਨੇ। ਉਦੋਂ ਭਾਈ ਤੁਸੀਂ ਮੀਟਿੰਗਾਂ ਕਰਾਉਣ ਵਾਲੇ ਕਿੱਥੇ ਗਏ ਸੀ? ਜਦੋਂ ਅੱਜ ਸਰਕਾਰ ਹੀ ਹੈ ਨਹੀਂ, ਸਾਡਾ ਕੁਛ ਕਰ ਹੀ ਨਹੀਂ ਸਕਦੇ, ਤਾਂ ਫਿਰ ਅੱਜ ਤਾਂ ਮਤਲਬ ਹੀ ਕੋਈ ਨਹੀਂ ਤੁਹਾਡਾ ਸਾਡੇ ਨਾਲ ਮਤਲਬ ਮੀਟਿੰਗਾਂ ਦਾ ਜਾਂ ਹੋਰ ਕਿਸੇ ਗੱਲ ਦਾ। ਹੁਣ ਤਾਂ ਸਵਾਲ ਨੇ, ਸਵਾਲਾਂ ਦੇ ਜਵਾਬ ਦੇਣੇ ਬਣਦੇ ਆ, ਇਮਾਨਦਾਰੀ ਨਾਲ ਸਵਾਲਾਂ ਦੇ ਜਵਾਬ ਦੇ ਦੇਣਾ। ਠੀਕ ਹੈ ਜੀ, ਅਸੀਂ ਤਾਂ ਤੁਹਾਨੂੰ ਵੀ ਇੱਕ ਦਿਨ ਸੱਦ ਕੇ ਸਾਰੀ ਪ੍ਰੈਸ ਨੂੰ ਸੱਦ ਕੇ ਕਿਹਾ ਸੀਗਾ ਕਿ ਆਓ ਆਪਾਂ ਖੁੱਲ੍ਹੀ ਡਿਬੇਟ ਦੇ ਵਿੱਚ ਤੁਹਾਡੇ ਨੂੰ ਆਪਾਂ ਇੱਕ ਦੂਜੇ ਦੇ ਸਵਾਲਾਂ ਦੇ ਜਵਾਬ ਦੇ ਦਈਏ। ਇੱਕ ਦਿਨ ਡੇਲੀ ਪੋਸਟ ਵਾਲਿਆਂ ਨੇ ਸਾਨੂੰ ਸੱਦ ਲਿਆ, ਤਾਂ ਮੈਂ ਉਹਨਾਂ ਨੂੰ ਇਹਦੇ ਕੋਲੋਂ ਉੱਥੇ ਪੁੱਛਿਆ, ਉੱਥੇ ਹਰਜੀਤ ਗਰੇਵਾਲ ਨੂੰ, ਤਾਂ ਉਹਦੇ ਮੇਰੇ ਸਵਾਲ ਦਾ ਤਾਂ ਜਵਾਬ ਹੀ ਨਹੀਂ ਦਿੰਦਾ ਸੀ, ਗੱਲ ਹੀ ਹੋਰ ਲੈ ਜਾਂਦਾ ਸੀ, ਘੱਟ ਮਤਲਬ ਤੋਰ ਕੇ ਕਿਸੇ ਪਾਸੇ ਨੂੰ। ਉਹ ਤਾਂ ਸਾਡਿਆਂ ਦਾ ਵੀ ਨਹੀਂ ਦਿੰਦੇ। ਚਲੋ ਧੰਨਵਾਦ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਸੋ ਇਹ ਸਨ ਜਗਜੀਤ ਸਿੰਘ ਡੱਲੇਵਾਲ ਜੀ, ਜਿਨ੍ਹਾਂ ਨੇ ਆਪਣੀ ਗੱਲ ਰੱਖੀ। ਦਿਓ ਇਜਾਜ਼ਤ, ਧੰਨਵਾਦ।